ਸੋਚ ਅਪਾਰ ਬੇਅੰਤ ਸਵਾਮੀ ਕੌਣ ਜਾਣੈ ਗੁਣ ਤੇਰੇ ਗਾਵਤੇ ਉਧਰ ਹੈ ਸੁਣਤੇ ਉਧਰ ਹੈ ਬਿਨਸ ਹੈ ਪਾਪ ਕਨੇਰੇ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਸਤਿਗੁਰ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਡਾਲ ਸਾਰਾ ਭਰੀ ਗਿਆ ਬੇਨਤੀ ਕਰਾਂਗਾ ਪਹਿਰੇਦਾਰਾਂ ਨੂੰ ਜੇ ਰਾਹ ਚ ਹੀ ਸੰਗਤ ਪਾ ਲਈਏ ਤੇ ਠੀਕ ਰਹੇਗਾ ਪੰਡਾਲ ਵਿੱਚ ਜਗ੍ਹਾ ਨਹੀਂ ਸਾਰਾ ਪੰਡਾਲ ਫੁੱਲ ਭਰਿਆ ਹੋਇਆ ਰਸਤੇ ਵਿੱਚ ਹੀ ਪਾ ਲਈਏ ਬਾਅਦ ਵਿੱਚ ਪ੍ਰੇਮ ਭੇਟਾ ਆਪਣੀ ਬਾਅਦ ਚ ਰੱਖ ਲੈਣਗੇ ਰਸਤੇ ਚ ਬਹਿ ਜਾਓ ਤੇ ਸੌਖੇ ਰਹੋ ਥੋੜਾ ਭਾਈ ਪਿੱਛੇ ਪਿੱਛੇ ਨੂੰ ਹੋ ਕੇ ਬੈਠੇ ਹੋ ਖੁੱਲੇ ਬੈਠੋ ਕੇ ਅੱਗੇ ਫਿਰ ਮੁਸ਼ਕਲ ਹੋ ਜਾਏਗਾ ਥੋੜਾ ਥੋੜਾ ਪਿੱਛੇ ਪਿੱਛੇ ਨੂੰ ਖੁੱਲੇ ਖੁੱਲੇ ਹੋ ਕੇ ਬੈਠੋ ਕਿਰਪਾ ਕਰਕੇ ਲਵਾ ਪੰਗਤੀਆਂ ਸੁਣੋ ਊਚ ਅਪਾਰ ਬੇਅੰਤ ਸਵਾਮੀ ਸਾਰਾ ਸ਼ਬਦ ਚਾਰੇ ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ ਗਾਵਤੇ ਉਧਰੇ ਸੁਣਤੇ ਉਧਰੇ ਬਿਨ ਸਹਿ ਪਾਪ ਕਨੇਰੇ ਪਸ਼ੂ ਪਰੇਤ ਮੁਗਦ ਕਉਤਾਰੇ ਪਾਹਨ ਪਾਰੇ ਉਤਾਰੇ ਨਾਨਕ ਦਾਸ ਤੇਰੀ ਸ਼ਰਣਾਈ ਸਦਾ ਸਦਾ ਬਲਿਹਾਰੇ ਤੇਰੀ ਸ਼ਰਣਾਈ ਆਉਣ ਵਾਲਿਆਂ ਤੋਂ ਬਲਿਹਾਰੇ ਜਾਈਏ ਫਟਾਫਟ ਬਹਿ ਜਿਓ ਪਿਆਰਿਓ ਫਟਾਫਟ ਕਿਰਪਾ ਕਰਕੇ ਬੈਠੋ ਨਾਨਕ ਦਾਸ ਤੇਰੀ ਸ਼ਰਣਾਈ ਨਾਨਕ ਦਾਸ ਤੇਰੀ ਸ਼ਰਣਾਈ ਨਾਨਕ ਦਾਸ ਤੇਰੀ ਸ਼ਰਣਾਈ ਨਾਨਕ ਦਾਸ ਤੇਰੀ ਸ਼ਰਣਾਈ ਸਾਰੇ ਬਹਿ ਜਾਓ ਜੀ ਬਹਿ ਜਾਓ ਫਟਾਫਟ ਸਦਾ ਸਦਾ ਬਲਿਹਾਰੇ 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 ਸਦਾ 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 ਬਲਿਹਾਰੇ 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 ਜੀ ਪੜੋ ਸਦਾ ਸਦਾ ਬਲਿਹਾਰੇ ਗੱਜ ਕੇ ਨਾਨਕ ਦਾਸ ਤੇਰੀ ਸ਼ਰਣਾਈ ਦਾਸ ਤੇਰੀ ਸ਼ਰਣਾਈ ਨਾਨਕ ਦਾਸ ਤੇਰੀ ਸ਼ਰਣਾਈ ਨਾਨਕ ਦਾਸ ਤੇਰੀ ਸ਼ਰਣਾਈ ਨਾਨਕ ਦਾਸ ਤੇਰੀ ਸ਼ਰਣਾਈ ਨਾਨਕ ਦਾਸ ਤੇਰੀ ਸ਼ਰਣਾਈ ਬੜਾ ਮੇਰਾ ਮਾਲਕ ਉੱਚਾ ਹੈ ਅਪਾਰ ਹੈ ਬੇਅੰਤ ਹੈ ਉਹਦੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਦਾ ਉਹਦੇ 'ਚ ਕਿੰਨੇ ਕੁ ਗੁਣ ਨੇ ਕੋਈ ਜਾਣ ਨਹੀਂ ਸਕਦਾ ਪਰ ਉਸ ਰੱਬ ਨੂੰ ਜਿਹੜੇ ਗਾਉਂਦੇ ਹੈ ਰੱਬ ਨੂੰ ਜਿਹੜੇ ਸੁਣਦੇ ਹੈ ਪਰਮਾਤਮਾ ਦੇ ਨਿਯਮਾਂ ਨੂੰ ਜਿਹੜੇ ਗਾਉਂਦੇ ਹੈ ਗੱਲਾਂ ਕਰਦੇ ਹੈ ਨਿਯਮਾਂ ਨੂੰ ਸਮਝਦੇ ਹੈ ਜਿਹੜੇ ਨਿਯਮਾਂ ਦੀ ਜਾਣਕਾਰੀ ਲੈਂਦੇ ਹੈ
ਉਹਨਾਂ ਦਾ ਭਲਾ ਹੋ ਜਾਂਦਾ ਹੈ। ਉਧਾਰ ਉਧਰ ਹੈ ਗਾਵਤੇ ਉਧਰ ਹੈ ਸੁਣਦੇ ਉਧਰ ਹੈ ਉਧਾਰ ਹੋ ਜਾਂਦਾ। ਹੁਣ ਸਾਡੇ ਇਹੀ ਪੰਗਾ ਇਹੀ ਸੋਚਿਆ ਜਾਂਦਾ ਵੀ ਮਰਨ ਤੋਂ ਬਾਅਦ ਉਧਾਰ ਹੁੰਦਾ ਹੈ, ਉਧਾਰ ਹੋ ਜਾਂਦਾ ਉਹਨਾਂ ਦਾ, ਉੱਚੇ ਉੱਠ ਜਾਂਦੇ ਆ ਉਹ, ਉੱਚੇ ਉੱਠ ਜਾਂਦੇ ਆ। ਬਿਰਤੀ ਜਿਹੜੀ ਜਿਨ੍ਹਾਂ ਦੀ ਵਿਗੜੀ ਪਈ ਸੀ ਫਿਰ ਸੁਧਰ ਜਾਂਦੇ ਆ, ਹਨਾ। ਆਪਾਂ ਪਿੱਛੇ ਇੱਥੇ ਕਿਲਾ ਰਾਏਪੁਰ ਇਸ ਸ਼ਬਦ ਦੀ ਵਿਚਾਰ ਕੀਤੀ ਸੀ ਚੰਗੀ ਤਰ੍ਹਾਂ। ਫਿਰ ਅਗਲੀਆਂ ਪੰਕਤੀਆਂ ਵਿੱਚ ਕਹਿੰਦੇ ਐ, ਪਸ਼ੂ ਪ੍ਰੇਤ ਮੁਗਧ ਕੋ ਉਤਾਰੈ ਬਾਹਨ ਪਾਰ ਉਤਾਰੈ। ਜਿਹੜੇ ਨੀਚ ਬਣ ਚੁੱਕੇ ਐ ਪਸ਼ੂ ਬਿਰਤੀ ਦੇ ਬੰਦੇ ਐ, ਪ੍ਰੇਤ ਕੋਈ ਬਾਹਰ ਨਹੀਂ ਹੁੰਦਾ, ਪ੍ਰੇਤ ਬਿਰਤੀ ਐ। ਗੁਰਬਾਣੀ ਚ ਲਿਖਿਆ ਹੁਣ ਪਸ਼ੂ ਪ੍ਰੇਤ ਮੁਗਧ ਕੋ ਉਤਾਰੈ ਬਾਹਨ ਪਾਰ ਉਤਾਰੈ। ਹੁਣ ਜਿਹਦਾ ਸਿੱਧਾ ਅਰਥ ਇਹ ਬਣਿਆ, ਮੇਰੇ ਰੱਬ ਜੀ ਪਸ਼ੂਆਂ ਨੂੰ ਵੀ ਤਾਰ ਦਿੰਦਾ, ਤੂੰ ਤੇ ਜਿਹੜੇ ਗਾਉਂਦੇ ਐ ਸੁਣਦੇ ਐ, ਪਰ ਗਾਉਂਦੇ ਸੁਣਦੇ ਪਸ਼ੂ ਹੈ ਐ ਦੱਸੋ, ਪਸ਼ੂ ਕਿਵੇਂ ਤਰਨਗੇ। ਹੁਣ ਆਪਾਂ ਇਹਦੇ ਅਰਥ ਜਦੋਂ ਕਰਦੇ ਹਾਂ, ਲਓ ਜੀ ਪਸ਼ੂ ਤਰ ਗਏ ਪ੍ਰੇਤ ਤਰ ਜਾਣਗੇ ਗੁਰੂ ਜੀ ਤੇਰੀ ਬਾਣੀ ਸੁਣ ਕੇ, ਇੱਦਾਂ ਹੀ ਕਹਿੰਦੇ ਨਾ ਅਸੀਂ। ਤੇ ਕਦੇ ਪਸ਼ੂ ਨੂੰ ਵੜਨ ਦਿੰਦੇ ਹੋ ਇੱਥੇ? ਕੁੱਤਾ ਭਾਵੇਂ 50 ਕਰੋੜ ਦਾ ਹੋਵੇ ਆਉਣ ਦਿਓਗੇ ਅੰਦਰ? ਦੱਸੋ ਪਿਆਰਿਓ ਵੀ ਇੱਥੇ ਕੁੱਤਾ ਆ ਸਕਦਾ? ਜੇ ਅਗਲਾ ਕਵੇ ਵੀ ਜੇ ਅਸੀਂ ਵੀ ਸਤਸੰਗ ਸੁਣਨਾ ਤੇ ਬਾਣੀ 'ਚ ਲਿਖਿਆ ਪਸ਼ੂਆਂ ਨੂੰ ਬਾਣੀ ਤਾਰ ਦੀ ਤੇ ਆਉਣ ਦਿਓ, ਕੁੱਤੇ ਨੂੰ ਆਉਣ ਕਿਉਂ ਨਹੀਂ ਦਿੰਦੇ? ਆਉਣ ਦਿਓਗੇ? ਕਦੇ ਵੀ ਨਹੀਂ। ਆਪਾਂ ਕਹਾਂਗੇ ਐਂ ਕਿਵੇਂ ਵੜਨ ਦੇ ਜਾਂਗੇ ਫਿਰ, ਨਾਲੇ ਗਾਉਂਦੇ ਕਿਉਂ ਵੀ ਪਸ਼ੂਆਂ ਨੂੰ ਤਾਰ ਦੀ ਹੈ ਬਾਣੀ, ਨੇੜੇ ਤੇ ਲੱਗਣ ਨਹੀਂ ਦਿੰਦੇ? ਆਖੋ ਸਤਨਾਮ ਸ੍ਰੀ ਵਾਸ। ਪਸ਼ੂ ਕੌਣ ਹੈ ਜੀ? ਜਿਹੜਾ ਸਰੀਰ ਬੰਦੇ ਦਾ ਵਿੱਚ ਪਸ਼ੂ ਹੈ ਉਹਨੂੰ ਤਾਰਦੀ ਹੈ ਬਾਣੀ, ਪਸ਼ੂਆਂ ਲਈ ਨਹੀਂ ਬੰਦੇ ਲਈ ਹੈ, ਮਨੁੱਖ ਲਈ ਹੈ, ਕਿਉਂਕਿ ਵਿਚਾਰ ਨੇ ਤੇ ਉਹਦੇ ਸਮਝ ਆਉਣਗੇ ਜਿਹਦੇ ਕੋਲ ਵਿਚਾਰ ਨੇ, ਮਨੁੱਖ ਮਨ ਮਨ ਬੰਦੇ ਕੋਲ ਹੀ ਹੈ। ਤਾਂ ਕਰਕੇ ਇਸ ਟੌਪਿਕ ਤੇ ਬਹੁਤ ਵਾਰ ਅੱਗੇ ਦੀਵਾਨ 'ਚ ਗੱਲ ਹੋਈ ਹੈ ਵੀ ਪਸ਼ੂ ਵੀ ਬੰਦਾ ਹੈ, ਜਿਹੜਾ ਵਿਗੜ ਕੇ ਪਸ਼ੂ ਬਣਿਆ। ਕਰਤੂਤ ਪਸ਼ੂ ਕੀ ਮਾਨਸ ਜਾਤ, ਇਹ ਪਸ਼ੂ ਨੂੰ ਤਾਰਦੀ ਹੈ ਬਾਣੀ। ਲੋਕ ਵਿਚਾਰਾ ਕਰੇ ਤੇ ਰਾਰ, ਕਹਿੰਦੇ ਦੁਨੀਆ ਨੂੰ ਪਰਚਾਉਣ ਲਈ ਲੱਗਿਆ ਹੋਇਆ ਬਸ। ਪਸ਼ੂ ਹੈ ਉਹ ਬੰਦਾ ਜਿਹੜਾ ਲੋਕਾਂ ਨੂੰ ਖੁਸ਼ ਕਰਨ ਲਈ ਲੱਗਿਆ ਹੋਇਆ, ਸਾਰੀ ਜ਼ਿੰਦਗੀ ਲੋਕਾਂ ਨੂੰ ਖੁਸ਼ ਕਰਦੇ ਦੀ ਲੰਘੀ, ਇਹਦੀ ਕਹਿੰਦੇ ਪਸ਼ੂ ਹੈ, ਲੋਕ ਵਿਚਾਰਾ ਹੀ ਕਰਦਾ ਰਿਹਾ। ਬਾਣੀ 'ਚ ਲਿਖਿਆ ਪਸ਼ੂ ਪ੍ਰੇਤ ਮੁਗਧ ਕੋ ਉਤਾਰਿਆ। ਹੁਣ ਪ੍ਰੇਤ ਕੌਣ ਹੈ? ਗੁਰੂ ਗ੍ਰੰਥ ਸਾਹਿਬ ਨੂੰ ਪੁੱਛਣਾ ਪੈਣਾ, ਹੋਰ ਕਿਸੇ ਨੇ ਅਰਥ ਕੀਤੇ ਤੇ ਗਲਤ ਹੋ ਜਾਣਗੇ। ਗੁਰਬਾਣੀ ਨੂੰ ਪੁੱਛੋ ਮਹਾਰਾਜ ਪ੍ਰੇਤ ਕਿਹਨੂੰ ਕਹਿੰਦੇ ਹੋ? ਕਹਿੰਦੇ ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਹੰਕਾਰਾ, ਕਹਿੰਦੇ ਆਹ ਪ੍ਰੇਤ। ਆ ਬਾਕੀ ਤੇ ਸੁਣਿਆ ਹੀ ਹੈ, ਸਾਡੇ ਅਰਥ ਕਰਨਗੇ। ਅਖੇ ਜੀ ਪ੍ਰੇਤ ਦਾ ਮੂੰਹ ਹੁੰਦਾ ਸੂਈ ਵਰਗਾ, ਪਿੱਛੋਂ ਢਿੱਡ ਵੱਡਾ ਸਾਰਾ ਹੁੰਦਾ, ਕਹਿੰਦੇ ਬੰਦੇ ਦਾ ਖੂਨ ਪੀ ਜਾਂਦਾ। ਕਿਸੇ ਨੇ ਵੇਖਿਆ ਜੀ ਪ੍ਰੇਤ ਇੱਦਾਂ ਦਾ? ਪਰ ਜਿਹੜੇ ਬਾਣੀ 'ਚ ਲਿਖੇ ਆ ਇਹ ਆਪਾਂ ਰੋਜ਼ ਹੀ ਵੇਖਦੇ ਹਾਂ। ਕਹਿੰਦੇ ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਹੰਕਾਰਾ, ਕਹਿੰਦੇ ਮਾਇਆ ਦੇ ਮੋਹ ਵਿੱਚ ਫਸੇ ਬੰਦੇ ਪ੍ਰੇਤ ਬਣ ਜਾਂਦੇ ਨੇ। ਮਾਇਆ ਦੇ ਮੋਹ ਵਿੱਚ ਫਸੇ ਬੰਦੇ ਵੇਖੋ, ਪ੍ਰੇਤ ਦਫ਼ਤਰਾਂ ਵਿੱਚ ਬੈਠੇ ਜਿਹੜੇ ਕਹਿੰਦੇ ਐ ਵੀ 10,000 ਰੁਪਈਆ ਦੇਵਾਂਗਾ ਤਾਂ ਤੇਰਾ ਕੰਮ ਕਰਾਂਗੇ, ਚਿੰਬੜਦੇ ਐ। ਕਿਹਨੂੰ ਚਿੰਬੜਦੇ ਐ? ਤੇਰੀ ਜੇਬ ਨੂੰ। ਆ ਵੇਖ ਪ੍ਰੇਤ ਚਿੰਬੜਦਾ, ਜਿਹੜਾ ਬਾਬਾ ਜੀ ਦੱਸਦੇ ਆਪਣੇ ਪ੍ਰੇਤ, ਕਹਿੰਦੇ ਆਹ ਚਿੰਬੜਦਾ ਵੇਖੋ, ਕਿਵੇਂ ਤੇਰੀਆਂ ਜੇਬਾਂ ਨੂੰ ਚਿੰਬੜਦੇ ਆ, ਕਿਵੇਂ ਤੇਰੀਆਂ ਜ਼ਮੀਨਾਂ ਨੂੰ ਪੈਂਦੇ ਆ, ਕਿਵੇਂ ਤੇਰੀਆਂ ਗੱਡੀਆਂ ਨੂੰ ਪੈਂਦੇ ਆ, ਕਿਵੇਂ ਪ੍ਰੇਤ ਵੇਖ ਕਿਵੇਂ ਚਿੰਬੜਦੇ ਆ, ਇਹ ਪ੍ਰੇਤ ਹੈ। ਮਾਇਆ ਮੋਹ ਪ੍ਰੇਤ ਹੈ, ਕਾਮ, ਕਹਿੰਦੇ ਕਾਮ ਵਿੱਚ ਜਿਹੜੇ ਧੀਆਂ ਭੈਣਾਂ ਨੂੰ ਫੜਦੇ ਆ, ਬਲਾਤਕਾਰ ਹੋ ਰਿਹਾ, 8-8 ਸਾਲ ਦੀ ਬੱਚੀ ਨੂੰ ਰੇਪ ਹੋ ਰਿਹਾ, ਇਹ ਹੈ ਪ੍ਰੇਤ। ਆ ਵੇਖੋ ਕਿਵੇਂ ਚਿੰਬੜਦੇ ਆ, ਹੈ ਸੇਫਟੀ? ਆ ਜਿਹੜੇ ਬੈਠੇ ਕਿਸੇ ਦੀਆਂ ਧੀਆਂ ਭੈਣਾਂ ਨਾਲ ਮੈਲੀ ਨਜ਼ਰ ਨਾਲ ਵੇਖਦੇ ਆ, ਆਹ ਪ੍ਰੇਤ ਹੈ। ਦਿਸਦੇ ਆ ਜਿਹੜੇ ਗੁਰੂ ਸਾਹਿਬ ਦੱਸਦੇ ਆ ਤੇ ਸੁਣਿਆ ਹੀ ਸੀ, ਕਹਿੰਦੇ ਸੂਈ ਦੇ ਨੱਕੇ ਜਿੰਨਾ ਮੂੰਹ ਹੁੰਦਾ ਕਹਿੰਦੇ ਖੂਨ ਪੀ ਜਾਂਦਾ। ਗੁਰੂ ਸਾਹਿਬ ਕਹਿੰਦੇ ਬੰਦਾ ਹੀ ਵਿਗੜਿਆ ਪ੍ਰੇਤ, ਹੋਰ ਕਿਹੜਾ ਪ੍ਰੇਤ ਹੈ ਇੱਥੇ? ਚਿੰਬੜਦੇ ਤੇ ਆ ਫਿਰਦੇ ਨੇ, ਤੁਸੀਂ ਭਲਾ ਕਰਦੇ ਹੋ, ਅਸੀਂ ਪ੍ਰੇਤਾਂ ਦਾ ਭਲਾ ਕਰਦੇ ਹਾਂ, ਇਹਨਾਂ ਦਾ ਕਰਕੇ ਵਿਖਾਓ ਜਿਹੜੇ ਸਾਹਮਣੇ ਤੁਰੇ ਫਿਰਦੇ ਆ। ਇਹਨਾਂ ਦੀ ਗੱਲ ਕਰੋ, ਅਣਹੋਇਆਂ ਦੀ ਗੱਲ ਨਾ ਕਰੋ, ਜਿਹੜਾ ਸਾਹਮਣੇ ਆ ਉਹਦੀ ਗੱਲ ਕਰੋ। ਵੇਖੋ ਕਿਵੇਂ ਜੇਬਾਂ ਨੂੰ ਪੈਂਦੇ ਆ, ਪ੍ਰੇਤ ਹੈ। ਜਿਹੜੇ ਕਾਮ ਵਿੱਚ ਅੰਨੇ ਹੋ ਜਾਂਦੇ ਆ, ਬੰਦੇ ਕੌਣ ਹੈ ਜੀ? ਉਹ ਚਿੰਬੜਦੇ ਆ ਜਿਹੜੇ, ਕੌਣ ਹੈ? ਪ੍ਰੇਤ ਹੈ। ਕਾਮ ਕ੍ਰੋਧ ਹੰਕਾਰਾ, ਗੁੱਸੇ ਵਿੱਚ ਆਇਆ ਬੰਦਾ ਵੀ ਕਹਿੰਦੇ ਪ੍ਰੇਤ ਹੁੰਦਾ ਹੈ, ਕ੍ਰੋਧ ਵਿੱਚ ਆਇਆ ਬੰਦਾ ਪ੍ਰੇਤ ਹੁੰਦਾ ਹੈ, ਤੇ ਹੰਕਾਰੀ ਬੰਦਾ ਵੀ ਕਹਿੰਦੇ ਪ੍ਰੇਤ ਹੁੰਦਾ ਹੈ ਜੀ, ਹੰਕਾਰੀ ਵੀ ਪ੍ਰੇਤ ਬਣਿਆ ਹੋਇਆ ਹੁੰਦਾ ਹੈ। ਤਾਂ ਕਰਕੇ ਇਸ ਗੱਲ ਨੂੰ ਜ਼ਰੂਰ ਦਿਮਾਗ ਵਿੱਚ ਰੱਖਿਓ
ਬਈ ਜਿਹੜੇ ਇਹ ਭੂਤ ਪ੍ਰੇਤ ਇਹ ਗੁਰਬਾਣੀ ਕਹਿੰਦੀ ਹੈ ਬੰਦਾ ਹੀ ਹੈ ਵਿਗੜ ਕੇ ਭੂਤ ਪ੍ਰੇਤ ਹੈ ਰਾਕਸ਼ਸ ਹੈ ਤੇ ਸੁਧਰ ਕੇ ਹੀ ਬੰਦਾ ਦੇਵਤਾ ਹੈ ਦੇਵਤਿਆਂ ਦੀ ਬੰਦੇ ਤੋਂ ਬਿਨਾਂ ਕੋਈ ਵੱਖਰੀ ਹਸਤੀ ਨਹੀਂ ਤੇ ਭੂਤਾਂ ਪ੍ਰੇਤਾਂ ਦੀ ਵੀ ਬੰਦੇ ਤੋਂ ਪਰੇ ਕੋਈ ਵੱਖਰੀ ਹਸਤੀ ਨਹੀਂ ਬੰਦਾ ਸੁਧਰਿਆ ਦੇਵਤਾ ਵਿਗੜਿਆ ਪ੍ਰੇਤ ਇਹ ਪ੍ਰੇਤ ਹੈ ਇਹਦੀ ਕੋਸ਼ਿਸ਼ ਕਰੋ ਸੁਧਾਰ ਕਰੀਏ ਉਧਾਰ ਹੋ ਗਿਆ ਜੀ ਵੇਖੋ ਸਰੀਰ ਸੀ ਬੰਦੇ ਦਾ ਵਿੱਚ ਸੀ ਪਸ਼ੂ ਬੋਲੋ ਸਰੀਰ ਸੀ ਬੰਦੇ ਦਾ ਵਿੱਚ ਸੀ ਪਸ਼ੂ ਹੁਣ ਪਸ਼ੂ ਮਰ ਗਿਆ ਇਨਸਾਨੀਅਤ ਜੰਮ ਗਈ ਪਸ਼ੂ ਮਰ ਗਿਆ ਹੁਣ ਨਹੀਂ ਪਸ਼ੂ ਸਿੰਘ ਨਹੀਂ ਮਾਰਦਾ ਲੈ ਪਹਿਲਾਂ ਮਾਰਦਾ ਸੀ ਬੰਦਾ ਉਹੀ ਹੈ ਹੁਣ ਨਹੀਂ ਸਿੰਘ ਮਾਰਦਾ ਬਿਨਾਂ ਸਿੰਘ ਤੋਂ ਵੀ ਸਿੰਘ ਮਾਰਦਾ ਸੀ ਨਾ ਪਹਿਲਾਂ ਤੁਚਰਾਂ ਕਰੀ ਜਾਂਦਾ ਸੀ ਪਰੇਸ਼ਾਨ ਕਰਦਾ ਸੀ ਦੁਖੀ ਕਰਦਾ ਸੀ ਹੁਣ ਨਹੀਂ ਮਾਰਦਾ ਹੁਣ ਬੰਦਾ ਬਣ ਗਿਆ ਜੀ ਇਨਸਾਨੀਅਤ ਜਾਗ ਪਈ ਪਹਿਲਾਂ ਇਨਸਾਨੀਅਤ ਮਰੀ ਪਈ ਸੀ ਮੇਰਿਆ ਰੱਬਾ ਮੈਨੂੰ ਮੇਰੇ ਕਰਮਾਂ ਦਾ ਪਤਾ ਨਹੀਂ ਆਪਣੀ ਕਰਮ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ ਮੇਰੇ ਕਰਮ ਮਾੜੇ ਆ ਮੈਂ ਕਿਆ ਜਾਣੋ ਬਾਬਾ ਰੇ ਮੇਰੇ ਰੱਬ ਜੀ ਮੇਰੇ ਤੇ ਕਿਰਪਾ ਕਰੋ ਆ ਪੰਕਤੀਆਂ ਪੜਿਓ ਸਾਰਾ ਸ਼ਬਦ ਇੱਕ ਵਾਰ ਸੁਣ ਲਓ ਸਿੱਧਾ ਹੀ ਹੈ ਨਰੂ ਮਰੈ ਨਰ ਕਾਮ ਨਾਵੈ ਪਸ਼ੂ ਮਰੈ ਦਸ ਕਾਜ ਸਵਾਰੈ ਇਨਸਾਨ ਇਹਦਾ ਸਿੱਧਾ ਅਰਥ ਇਹ ਹੈ ਇਹ ਨਹੀਂ ਕਿ ਬੰਦੇ ਦੇ ਹੱਡ ਕੰਮ ਹੱਡ ਜੰਮ ਨਹੀਂ ਵਿਕਦੇ ਪਸ਼ੂ ਦੇ ਹੱਡ ਜੰਮ ਵਿਕਦੇ ਆ ਬੰਦੇ ਆ ਤੇਰਾ ਤੇ ਜੰਮ ਕਿਸੇ ਕੰਮ ਨਹੀਂ ਆਉਂਦਾ ਨਾ ਭਾਈ ਹੁਣ ਤੇ ਕਿਡਨੀਆਂ ਵੀ ਕੰਮ ਆ ਜਾਂਦੀਆਂ ਹੁਣ ਤੇ ਲੀਵਰ ਵੀ ਕੰਮ ਆ ਜਾਂਦਾ ਹੈ ਅੱਜ ਕੱਲ ਤੇ ਅੱਖਾਂ ਵੀ ਬੰਦੇ ਦੀਆਂ ਮਰਨ ਤੋਂ ਬਾਅਦ ਕੱਢ ਲਈਆਂ ਜਾਂਦੀਆਂ ਬੰਦੇ ਦਾ ਸਰੀਰ ਵੀ ਹੁਣ ਕੰਮ ਆਉਂਦਾ ਹੈ ਇੱਥੇ ਗੱਲ ਕੀਤੀ ਜਾ ਰਹੀ ਹੈ ਜੇ ਤੇਰੇ ਚੋਂ ਨਰੂ ਮਰ ਗਿਆ ਤੇ ਨਰ ਕਿਸ ਕੰਮ ਹੈ ਇਨਸਾਨੀਅਤ ਮਰ ਗਈ ਤੇ ਇਨਸਾਨ ਕਿਸੇ ਕੰਮ ਦਾ ਨਹੀਂ ਹੁੰਦਾ ਇਨਸਾਨ ਦੇ ਵਿੱਚ ਪਸ਼ੂ ਖੁਣਾ ਨਾ ਆ ਜਾਏ ਕਿਤੇ ਇਨਸਾਨ ਕਿਉਂਕਿ ਹੁਣ ਜੇ ਆ ਸਾਡੇ ਬੱਚੇ ਪੜ੍ਹੇ ਲਿਖੇ ਅੱਜ ਕੱਲ੍ਹ ਦੇ ਤੇ ਜੇ ਐਂ ਕਹੋਗੇ ਪਸ਼ੂਆਂ ਦੇ ਹੱਡ ਵਿਕਦੇ ਬਾਣੀ 'ਚ ਲਿਖਿਆ ਨਰੂ ਮਰੈ ਨਰ ਕਾਮ ਨਾਵੈ ਪਸ਼ੂ ਮਰੈ ਦਸ ਕਾਜ ਸਵਾਰੈ ਪਸ਼ੂ ਦੇ ਚੰਮ ਬਣ ਜਾਂਦੇ ਐ ਪਸ਼ੂ ਦੇ ਚਮੜੇ ਦੀਆਂ ਜੁੱਤੀਆਂ ਬਣ ਜਾਂਦੀਆਂ ਪਸ਼ੂਆਂ ਦੇ ਹੱਡ ਵੀ ਕੰਮ ਆ ਜਾਂਦੇ ਐ ਬੰਦਾ ਕਿਸੇ ਕੰਮ ਦੇ ਨਹੀਂ ਆਉਂਦਾ ਤੁਹਾਡੇ ਨਿਆਣਿਆਂ ਨੇ ਸਵਾਲ ਕਰਨਾ ਬੰਦਾ ਤੇ ਇੰਨੇ ਕੰਮ ਆ ਜਾਂਦਾ ਮਰਨ ਤੋਂ ਬਾਅਦ ਬੰਦੇ ਦਾ ਸਰੀਰ ਵੀ ਕੰਮ ਆਉਂਦਾ ਐ ਐਂ ਕਿਉਂ ਕਹਿੰਦੇ ਹੋ ਬਾਣੀ ਵੀ ਇਹ ਬਾਣੀ 'ਚ ਗਲਤ ਲਿਖਿਆ ਨਹੀਂ ਭਾਈ ਸਾਡੇ ਸਮਝਣ ਵਿੱਚ ਫਰਕ ਹੈ ਗੁਰੂ ਸਾਹਿਬ ਕਹਿੰਦੇ ਜੇ ਤੇਰੇ 'ਚ ਇਨਸਾਨੀਅਤ ਹੀ ਨਹੀਂ ਤੇ ਇਨਸਾਨਾਂ ਵਾਲੇ ਸਰੀਰ ਨੂੰ ਤੇ ਚੱਕੀ ਫਿਰਦਾ ਇਹਨੂੰ ਕੀ ਕਰਨਾ ਜੇ ਤੇਰੇ ਕੋਲ ਵਿਚਾਰ ਹੀ ਨਹੀਂ ਜੇ ਤੇਰੇ ਕੋਲ ਸੋਚ ਹੀ ਨਹੀਂ ਤੇ ਤੇਰੇ ਸਰੀਰ ਨੂੰ ਕੀ ਕਰੀਏ ਫਿਰ ਦੋ ਪੈਰਾਂ ਵਾਲਾ ਪਸ਼ੂ ਹੀ ਹੈ ਫਿਰ ਹੋਰ ਕੀ ਹੈ ਫਿਰ ਆਪਾਂ ਨੂੰ ਗੁਰੂ ਸਾਹਿਬ ਐਂ ਕਹਿੰਦੇ ਆ ਨਰੂ ਮਰ ਗਿਆ ਨਰ ਕਿਸੇ ਕੰਮ ਨਹੀਂ ਜੇ ਪਸ਼ੂ ਛੂਣਾ ਮਰ ਗਿਆ ਲੈ ਹੁਣ ਕੰਮ ਆਉਣ ਲੱਗਿਆ ਹੁਣ ਸਿੰਘ ਮਾਰ ਨੂੰ ਹਟਿਆ ਹੁਣ ਇਹਦਾ ਪਸ਼ੂ ਛੂਣਾ ਖਤਮ ਹੋ ਗਿਆ ਹੁਣ ਇਨਸਾਨੀਅਤ ਜਾਗ ਪਈ ਇਹ ਚੇਤਾ ਰੱਖਿਓ ਲੋ ਇੱਕ ਵਾਰੀ ਸਾਰਾ ਸ਼ਬਦ ਸੁਣੋ ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ ਮੈਂ ਕਿਆ ਜਾਣੋ ਬਾਬਾ ਰੇ ਹਾਡ ਜਲੇ ਜੈਸੇ ਲੱਕੜੀ ਕਾ ਤੁਲਾ ਕੇਸ ਜਲੇ ਜੈਸੇ ਘਾਸ ਕਾ ਫੁਲਾ ਕਹੋ ਕਬੀ ਤਬ ਹੀ ਨਰ ਜਾਗੇ ਜਮ ਕਾ ਡੰਡ ਮੂੰਡ ਮੈਂ ਲਾਗੇ ਜਦੋਂ ਮੌਤ ਜਮ ਮੌਤ ਨੂੰ ਵੀ ਕਹਿੰਦੇ ਆ ਭਾਈ ਜਮ ਮੌਤ ਨੂੰ ਵੀ ਕਹਿੰਦੇ ਆ ਵਿਕਾਰਾਂ ਨੂੰ ਵੀ ਜਮ ਕਹਿੰਦੇ ਆ ਮੌਤ ਆਉਂਦੀ ਹੈ ਕਹਿੰਦੇ ਫੇਰ ਹੀ ਸਮਝ ਪੈਂਦੀ ਹੈ ਜਦੋਂ ਸਰੀਰ ਤੇ ਗਲ ਜਾਣਾ ਇੱਕ ਦਿਨ ਆ ਇਨਸਾਨੀ ਜਾਮਾ ਇਨਸਾਨੀਅਤ ਇਨਸਾਨ ਤੇ ਇੱਕ ਦਿਨ ਸਰੀਰ ਤੇ ਗਲਣਾ ਹੀ ਗਲਣਾ ਹੈ ਇਹਦੇ ਗਲਣ ਤੋਂ ਪਹਿਲਾਂ ਪਹਿਲਾਂ ਨਰੂ ਨਾ ਮਰ ਜੇ ਕਿਤੇ ਇਨਸਾਨੀਅਤ ਨਾ ਮਰ ਜੇ ਕਿਤੇ ਇਨਸਾਨੀਅਤ ਮਰ ਜਾਂਦੀ ਹੈ ਫਿਰ ਇਨਸਾਨ ਕਿਸੇ ਕੰਮ ਦਾ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਦੋਂ ਸਮਝਦੇ ਹਾਂ ਆਪਾਂ ਫਿਰ ਪਤਾ ਲੱਗਦਾ ਹੈ ਵੀ ਇਨਸਾਨੀਅਤ ਜਾਗੇ ਸਾਡੇ ਅੰਦਰ ਤੇ ਇਨਸਾਨੀਅਤ ਹੀ ਅਸਲ ਵਿੱਚ ਅਸਲੀ ਧਰਮ ਹੈ ਧਰਮ ਇੱਕੋ ਹੀ ਹੈ ਰੱਬ ਦਾ ਬਣਾਇਆ ਹੋਇਆ ਨਿਯਮ
ਜੇ ਕਿਤੇ ਰੱਬ ਤੁਸੀਂ ਨਿਯਮਾਂ ਨੂੰ ਕਹਿਣ ਲੱਗ ਜਾਓ ਨਾ ਰੱਬ ਦੇ ਬਣਾਏ ਅਸੂਲਾਂ ਨੂੰ ਤੇ ਸਾਰੀਆਂ ਘੁੰਡੀਆਂ ਖੁੱਲ ਜਾਣ ਇੱਕ ਇੱਕ ਚੀਜ਼ ਦੇ ਦਿਮਾਗ 'ਚ ਵੜ ਜੇ ਵੀ ਰੱਬ ਕੀ ਹੈ ਅੱਜ ਤੱਕ ਤੇ ਸਾਡੀ ਪ੍ਰੋਬਲਮ ਇਹ ਹੈ ਜੇ ਆਪਣੀ ਸਿੱਖਾਂ ਦੀ ਗੱਲ ਕਰੀਏ ਤੇ ਅੱਜ ਤੱਕ ਰੱਬ ਦੀ ਡੈਫੀਨੇਸ਼ਨ ਸਹੀ ਤਰੀਕੇ ਨਾਲ ਨਹੀਂ ਦੱਸੀ ਗਈ ਰੱਬ ਕੀ ਹੈ ਅੱਜ ਤੱਕ ਇਹੀ ਨਹੀਂ ਸਾਡੇ ਦਿਮਾਗ 'ਚ ਆਇਆ ਵੀ ਪਰਮਾਤਮਾ ਕੀ ਹੈ ਪਰਮਾਤਮਾ ਸਾਨੂੰ ਨਹੀਂ ਦਿਸਦਾ ਪਰ ਪਰਮਾਤਮਾ ਦੇ ਨਿਯਮ ਤੇ ਸਾਨੂੰ ਦਿਸਦੇ ਐ ਰੱਬ ਦੇ ਨਿਯਮ ਤੇ ਸਾਨੂੰ ਦਿਸ ਰਹੇ ਐ ਨਿਯਮ ਕੀ ਨੇ ਸੂਰਜ ਚੜ੍ਹਦਾ ਹੈ ਛਿਪਦਾ ਹੈ ਦਿਨ ਆਉਂਦਾ ਹੈ ਰਾਤ ਆਉਂਦੀ ਹੈ ਗਰਮੀ ਆਉਂਦੀ ਹੈ ਸਰਦੀ ਆਉਂਦੀ ਹੈ ਸਰੀਰ ਜੰਮਿਆ ਹੈ ਵੱਡਾ ਹੁੰਦਾ ਹੈ ਜਵਾਨ ਹੁੰਦਾ ਹੈ ਬੁੱਢਾ ਹੁੰਦਾ ਹੈ ਮਰ ਜਾਂਦਾ ਹੈ ਇਹ ਸਾਰਾ ਕੁਝ ਨਿਯਮਾਂ ਦੇ ਵਿੱਚ ਆਉਂਦਾ ਹੈ ਬਸ ਨਿਯਮ ਸਮਝ ਗਏ ਤੇ ਰੱਬ ਨੂੰ ਸਮਝ ਗਏ ਨਿਯਮਾਂ ਨੂੰ ਫੋਲੋ ਕਰ ਲਿਆ ਤੇ ਸਮਝ ਲਓ ਰੱਬ ਨੂੰ ਵੀ ਫੋਲੋ ਕਰ ਲਿਆ ਪਰਮਾਤਮਾ ਦੇ ਨਿਯਮਾਂ ਨੂੰ ਰੱਬ ਜੇ ਕਿਤੇ ਨਿਯਮ ਸਮਝਣ ਲੱਗ ਜਾਈਏ ਨਾ ਵੀ ਰੱਬ ਕੀ ਹੈ ਰੱਬ ਦੇ ਅਸੂਲ ਰੱਬ ਦੀ ਮਰਿਆਦਾ ਧਰਮ ਇਹਨੂੰ ਹੀ ਕਹਿੰਦੇ ਆ ਵੇਖੋ ਇੱਕ ਰੱਬ ਹੈ ਇੱਕ ਪਰਮਾਤਮਾ ਹੈ ਸਰਬ ਵਿਆਪਕ ਹੈ ਸਰਬ ਵਿਆਪਕ ਕਿਸ ਰੂਪ ਚ ਹੈ ਨਿਯਮਾਂ ਦੇ ਰੂਪ ਚ ਪਰਮਾਤਮਾ ਦੇ ਅਟਲ ਨਿਯਮ ਨੇ ਤੇ ਅਸੀਂ ਕੀ ਕਰਨਾ ਹੈ ਰੱਬ ਨੂੰ ਫੋਲੋ ਕਰਨਾ ਚਾਹੁੰਦੇ ਆ ਰੱਬ ਨੂੰ ਰੱਬ ਦੇ ਮਗਰ ਲੱਗਣਾ ਚਾਹੁੰਦੇ ਆ ਰੱਬ ਦੇ ਸਿੱਖ ਬਣਨਾ ਚਾਹੁੰਦੇ ਆ ਫਿਰ ਕੀ ਕਰੀਏ ਰੱਬ ਦੇ ਨਿਯਮਾਂ ਨੂੰ ਸਮਝ ਕੇ ਤੇ ਰੱਬ ਦੇ ਨਿਯਮਾਂ ਨੂੰ ਤੋੜੀਏ ਨਾ ਨਿਯਮਾਂ ਦੇ ਵਿੱਚ ਰਹਿਣਾ ਹੀ ਰੱਬ ਦੇ ਵਿੱਚ ਰਹਿਣਾ ਹੈ ਨਿਯਮਾਂ ਨੂੰ ਸਮਝੀ ਜਾਣਾ ਹੀ ਰੱਬ ਨੂੰ ਸਮਝਣਾ ਹੈ ਨਿਯਮਾਂ ਨਾਲ ਪਿਆਰ ਕਰਕੇ ਭਾਵੇਂ ਰੱਬ ਨੂੰ ਚੈਲੰਜ ਕਰ ਦਿਓ ਮੈਂ ਕੱਲ ਇਹ ਗੱਲ ਕੀਤੀ ਸੀ ਨਿਯਮ ਮੰਨ ਰੱਬ ਨੂੰ ਭਾਵੇਂ ਚੈਲੰਜ ਕਰ ਦਿਓ ਤਾਂ ਵੀ ਨਾਰਾਜ਼ ਨਹੀਂ ਹੁੰਦਾ ਨਿਯਮ ਫੋਲੋ ਕਰੋ ਤਾਂ ਗੱਲ ਕੀਤੀ ਸੀ ਚੰਗੀ ਤਰ੍ਹਾਂ ਸਮਝਿਓ ਇੱਕ ਵਾਰ ਕਿਉਂਕਿ ਗੱਲ ਪੂਰੀ ਨਾ ਸਮਝ ਆਵੇ ਫਿਰ ਗੱਲ ਉਲਝ ਜਾਂਦੀ ਹੈ ਵੇਖੋ ਰੱਬ ਦਾ ਇੱਕ ਨਿਯਮ ਹੈ ਮੈਂ ਕੱਲ ਵੀ ਕੀਤੀ ਸੀ ਗੱਲ ਦੁਬਾਰਾ ਕਰਦਾ ਰੱਬ ਦਾ ਇੱਕ ਨਿਯਮ ਹੈ ਕਿ ਬੱਚਾ ਪੈਦਾ ਕਰਨ ਵਾਸਤੇ ਔਰਤ ਤੇ ਮਰਦ ਦੇ ਸਬੰਧ ਤੋਂ ਬੱਚੇ ਦਾ ਜਨਮ ਹੁੰਦਾ ਹੈ ਪਰ ਉਹਦੇ ਲਈ ਇੱਕ ਅਸੂਲ ਬਣਾਇਆ ਰੱਬ ਨੇ ਵੀ ਬੰਦੇ ਵਿੱਚ ਇਦਾਂ ਦੇ ਸੈੱਲ ਚਾਹੀਦੇ ਆ ਬੀਬੀ ਵਿੱਚ ਇਦਾਂ ਦੇ ਸੈੱਲ ਚਾਹੀਦੇ ਆ ਇਹਨਾਂ ਦੇ ਸਬੰਧ ਤੋਂ ਬੱਚਾ ਪੈਦਾ ਹੁੰਦਾ ਹੈ ਇਹ ਰੱਬ ਦਾ ਕੀ ਹੈ ਜੀ ਅਟਲ ਬੋਲੋ ਨਿਯਮ ਇਹ ਰੱਬ ਦਾ ਕੀ ਹੈ ਮਰਿਆਦਾ ਇਹਨੂੰ ਧਰਮ ਕਹੋ ਰੱਬ ਦਾ ਬਣਾਇਆ ਹੋਇਆ ਧਰਮ ਹੈ ਇਹ ਬੰਦੇ ਦਾ ਨਹੀਂ ਕਿਸੇ ਦਾ ਨਾ ਹਿੰਦੂਆਂ ਦਾ ਨਾ ਮੁਸਲਮਾਨਾਂ ਦਾ ਨਾ ਸਿੱਖਾਂ ਦਾ ਰੱਬ ਦਾ ਬਣਾਇਆ ਧਰਮ ਹੈ ਇਹ ਅਸੂਲ ਹੈ ਹਰੇਕ ਤੇ ਲਾਗੂ ਹੁੰਦਾ ਹੈ ਕਿ ਨਹੀਂ ਹੁੰਦਾ ਬੋਲੋ ਹਿੰਦੂਆਂ ਤੇ ਸਿੱਖਾਂ ਤੇ ਸਭ ਤੇ ਔਰਤ ਮਰਦ ਦਾ ਸਬੰਧ ਤੇ ਉਹਨਾਂ ਦੇ ਵਿੱਚ ਉਦਾਂ ਦਾ ਜੋ ਚਾਹੀਦਾ ਹੈ ਸਰੀਰ ਵਿੱਚ ਸੈੱਲ ਚਾਹੀਦੇ ਜੋ ਵੀ ਚਾਹੀਦਾ ਹੈ ਉਹ ਹੋਵੇ ਤੇ ਉਹਨਾਂ ਦੇ ਸਬੰਧ ਤੋਂ ਬੱਚੇ ਦਾ ਜਨਮ ਹੋਏਗਾ ਹੋਏਗਾ ਕਿ ਨਹੀਂ ਹੋਏਗਾ ਹੋਏਗਾ ਇਹ ਇੱਕ ਨਿਯਮ ਹੈ ਲੈ ਦੋ ਪਤੀ ਪਤਨੀ ਇਸ ਨਿਯਮ ਨੂੰ ਫੋਲੋ ਕਰਨ ਬੱਚਾ ਹੋਏਗਾ ਰੱਬ ਨੂੰ ਭਾਵੇਂ ਗਾਲਾਂ ਵੀ ਕੱਢਦੇ ਹੋਣ ਪਰ ਉਹਦੇ ਨਿਯਮ ਨੂੰ ਜਦੋਂ ਫੋਲੋ ਕਰਦੇ ਆ ਤੇ ਫਿਰ ਬੱਚਾ ਹੋਣਾ ਹੀ ਹੋਣਾ ਇਸੇ ਕਰਕੇ ਮੈਂ ਤੁਹਾਨੂੰ ਕੱਲ ਕਿਹਾ ਸੀ ਵੀ ਕਾਮਰੇਡ ਜਿਹੜੇ ਆ ਗਾਲਾਂ ਤੇ ਕੱਢਦੇ ਆ ਰੱਬ ਨੂੰ 80% ਲੋਕ ਕਈ ਕੰਟਰੀਆਂ ਜਿੱਦਾਂ ਦੇ ਆ ਜਿਹੜੇ ਰੱਬ ਨੂੰ ਨਹੀਂ ਮੰਨਦੇ ਪਰ ਬੱਚੇ ਉਹਨਾਂ ਦੇ ਹੁੰਦੇ ਨੇ ਕਿਉਂ ਹੁੰਦੇ ਨੇ ਵਾਲਾ ਕਿਉਂਕਿ ਰੱਬ ਦੇ ਬਣਾਏ ਨਿਯਮ ਨੂੰ ਮੰਨਦੇ ਨੇ ਰੱਬ ਨੂੰ ਭਾਵੇਂ ਨਹੀਂ ਵੀ ਮੰਨਦੇ ਆਖੋ ਸਤਿਨਾਮ ਗੱਲ ਸਮਝੋ ਸਾਡੀ ਪ੍ਰੋਬਲਮ ਇਹ ਹੈ ਅਸੀਂ ਰੱਬ ਨੂੰ ਮੰਨਦੇ ਆ ਰੱਬ ਦੇ ਬਣਾਏ ਨਿਯਮ ਨੂੰ ਮੰਨਦੇ ਨਹੀਂ ਜਿਹੜਾ ਰੱਬ ਨੇ ਅਸੂਲ ਬਣਾਇਆ ਉਹ ਕਿਉਂ ਨਹੀਂ ਮੰਨਦੇ ਜੇ ਨਿਯਮ ਮੰਨ ਲਈਏ ਇਸੇ ਕਰਕੇ ਤੇ ਰੱਬ ਦੇ ਪਿਆਰੇ ਕਹਿੰਦੇ ਸੀ ਰੱਬਾ ਆਪਣੇ ਛੁੱਟਣ ਕੋ ਯਤਨ ਕਰੋ ਤੂੰ ਆਪਣੇ ਛੁੱਟਣ ਦੀ ਗੱਲ ਕਰ ਅਸੀਂ ਤੇ ਛੁਟਕਾਰਾ ਪਾ ਲਾਂਗੇ ਜਿਹੜਾ ਸ਼ਬਦ ਹੈ ਨਾ ਪੂਰਾ ਇੱਕ ਵਾਰ ਸੁਣ ਲੈਂਦੇ ਆ ਮੀਨ ਪਕਰ ਫੰਕਿਓ ਅਰ ਕਾਟਿਓ ਰਾਤ ਕੀਓ ਬਹੁ ਬਾਨੀ ਖੰਡ ਖੰਡ ਕਰ ਭੋਜਨ ਕੀਨੋ ਤੋ ਨਾ ਬਿਸਰਿਓ ਪਾਨੀ ਇੱਕ ਵਾਰੀ ਸ਼ਬਦ ਸਾਰਾ ਸੁਣਿਓ ਜਦ ਸਿੱਧੀ ਜੀ ਗੱਲ ਕਲੀਅਰ ਹੋ ਜਾਏਗੀ ਚੰਗੀ ਤਰ੍ਹਾਂ ਸੁਣਿਓ ਇੱਕ ਵਾਰ ਜੋ ਹਮ ਬਾਂਧੇ ਮੋਹ ਫਾਸ
हम प्रेम बंधन तुम बांधे अपने छूटन का जतन करो हम छूटे तुम्हें आराधे असी तेरे नियमों नु मन्नांगे तू सानू कह नहीं सकदा फिर असी तेरे नाल बन लिया तेनू तेरे सारे नियम मन के हुण करके विखा जो गलती नहीं की कर दे तेरा नियम जो तोड़ नहीं रहे ते तू कुछ कह नहीं सकता साढ़े सिस्टम होर तरह का है विदेशों में जे तुसी जा रहे हो 60 की स्पीड लिखी है 60 ते जा रहे हो किसी की हिम्मत नहीं ट्रैफिक वाला तुहानू हाथ दे लवे जे तुसी सही चल रहे हो कानून में ते कानून तुहानू कुछ कह नहीं सकता कुछ नहीं कर सकता कानून पर कानून तोड़ो जे तोड़ेगा फिर तेनू बचा नहीं कोई सकता कानून ना तोड़ो नियम नियम नू समझना पैना हुण वेखियो भाई हुण वेखो शरीर दे विच खून की कमी है ब्लड की कमी है ते ब्लड बनता किवें है इहदा एक नियम है ते नियम नू फॉलो कर तेनू डॉक्टर दसदे आ भी आ आ चीजा खाया कर खुराक इदा खाया कर आ आ सिस्टम बनूगा खाना खावांगे पेट विच जाएगा रस बनेगा रस तो बाद हौली हौली वो जिवें जिवें भी अंदर एक सिस्टम बनया है खून बनेगा इस सिस्टम नू फॉलो कर ते जे तू कवे भी आ चीज मैं नहीं करनी मैं खाना खाना नहीं मेरे मेरे विच अपने आप एनर्जी आवे अपने आप आवे मैं खंड पाठ करा देना फिर आ जाए मैं इदा कर लेना मैं इदा कर लेना कहणगे नियम तोड़ी जाना है यार जेड़े मैं असूल बनाए है वो सारिआं लई है सब लई है ये सब नू मनणे पैणगे ये लिखिआ होया इहनू लिखिआ कहिंदे है जी लिखता भाव बनाता ते बनाया नवे नहीं बनाए जा रहे अज अज नियम बनाते अज नवे बना दांगे ना नियमां नू समझ समझ के काढ़ा नवीआं हो सकदीआं पर रब जी वल्लों जो कुछ पाया सो एक वारी पाता एक करी बनाता उहनां नियमां नू समझो बस जिहड़ा नियम समझ के जिंदगी जिउंदा है जम्मिआ नहीं कोई उहनू तत्ती वाह लग जाए लग नहीं सकदी जिहड़ा आपां कहिंदे ना तत्ती वाओ ना लग गई पार ब्रह्म शरणाई जेड़ा रब जी दे नियमां दे विच चलदा है शरण च है उहनूं तत्ती वाह नहीं लगदी गलत चल ही नहीं रिहा तत्ती वाह लगू किवें ते जे नियम तोड़ू फिर उहनूं बचा कोई नहीं सकदा कल आपां इह शब्द ही विचार कीते विच करता पुरख खलोआ वाल ना विंगा होआ इह नहीं भी रब ने भी हुण एक्सीडेंट होने लगा सी रब विच आ के खड़ू तेरे बीमारी लगी है विच नहीं जेड़ा बंदा रब जी दे नियमां नू विच रखदा है ओदा वाल विंगा नहीं होंदा विच रखदा विच करता पुरख की है ओदा कानून विच रखी कानून ना तोड़दी किते जे कानून मनदा है फिर तेरा वाल भी विंगा नहीं कर सकदा कोई तोड़ी ना पर साड़ी सब तो वड्डी प्रॉब्लम यह है कि रब का बनाया होया कानून समझते नहीं उन्हूं मनते नहीं नियम बने हुए है बड़े लंबे समय तो बने हुए है अटल है हिंदुआं लई भी उही है सिखां लई भी उही है मुसलमानां लई भी उही है रब का असूल उही है जे ठंड लगनी है तो लगनी है जे भुख लगनी है तो सब नूं लगनी है जो बच्चा जम्मण दी प्रक्रिया है सारिआं लई है सारिआं लई असूल एक है ते जे सारे मन लैण ते सारे की बन गए सच्चे धर्मी सारे रब दे असूलां नूं मन लैण सच्चे की बन गए धर्मी एक धर्म है इत्थे सगल धर्म में है श्रेष्ठ धर्म हर को नाम जप निर्मल कर्म परमात्मा दी होंद नूं समझ ते सही कम करिया कर
परमात्मा दे नियम समझ ते नियमां तो बाहर ना चलिया कर, यही तेरा रब नाल प्यार है। रब नाल प्यार ही ये है कि रब जी जो तुसी सिस्टम बनाया है मैं उदू बागी नहीं होवांगा। रब दा असूल ने, रब दे नियम ने जेड़े मैं तोड़ू नहीं, कदे मैं नहीं तोड़दा। इदां आपां कहना पैना सानू, रब जी तेरी मर्यादा नहीं तोड़दा मैं, जेड़ी मर्यादा तैं घटती वह मर्यादा मैं नहीं तोड़दा। गुरु नानक दा जोर इस गल ते लग्या सारी जिंदगी, दसे पातशाह जां भगत कबीर साहब, भगत रविदास जी, इत्थे बाबा नामदेव साहब, सारे दे सारे भगत जेड़े है वह रब नूं मन्नदे है। वह कहिंदे रब दे नियम ना तोड़ो। बड़ा रौला पाया जदों बंदे नूं गुलाम बनाया गया, पशुआं वर्गा बना के रखिया, जातां विच वंडता। उन्होंने इनकलाब लियांदे, उन्होंने जागृति लियांदी। जदों रब ने यूनीक पैदा किया बंदा, तुसी गुलाम किवें बना लिया इहनूं, तुसी बंदे ते आपो अपनियां निशानियां कितना ला दियां। हिंदुआं ने निशानी ला के मुंडन करके हिंदू बना लिया, मुसलमानां ने मास कट के मुसलमान बना लिया। कहिंदे बंदे नूं बंदा रहण दिओ, जिवें रब ने बनाया उवें रहण दिओ। तुसी आपो अपनियां निशानियां क्यों लाउंदे हो, आखो सतनाम श्री वाहिगुरू। इह कहिंदे सी इक रब दे रहण दिओ। ते धर्मी चेता रखियो, धर्मी साडे मन ने बनना है, मन करके असी धर्मी बनना है। रब दे असूलां नूं, रब दे नियमां नूं समझ के जो उन्हें बनाया होया है उन्हूं समझ के अपनी जिंदगी सोहनी बनाउण दी कोशिश करनी है, अपनी जिंदगी सोहनी बनाउण दी कोशिश करनी है। जिवें आपां बचन पढ़दे हां, जाका मीत साजन है समिया। लो पढ़ो, जेड़ा जिहदा सज्जन जिहदा मित्र परमात्मा बन जावे उस बंदे नूं कहिंदे काहदी कमी है। कमी किवें किवें आऊ, जदों बंदा समझ गया रब दे नियम। हुण आ नियम समझना पैणा तुहानू, वी आ वेख्यो बई प्यारिओ, समझिओ आ नियम, समझो बई दिमाग है जिहड़ा इहदे च बहुत कुछ भरिया पिया, हरेक दे भरिया पिया, इह रब दा की है नियम। आ दिमाग च बड़ा कुछ भरिया पिया ते इहनू खोलण वास्ते बाहरों ज्ञान चाहीदा, बाहरों चाबी लाउणी पैंदी है। जे एक करी ये जंदरा खुल गया, ये फिर बहुत कुछ खुल सकता है। इस नियम को समझो ते समझ के फटाफट चाबी लाउणी सीखो। अनहद बाणी पूंजी संतन हथ राखी कुंजी, संगत विच आ के समझ समझ के सवाल खड़े हो जाते हैं, दिमाग चल पैंदा है, ये गति कर जाता है, खुल जाता है। ते इहनू चाबी लाउण वास्ते बाहरों समझना पैंदा, बाहरों ज्ञान लेना पैंदा। बड़ी बारी गल करी दी है भी जिवें धरती वाला पानी बाहर कढ़न वास्ते बाहरों पानी पाउणा पैंदा, ट्यूबवैल लग गया, नलका लग गया, बाहरों पानी पाइए तां धरती वाला बाहर आउंदा है। जे इह आ खजाना बाहर कढ़ना चाहुंदे आ, आ नियम है रब दा, इहदे विच बहुत कुछ भरिया पिया है, पर इहनू खोलण लई तैनू बाहरों पढ़ाई करनी पैणी, बाहरों एजुकेशन लैनी पैणी। एदे विच गड्डी चलाउणी लिखी, एदे विच एदे च रखी पई है, केड़े मोड़ ते किवें गड्डी कट लेनी है, किवें बचाव करना है। पर पहला तैनू बाहरों थोड़ा जिहा लैसन लैणा पैणा है, लर्न करना पैणा है, सीखना पैणा है, जिहनू सिख कहिंदे आ असीं। सिख तुसीं वेख्यो बाहरों तुसीं गड्डी चलाउणी सिखदे आ आपां, हुण इत्थों माछीवाड़े तक जाओ, माछीवाड़ा साहिब तों समराले, समराले तों इधर नूं दो तीन वारी बंदा उस्ताद नाल बहिंदा है, ਇਦਾਂ ਗੇਅਰ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ, ਐ ਬੈਕ ਐ ਪੈਣਾ ਹੈ, ਸਟੀਅਰਿੰਗ ਐ ਫੜੀਦਾ ਹੈ, ਆ ਰੇਸ ਹੈ, ਇਦਾਂ ਸਾਰਾ ਸਮਝਾਤਾ, ਬ੍ਰੇਕ ਐ ਲਾਉਣੀ ਹੈ। ਬਸ ਇੱਕ ਵਾਰੀ ਉਹ ਲਰਨ ਕਰ ਜਾਂਦਾ ਹੈ, ਬਾਹਰੋਂ ਪਾਣੀ ਪਾਤਾ, ਦੋ ਚਾਰ ਵਾਰੀ ਨਾਲ ਬਹਿ ਕੇ ਬੰਦਾ ਸਿਖਾਉਂਦਾ ਹੈ, ਮੁੜ ਕੇ ਫਿਰ ਸਾਰੀ ਜ਼ਿੰਦਗੀ ਡਰਾਈਵਰ ਥੋੜਾ ਉਸਤਾਦ ਨਾਲ ਬੈਠਿਆ ਰਹਿੰਦਾ ਹੈ। ਉਹ ਹੁਣ ਸ਼ਿਮਲੇ ਨੂੰ ਵੀ ਚਾੜੀ ਫਿਰਦਾ ਹੈ, ਹੁਣ ਗੱਡੀ ਮਨਾਲੀ ਨੂੰ ਵੀ ਲਈ ਫਿਰਦਾ ਹੈ, ਹੁਣ ਦਿੱਲੀ ਦੀਆਂ ਗਲੀਆਂ 'ਚ ਵੀ ਚਲਾ ਲੈਂਦਾ ਹੈ। ਸਾਰਾ ਕੁਝ ਅੰਦਰੋਂ ਹੀ ਆ ਗਿਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੱਖ ਗਿਆ, ਪ੍ਰੈਕਟਿਸ ਹੋ ਗਈ, ਪ੍ਰੈਕਟਿਸ ਹੋਈ ਜਾਂਦੀ ਹੈ, ਅੰਦਰੋਂ ਆਈ ਜਾਂਦਾ, ਤਜਰਬਾ ਹੋਈ ਜਾਂਦਾ ਨਵੇਂ ਤੋਂ ਨਵਾਂ।
ਤਾਂ ਕਰਕੇ ਇਹਨੂੰ ਖੋਲਣ ਵਾਸਤੇ ਇਹਨੂੰ ਬਾਹਰੋਂ ਗਿਆਨ ਚਾਹੀਦਾ ਇਹ ਰੱਬ ਦਾ ਨਿਯਮ ਹੈ ਇਹਨੂੰ ਸਮਝੋ ਤਾਂ ਕਰਕੇ ਜਿਹੜਾ ਉਹਦੇ ਨਿਯਮ ਮੈਂ ਬਸ ਇੱਕੋ ਹੀ ਬੇਨਤੀ ਕਰ ਰਿਹਾ ਸ਼ਰਨ ਵਿੱਚ ਜਾਣਾ ਨਿਯਮਾਂ ਦੀ ਸ਼ਰਨ ਵਿੱਚ ਜਾਣਾ ਰੱਬ ਅਸੀਂ ਨਿਯਮਾਂ ਨੂੰ ਕਹੀਏ ਪਰਮਾਤਮਾ ਦੇ ਬਣਾਏ ਹੋਏ ਨਿਯਮ ਬਾ ਜਿਹਦੀ ਜ਼ਿੰਦਗੀ 'ਚ ਆ ਗਏ ਸਮਝ ਗਿਆ ਜਿਹੜਾ ਬਾ ਖੁੱਲ ਗਿਆ ਦਿਮਾਗ ਉਹਦਾ ਹਰ ਜਗ੍ਹਾ ਲਾ ਕੇ ਵੇਖ ਲਿਓ ਹਰ ਸ਼ਬਦ ਦੇ ਉੱਤੇ ਤੁਸੀਂ ਪਰਮਾਤਮਾ ਨੂੰ ਪਰਮਾਤਮਾ ਦਾ ਕਾਨੂੰਨ ਕਿਹੋ ਨਿਯਮ ਕਿਹੋ ਸਾਰਾ ਕੁਝ ਕੁੰਡੀਆਂ ਖੁੱਲ ਜਾਣਗੀਆਂ ਸਾਰੀਆਂ ਲਓ ਹੁਣ ਆ ਵੇਖਿਓ ਪੰਕਤੀ ਕਹਿੰਦੇ ਜਾ ਕਾ ਮੀਤ ਸਾਜਨ ਹੈ ਸਮੀਆਂ ਲਓ ਪੜੋ ਜਾ ਕਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਹੋ ਕਾ ਕੀ ਕਮੀਆਂ ਉਹਨੂੰ ਕਾਹਦੀ ਕਮੀ ਹੈ ਜੀ ਰੱਬ ਜੀ ਦਾ ਮਿੱਤਰ ਹੈ ਰੱਬ ਮਤਲਬ ਰੱਬ ਦੇ ਨਿਯਮ ਰੱਬ ਦਾ ਕਾਨੂੰਨ ਜਿਹੜਾ ਰੱਬ ਦਾ ਕਾਨੂੰਨ ਸਮਝਦਾ ਹੈ ਰੱਬ ਦਾ ਨਿਯਮ ਹੈ ਕੋਈ ਕਮੀ ਨਹੀਂ ਰਹਿੰਦੀ ਜੇ ਇਹਨੂੰ ਵਰਤ ਲੈ ਹਰੇਕ ਮੋੜ ਤੇ ਇਹਨੂੰ ਵਰਤ ਜੋ ਮਰਜ਼ੀ ਕੱਢ ਲੈ ਇਹਦੇ 'ਚ ਖਜ਼ਾਨਾ ਭਰਿਆ ਪਿਆ ਜਿਹੜਾ ਬੰਦਾ ਸਮਝ ਗਿਆ ਉਹਨੂੰ ਕਾਹਦੀ ਕਮੀ ਹੈ ਉਹਨੇ ਨਿਯਮਾਂ ਨੂੰ ਸਮਝ ਲਿਆ ਰੱਬ ਦੇ ਸਿਸਟਮ ਨਾਲ ਪਿਆਰ ਲੱਗ ਪਿਆ ਕਰਨ ਉਹਨੂੰ ਕੋਈ ਕਮੀ ਨਹੀਂ ਅੱਗੇ ਜਾ ਕੀ ਪ੍ਰੀਤ ਗੋਬਿੰਦ ਸਿਉਂ ਲਾਗੀ ਦੁੱਖ ਦਰਦ ਭ੍ਰਮ ਤਾਂ ਕਾ ਭਾਗੀ ਜਿਹੜਾ ਰੱਬ ਨਾਲ ਪਿਆਰ ਲੱਗ ਪਿਆ ਕਰਨ ਕਹਿੰਦੇ ਦੁੱਖ ਦਰਦ ਉਹਦੇ ਭੱਜ ਗਏ ਦੁੱਖ ਦਰਦ ਉਹਦੇ ਖਤਮ ਹੋ ਗਏ ਕਿਉਂਕਿ ਉਹ ਕੁਛ ਗਲਤ ਕਰਦਾ ਹੀ ਨਹੀਂ ਜਿਹਦੇ ਕਰਕੇ ਦੁੱਖ ਆਉਣ ਦਰਦ ਆਉਣ ਪਿਆਰ ਹੈ ਰੱਬ ਨਾਲ ਕੱਲ ਵੀ ਗੱਲ ਕੀਤੀ ਸੀ ਸਿੱਧੀ ਗੱਲ ਕਰੀਏ ਫਿਰ ਛੇਤੀ ਸਮਝ ਆ ਜਾਂਦੀ ਹੈ ਹੁਣ ਦੁੱਖ ਦਏਗਾ ਸਮਝਿਓ ਪੇਟ ਬਾਹਰ ਆ ਗਿਆ ਜਦੋਂ ਪੈਰ ਦਿਸਣੋਂ ਹਟ ਗਏ ਪੈਰ ਦਿਸਣੋਂ ਹਟ ਗਏ ਐਡਾ ਢਿੱਡ ਵੱਧ ਗਿਆ ਦੁੱਖ ਆ ਗਿਆ ਨਾ ਜ਼ਿੰਦਗੀ 'ਚ ਪਰ ਜਿਹੜਾ ਰੱਬ ਨਾਲ ਪਿਆਰ ਕਰਦਾ ਹੈ ਰੱਬ ਦੇ ਬਣਾਏ ਹੋਏ ਸਰੀਰ ਨੂੰ ਵਧਣ ਕਿਵੇਂ ਦਊ ਦੁੱਖ ਆਉਣਾ ਹੀ ਨਹੀਂ ਆਖੋ ਸਤਨਾਮ ਬਸ ਬਿਮਾਰੀਆਂ ਆਉਣਗੀਆਂ ਦੁਖੀ ਕਰਨਗੀਆਂ ਰੋਗ ਆਉਣਗੇ ਦੁਖੀ ਕਰਨਗੇ ਪਰ ਗਲਤ ਖਾਵਾਂਗੇ ਤੇ ਤਾਂ ਹੀ ਰੋਗ ਆਉਣਗੇ ਤੇ ਜਦੋਂ ਅਸੀਂ ਗਲਤ ਖਾਣਾ ਹੀ ਨਹੀਂ ਤੇ ਦੁੱਖ ਆਊ ਕਿਵੇਂ ਫਿਰ ਅਸੀਂ ਰੱਬ ਜਦੋਂ ਗੋਬਿੰਦ ਨਾਲ ਪਿਆਰ ਕਰਨ ਦੀ ਗੱਲ ਕਰਕੇ ਹਟੇ ਆ ਵੀ ਜਿਹੜਾ ਰੱਬ ਨਾਲ ਪਿਆਰ ਕਰਦਾ ਹੈ ਉਹਦੇ ਦੁੱਖ ਦਰਦ ਭੱਜ ਜਾਂਦੇ ਆ ਤੇ ਜਦੋਂ ਅਸੀਂ ਰੱਬ ਨਾਲ ਰੱਬ ਦੇ ਨਿਯਮ ਸਮਝਦੇ ਆ ਤੇ ਫਿਰ ਅਸੀਂ ਗਲਤ ਖਾਵਾਂਗੇ ਕਿਉਂ ਨਿਯਮ ਤੋੜਾਂਗੇ ਤੇ ਦੁਖੀ ਹੋਵਾਂਗੇ ਤੇ ਨਿਯਮਾਂ ਨਾਲ ਅਸੀਂ ਪਿਆਰ ਕਰਦੇ ਆ ਫਿਰ ਤੋੜਾਂਗੇ ਕਿਵੇਂ ਜਦੋਂ ਕਾਨੂੰਨ ਤੋਂ ਬਾਹਰ ਹੀ ਨਹੀਂ ਚੱਲਾਂਗੇ ਫਿਰ ਕਿਵੇਂ ਸਜ਼ਾ ਮਿਲ ਜੂ ਅਸੀਂ ਕੋਈ ਗਲਤੀ ਕਰਨੀ ਹੋਈ ਨਹੀਂ ਕਾਮ ਨੂੰ ਕੰਟਰੋਲ 'ਚ ਰੱਖਣਾ ਇਹ ਵੀ ਸਮਝ ਆ ਗਈ ਵਧੂ ਤੰਗ ਕਰੂ ਆਪਣੇ ਪਰਿਵਾਰ ਨਾਲ ਸੰਬੰਧ ਨੇ ਠੀਕ ਹੈ ਪਰ ਜਦੋਂ ਇਹ ਵੱਧ ਗਿਆ ਇੱਛਾਵਾਂ ਵਧਣ ਹੀ ਨਹੀਂ ਦੇਣੀਆਂ ਕੰਟਰੋਲ 'ਚ ਰੱਖਣਾ ਲੋਭ ਜਿੰਨਾ ਖਰਚਾ ਚਾਹੀਦਾ ਉਹ ਕਰੀ ਦੀ ਹੈ ਮਿਹਨਤ ਤੇ ਵਧਣ ਨਹੀਂ ਦੇਣਾ ਮੋਹ ਜਿੰਨਾ ਕਰਨਾ ਹੈ ਕਰਨਾ ਹੈ ਮੋਹ ਇਹ ਨਹੀਂ ਵੀ ਆਪਣੇ ਬੱਚਿਆਂ ਤੋਂ ਬਿਨਾਂ ਬਾਕੀ ਸਭ ਦਿਸਣੋਂ ਹੀ ਹਟ ਗਏ ਬਸ ਇੱਥੋਂ ਹੀ ਦੁੱਖ ਦਰਦ ਆਉਣੇ ਸੀ ਤੇ ਜਦੋਂ ਪਰਮਾਤਮਾ ਨਾਲ ਪਿਆਰ ਲੱਗ ਪਏ ਕਰਨ ਗਲਤੀਆਂ ਛੱਡਤੀਆਂ ਤੇ ਦੁੱਖ ਦਰਦ ਭੱਜ ਗਏ ਪਰ ਇਹ ਨਹੀਂ ਇਹਦਾ ਅਰਥ ਵੀ ਕਿਤੇ ਐਂ ਸਮਝ ਲਓ ਵੀ ਲਓ ਜੀ ਮੈਂ ਗਲਤੀਆਂ ਵੀ ਕਰੀ ਜਾਊਂ ਤੇ ਦੁੱਖ ਵੀ ਨਹੀਂ ਆਉਣਗੇ ਇਹ ਨਹੀਂ ਹੋ ਸਕਦਾ ਜੇ ਬੰਦਾ ਕਵੇ ਮੈਂ ਕੱਲ ਵੀ ਗੱਲ ਕੀਤੀ ਸੀ ਨਾ ਵੀ ਮੈਂ ਤੇ ਅਰਦਾਸ ਕਰਾ ਦਿਆਂਗਾ ਮੈਂ ਤੇ ਸਿਮਰਨ ਕਰ ਲੂੰਗਾ ਮੈਂ ਤੇ ਪਾਠ ਕਰ ਲੂੰਗਾ ਤੇ ਮੇਰੀ ਸਿਹਤ ਠੀਕ ਰਹੂਗੀ ਐ ਨਹੀਂ ਪਰਮਾਤਮਾ ਗੁਰਬਾਣੀ ਨਾਲ ਜੁੜ ਕੇ ਪਰਮਾਤਮਾ ਨਾਲ ਪਿਆਰ ਕਰਕੇ ਉਹ ਕੁਝ ਖਾ ਹੀ ਨਾ ਜਿਹਦੇ ਕਰਕੇ ਤੇਰੀ ਸਿਹਤ ਖਰਾਬ ਹੋਵੇ ਉਹ ਕੰਮ ਹੀ ਨਾ ਕਰ ਜਿਹਦੇ ਕਰਕੇ ਖਰਾਬ ਹੋਵੇ ਨਿਯਮਾਂ ਨਾਲ ਸਮਝ ਰੱਬ ਨਾਲ ਪਿਆਰ ਕਰ ਤੇ ਜੇ ਤੂੰ ਸਾਰੇ ਨਿਯਮ ਤੋੜੀ ਜਾਂਦਾ ਹੈ ਤੇ ਅੰਦਰ ਆ ਕੇ ਅਰਦਾਸਾਂ ਵੀ ਕਰਾਈ ਜਾਂਦਾ ਹੈ ਫਿਰ ਫਾਇਦਾ ਕੋਈ ਨਹੀਂ ਹੋਣਾ ਦੱਸੋ ਨਾ ਪਿਆਰਿਓ ਬਾਹਰ ਕਿੱਕਰਾਂ ਦੇ ਬੀਜ ਬੀਜ ਕੇ ਆਵੇ
ਤੇ ਅੰਦਰ ਆ ਕੇ ਇੱਕ ਖੰਡ ਪਾਠ ਕਰਾ ਦਈਏ ਵੀ ਕਿੱਕਰ ਬੀਜ ਕੇ ਆਇਆ ਹੈ ਤੇ ਖੰਡ ਪਾਠ ਕਰਾਵੇ ਸੱਚੇ ਪਾਤਸ਼ਾਹ ਬੀਜੇ ਕਿੱਕਰ ਹੈ ਪਰ ਸ਼ਰਧਾ ਬਹੁਤ ਹੈ ਇਹਦੀ 5000 ਰੁਪਈਆ ਦਿੱਤਾ 10000 ਦਿੱਤਾ 50000 ਦਿੱਤਾ ਇਹ ਕਰੋ ਜੀ ਇਹਦਾ ਇਹਦੇ ਇਹਦੇ ਨਾ ਹੁਣ ਸੂਲਾਂ ਨਾ ਲੱਗਣ ਦਾਖਾ ਲਾ ਦਿਓ ਖੰਡ ਪਾਠ ਕਰਾਵਾਂਗੇ ਲੱਗ ਜਾਣਗੇ ਬੋਲੋ ਪਿਆਰਿਓ ਨਹੀਂ ਲੱਗਣ ਦਾਖਾ ਲਾਣ ਦਾ ਇੱਕ ਨਿਯਮ ਹੈ ਉਹ ਧਰਤੀ ਉਹ ਮੌਸਮ ਉਹ ਜਗ੍ਹਾ ਚਾਹੀਦੀ ਹੈ ਲਾਏਗਾ ਜ਼ਰੂਰ ਲੱਗ ਜਾਣਗੀਆਂ ਪਰ ਬੀਜ ਕੇ ਕਿੱਕਰ ਆਇਆ ਹੈ ਫਿਰ ਪਾਠ ਕਰਾਵੇਂ ਵੀ ਦਾਖਾਂ ਲੱਗ ਜਾਣ ਇਦਾਂ ਨਹੀਂ ਲੱਗਦੀ ਤੇਰੇ ਕਰਨ ਤੇ ਹੈ ਤੈਨੂੰ ਹਿੰਮਤ ਕਰਨੀ ਪੈਣੀ ਹੈ ਉਹ ਮੌਸਮ ਚਾਹੀਦਾ ਹੈ ਉਦਾਂ ਦਾ ਰੁੱਤ ਚਾਹੀਦੀ ਹੈ ਉਦਾਂ ਦਾ ਮਾਹੌਲ ਹੁਣ ਸੇਵ ਆਪਣੇ ਨਹੀਂ ਲੱਗਦੇ ਠੰਡ ਚ ਲੱਗਦੇ ਹੈ ਰੱਬ ਦਾ ਨਿਯਮ ਬਣਾਇਆ ਪਿਆ ਇੱਥੇ ਅਰਦਾਸ ਕਰ ਵੀ ਸੇਵ ਲੱਗ ਜਾਣ ਐ ਨਹੀਂ ਤੈਨੂੰ ਉਸ ਮੌਸਮ ਚ ਜਾ ਕੇ ਉੱਥੇ ਜਾ ਕੇ ਠੰਡੇ ਇਲਾਕੇ ਵਿੱਚ ਬੀਜਣੇ ਪੈਣੇ ਜੋ ਨਿਯਮ ਨੇ ਨਿਯਮ ਪੂਰਾ ਕਰਨਾ ਪੈਣਾ ਜੋ ਵੈਦਰ ਚਾਹੀਦਾ ਸੇਵ ਨੂੰ ਤੈਨੂੰ ਉਹ ਵੈਦਰ ਦੇਣਾ ਪੈਣਾ ਉੱਥੇ ਜਾਏਗਾ ਬੀਜੇਗਾ ਜ਼ਰੂਰ ਲੱਗ ਜਾਣਗੇ ਪਰ ਜੇ ਤੂੰ ਕਹੇ ਵੀ ਮੈਂ ਖੰਡ ਪਾਠ ਕਰਾ ਦਾਂ ਬੀਜਾਂ ਕਿੱਕਰ ਲੱਗ ਜਾਣ ਦਾਖਾਂ ਐ ਨਹੀਂ ਲੱਗਦੀਆਂ ਅਗਲਾ ਮੈਂ ਕੱਲ ਵੀ ਗੱਲ ਕਰਦਾ ਸੀ ਨਾ ਵੀ ਸ਼ੂਗਰ ਮੇਰੀ ਹਟ ਜੇ ਸੱਚੇ ਪਾਤਸ਼ਾਹ ਤੇ ਮੈਂ ਖਾਊਂਗਾ ਆਪਣੀ ਮਰਜ਼ੀ ਨਾਲ ਹੀ ਰਸਗੁੱਲੇ ਐ ਫਿਰ ਕਿਵੇਂ ਗੱਲ ਬਣ ਜੂ ਖਾਵਾਂਗੇ ਸਾਰਾ ਕੁਝ ਗਲਤ ਮਲਤ ਸਾਰਾ ਕੁਝ ਗਲਤ ਖਾਵਾਂਗੇ ਤੇ ਇਦਾਂ ਹੀ ਕਹਿੰਦੇ ਲੱਗ ਜੇ ਐ ਨਹੀਂ ਉਹ ਤੈਨੂੰ ਜੋ ਪ੍ਰੋਸੀਜਰ ਹੈ ਉਹ ਸਮਝਣਾ ਪੈਂਦਾ ਉਹ ਤਾਂ ਠੀਕ ਹੋਏ ਕੱਲ ਵੀ ਮੈਂ ਗੱਲ ਕਰਦਾ ਸੀ ਨਾ ਵੀ ਬੇਬੇ ਕਹਿੰਦੀ ਮੈਨੂੰ ਕਹਿੰਦੀ ਜੀ ਗੋਡੇ ਬਹੁਤ ਦੁਖਦੇ ਆ ਤੇ ਮੈਂ ਕਿਹਾ ਬੇਬੇ 4-5 ਗਲਾਸ ਗਰਮ ਗਰਮ ਪਾਣੀ ਦੇ ਪੀਆ ਕਰ ਸਵੇਰੇ ਉੱਠ ਕੇ ਕਿੱਥੇ ਪੀਤਾ ਜਾਂਦਾ ਹੈ ਕਿੱਥੇ ਲੰਘਦਾ ਹੈ ਤੇ ਪਕੌੜਿਆਂ ਦੀ ਪਲੇਟ ਐਡੀ ਦੇ ਦਿਓ ਭਾਵੇਂ ਬੇਬੇ ਨੂੰ ਕੱਲ ਗੱਲ ਕਰਦੇ ਸੀ ਨਾ ਵੀ ਉਹਨੇ ਮਿੰਟ ਲਾਉਣਾ ਪਕੌੜਿਆਂ ਦੀ ਪਲੇਟ ਐਡੀ ਖਾ ਗਈ ਵਿਆਹ ਤੇ ਗਈ ਕਿਤੇ ਗਈ ਰਿਸ਼ਤੇਦਾਰੀ ਵਿੱਚ ਪਰ ਜੇ ਕਹੋ ਵੀ 5-6 ਗਲਾਸ ਔਖੀ ਸੌਖੀ ਪੀ ਲਿਆ ਕਰ ਪਾਣੀ ਦੇ ਸਰੀਰ ਸਾਫ਼ ਹੋ ਜੂ ਗਰਮ ਗਰਮ ਪਾਣੀ ਪੀ ਲਿਆ ਕਰ ਬੇਬੇ ਗੋਡੇ ਠੀਕ ਹੋ ਜਾਣਗੇ ਚਰਬੀ ਲੱਗੀ ਚੜ੍ਹਨ ਤੰਗ ਹੋਏਗੀ ਨਾ ਕਿੱਥੇ ਪੀਤਾ ਜਾਂਦਾ ਹੈ ਬਸ ਫਿਰ ਇਹ ਮੰਨਣਾ ਪੈਂਦਾ ਬੀਜਦੇ ਆ ਕਿੱਕਰ ਭਾਲਦੇ ਆ ਦਾਖਾਂ ਇਹ ਨਹੀਂ ਲੱਗਦੀ ਫਰੀਦਾ ਲੋੜ ਹੈ ਦਾਖ ਬਜੋਰੀ ਹੈ ਕਿੱਕਰ ਬੀਜੇ ਲੋੜ ਫਰੀਦਾ ਲੋੜੇ ਦਾਖ ਬਜੋਰੀਆਂ ਕਿੱਕਰ ਬੀਜੇ ਜੱਟ ਹੰਡੇ ਉਨ ਕਤਾਏਂਦਾ ਪੈਂਦਾ ਲੋੜੇ ਪੱਟ ਇਦਾਂ ਨਹੀਂ ਗੱਲ ਬਣ ਜਾਣੀ ਜਿਹੜਾ ਪ੍ਰੋਸੀਜਰ ਹੈ ਉਹ ਹੈ ਸਿਫਾਰਿਸ਼ ਨਹੀਂ ਚੱਲਦੀ ਜਿਹੜਾ ਕਾਨੂੰਨ ਹੈ ਉਹ ਹੈ ਕਾਨੂੰਨ ਮੰਨਣਾ ਪੈਣਾ ਤੇ ਸਿਫਾਰਿਸ਼ ਵਾਲਾ ਕੰਮ ਨਹੀਂ ਹੈ ਰੱਬ ਦਾ ਕਾਨੂੰਨ ਸਭ ਲਈ ਇੱਕੋ ਜਿਹਾ ਹੈ ਨਿਯਮ ਰੱਬ ਦੇ ਇੱਕੋ ਜਿਹੇ ਹੈ ਹਰੇਕ ਬੰਦੇ ਤੇ ਲਾਗੂ ਹੁੰਦੇ ਕੋਈ ਵੱਡਾ ਛੋਟਾ ਗਰੀਬ ਅਮੀਰ ਉਹ ਨਹੀਂ ਵੇਖਦਾ ਰੱਬ ਦਾ ਨਿਯਮ ਹੈ ਮਰਨਾ ਤੇ ਕਹਿੰਦੇ ਜਦੋਂ ਰੱਬ ਨੇ ਮਾਰਨਾ ਫਿਰ ਰਾਜਾ ਪ੍ਰਜਾ ਸਮਕਰ ਮਾਰੇ ਐਸੋ ਕਾਲ ਵੱਡਾ ਨਹੀਂ ਦੇ ਰੱਬ ਦਾ ਜਿਹੜਾ ਨਿਯਮ ਹੈ ਮਾਰਨਾ ਤੇ ਸਭ ਨੂੰ ਮਾਰਨਾ ਵੱਡਾ ਛੋਟਾ ਕੋਈ ਨਹੀਂ ਆਉਂਦਾ ਕਹਿੰਦੇ ਲਾਸਟ ਸਮਾਂ ਪਟਿਆਲੇ ਰਾਜੇ ਦਾ ਕਹਿੰਦੇ ਵੱਡੇ ਵੱਡੇ ਵੈਦ ਸੱਦੇ ਅਮਰੀਕਾ ਤੋਂ ਵਾਹਿਗੁਰੂ ਇੰਗਲੈਂਡ ਤੋਂ ਵੀ ਡਾਕਟਰ ਆਇਆ ਐਦਾਂ ਸਵਾਹ ਤੇ ਲੰਮਾ ਪਿਆ ਕਹਿੰਦੇ ਕਰ ਦਿਓ ਜੀ ਠੀਕ ਇਲਾਜ ਕਰ ਦਿਓ ਜਿੰਨਾ ਪੈਸਾ ਚਾਹੀਦਾ ਦੱਸ ਡਾਕਟਰਾ ਜਿੰਨਾ ਪੈਸਾ ਚਾਹੀਦਾ ਦੇ ਦਿਆਂਗੇ ਮਹਾਰਾਣੀ ਆਲੇ ਦੁਆਲੇ ਉਹ ਕਹਿੰਦਾ ਡਾਕਟਰ ਕਹਿੰਦਾ ਇਹ ਸਮਾਂ ਜਦੋਂ ਮੇਰੇ ਤੇ ਵੀ ਆ ਗਿਆ ਟਲਣਾ ਨਹੀਂ ਇਹ ਤੇ ਇਹ ਤੇ ਬਚਾ ਹੀ ਨਹੀਂ ਸਕਦਾ ਇੱਥੇ ਸਾਡੇ ਹੱਥ ਖੜੇ ਐ ਇਹ ਰੱਬ ਦਾ ਨਿਯਮ ਹੈ ਇਹ ਨਹੀਂ ਟੁੱਟਣਾ ਇਹ ਸਾਥੋਂ ਨਹੀਂ ਟੁੱਟਣਾ ਤਾਂ ਕਰਕੇ ਭਾਈ ਇਹ ਗੱਲ ਸਮਝਣੀ ਪੈਣੀ ਹੈ ਭਾਵੇਂ ਜੋ ਮਰਜ਼ੀ ਕਰ ਲੈ ਰੱਬ ਦੇ ਬਣਾਏ ਅਸੂਲ ਨਹੀਂ ਟੁੱਟਣੇ ਉਹ ਨਿਯਮ ਨਹੀਂ ਟੁੱਟਣੇ ਤੇ ਜੇ ਚਾਹੁੰਦਾ ਹੈ
ਬਦਲਾਵ ਆਵੇ ਤੈਨੂੰ ਆਪਣੇ ਆਪ ਵਿੱਚ ਬਦਲਾਵ ਲਿਆਉਣਾ ਪੈਣਾ ਨਿਯਮ ਨਹੀਂ ਟੁੱਟਣੇ ਤੈਨੂੰ ਉਸ ਮੁਤਾਬਕ ਢਲਣਾ ਪੈਣਾ ਹੈ ਇਹੀ ਰੱਬ ਨਾਲ ਪਿਆਰ ਹੈ ਇਹੀ ਪਰਮਾਤਮਾ ਨਾਲ ਪਿਆਰ ਹੈ ਰੱਬ ਦਾ ਕਾਨੂੰਨ ਮੰਨ ਅਸੂਲ ਬਣਾਏ ਹੋਏ ਮੰਨ ਉਹਦੇ ਰੂਲ ਜਿਹੜੇ ਹੈ ਉਹਨਾਂ ਨੂੰ ਫੋਲੋ ਕਰਨਾ ਸਿੱਖੀਏ ਕਿੱਥੋਂ ਭਾਲਦਾ ਬਜਾਰੀ ਦਖਾ ਕਿਕਰਾਂ ਦੇ ਬੀਜ ਬੀਜ ਕੇ ਕਿੱਥੋਂ ਭਾਲਦਾ ਬਜਾਰੀ ਦਖਾ ਕਿਕਰਾਂ ਦੇ ਬੀਜ ਬੀਜ ਕੇ ਕਿੱਥੋਂ ਭਾਲਦਾ ਬਜਾਰੀ ਦਖਾ ਕਿਕਰਾਂ ਦੇ ਬੀਜ ਬੀਜ ਕੇ ਕਿੱਥੋਂ ਭਾਲਦਾ ਬਜਾਰੀ ਕਿਕਰਾਂ ਦੇ ਬੀਜ ਬੀਜ ਕਿੱਥੋਂ ਪਹਾੜ ਮੈਂ ਬਜਾਰੀ ਦਾਖਾ ਕਿਕਰਾਂ ਦੇ ਬੀਜ ਬੀਜ ਕਿੱਥੋਂ ਪਹਾੜ ਮੈਂ ਬਜਾਰੀ ਦਾਖਾ ਕਿਕਰਾਂ ਦੇ ਬੀਜ ਬੀਜ ਕੇ ਕਿੱਥੋਂ ਪਹਾੜ ਮੈਂ ਬਜਾਰੀ ਦਾਖਾ ਕਿਕਰਾਂ ਦੇ ਬੀਜ ਬੀਜ ਮਨਾ ਭਾਲ ਮੈਂ ਬਜਾਰੀ ਦਾਖਾ ਕਿਕਰਾਂ ਦੇ ਬੀਜ ਬੀਜ ਕਿੱਥੋਂ ਭਾਲ ਮੈਂ ਬਜਾਰੀ ਦਾਖਾ ਕਿਕਰਾਂ ਦੇ ਬੀਜ ਬੀਜ ਕਿੱਥੋਂ ਭਾਲ ਮੈਂ ਬਜਾਰੀ ਦਾਖਾ ਕਿਕਰਾਂ ਦੇ ਬੀਜ ਬੀਜ ਭਾਲ ਮੈਂ ਬਜਾਰੀ ਗੱਜ ਕੇ ਪੜੋ ਕਿਕਰਾਂ ਦੇ ਬੀਜ ਬੀਜ ਕਿਕਰਾਂ ਦੇ ਬੀਜ ਬੀਜ ਕਿਕਰਾਂ ਦੇ ਬੀਜ ਬੀਜ ਕਿਕਰਾਂ ਦੇ ਬੀਜ ਬੀਜ ਕੇ ਓ ਕਿਕਰਾਂ ਦੇ ਬੀਜ ਬੀਜ ਕੇ ਇੱਕ ਰੰਗ ਜੀ ਬੀਜ ਬੀਜ ਕੇ ਇੱਕ ਰੰਗ ਜੀ ਬੀਜ ਬੀਜ ਕੇ ਇੱਥੋਂ ਭਾਲ ਮੈਂ ਬਜਾਰੀ ਦਾਖਾ ਬਜਾਰੀ ਦਾਖਾ ਇੱਕ ਰੰਗ ਬੀਜ ਬੀਜ ਕੇ ਭਾਲ ਮੈਂ ਬਜਾਰੀ ਦਾ ਇੱਕ ਰੰਗ ਬੀਜ ਬੀਜ ਕੇ ਕਿਕਰਾਂ ਦੇ ਬੀਜ ਬੀਜ ਕੇ ਕਿੱਥੋਂ ਭਾਲ ਮੈਂ ਬਜਾਰੀ ਦਾਖਾ ਕਿਕਰਾਂ ਦੇ ਬੀਜ ਬੀਜ ਕੇ ਰੀਸਾ ਲੋੜੈ ਦਾਖ ਬਜੋਰੀ ਜਿਹੋ ਜਿਹਾ ਬੀਜਣਾ ਹੈ ਉਹੋ ਜਿਹਾ ਵੱਢਣਾ ਹੈ ਬੀਜਣ ਤੋਂ ਪਹਿਲਾਂ ਸੋਚਣਾ ਪੈਣਾ ਹੈ ਜਿਹੜਾ ਸੋਚਣਾ ਹੈ ਇਹੀ ਸਮਝਦਾਰੀ ਹੈ ਇਹੀ ਇਨਸਾਨ ਵਾਲਾ ਗੁਣ ਹੈ ਉਹ ਅਗਵਾਈ ਸਤਿਗੁਰੂ ਕਰੇ ਅੰਦਰੋਂ ਤੇਰੇ ਸੱਚਾ ਗਿਆਨ ਫੁੱਟੇ ਵੀ ਆਹ ਕਰ ਆਹ ਨਹੀਂ ਕਰਨਾ ਐਂ ਕਰਨਾ ਹੈ ਆਹ ਕਰੂੰਗਾ ਤੇ ਆਹ ਫਲ ਮਿਲੂ ਐਂ ਕਰੂੰਗਾ ਤੇ ਆਹ ਫਲ ਮਿਲੂ ਉਹਦੇ ਲਈ ਸੁਚੇਤ ਰਹਿਣਾ ਪੈਣਾ ਹੈ ਇਹਨੂੰ ਜਾਗਣਾ ਕਹਿੰਦੇ ਆ ਅਵੇਅਰ ਹੋ ਕੇ ਚੱਲ ਸ਼ਬਦ ਜਿਹੜਾ ਪੜ੍ਹਦੇ ਸੀ ਜਾਗਾ ਮੀਤ ਸਾਜਨ ਹੈ ਸਮੀਆਂ ਲੋ ਪੜੋ ਫੇਰ ਜਾਗਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਹੂੰ ਕਾ ਕੀ ਕਮੀਆਂ ਜਾਗੀ ਪ੍ਰੀਤ ਗੋਬਿੰਦ ਸਿਉ ਲਾਗੀ ਦੁੱਖ ਦਰਦ ਭ੍ਰਮ ਭਾਂਕਾ ਭਾਗੀ ਪ੍ਰੀਤ ਰੱਬ ਦੇ ਨਿਯਮਾਂ ਨਾਲ ਪਾ ਕੇ ਬੰਦੇ ਨੇ ਆਪਣੀ ਜ਼ਿੰਦਗੀ ਚੋਂ ਦੁੱਖ ਦਰਦ ਸਭ ਭਜਾ ਲਏ ਭੱਜ ਗਏ
ਪ੍ਰੀਤ ਪਾ ਕੇ ਭਜਾ ਲਏ ਭਜਾਉਣੇ ਪੈਣਗੇ। ਅਗਲੀ ਪੰਕਤੀ ਸੁਣਿਓ, ਬੜੀ ਇੰਟਰਸਟਿੰਗ ਗੱਲ ਹੈ, ਧਿਆਨ ਨਾਲ ਸੁਣਿਓ। ਜਾ ਕੋ ਰਸ ਹਰ ਰਸ ਹੈ ਆਇਓ ਸੋ ਅਨ ਰਸ ਨਾਹੀ ਲਪਟਾਇਓ। ਜਿਹਨੂੰ ਰੱਬ ਦਾ ਸਿਸਟਮ ਸਮਝ ਆ ਗਿਆ, ਰਸ ਲੱਗ ਪਿਆ ਆਉਣ, ਉਹਨੂੰ ਹੋਰ ਰਸਾਂ ਦੀ ਲੋੜ ਨਹੀਂ ਰਹਿੰਦੀ, ਹੋਰ ਰਸਾਂ ਵਿੱਚ ਨਹੀਂ ਲਿਪਤ ਹੁੰਦਾ। ਜਿਹਨੂੰ ਪਰਮਾਤਮਾ ਦੇ ਸਿਸਟਮ ਨਾਲ ਪਿਆਰ ਪੈ ਜੇ, ਉਹ ਤੇ ਐਂ ਵੇਖੀ ਜਾਂਦਾ ਪਿਆ ਰਸ ਲੈ ਦੱਸ ਰਸ ਐਂ ਆਊ ਨਹੀਂ ਫਿਰ, ਵੀ ਮਾਲਕਾ ਕਿਵੇਂ ਹਵਾ ਚੱਲੀ ਜਾਂਦੀ ਹੈ, ਕਿਵੇਂ ਆਕਸੀਜਨ ਬਣੀ ਜਾਂਦੀ ਹੈ, ਕਿਵੇਂ ਦਰਖਤ ਆਕਸੀਜਨ ਛੱਡੀ ਜਾਂਦੇ ਹੈ, ਕਿਵੇਂ ਇਹ ਤਾਰੇ ਚਮਕਦੇ, ਕਿਵੇਂ ਸੂਰਜ ਚੜ੍ਹਦਾ ਹੈ, ਦਿਨੇ ਸੂਰਜ ਚੜ੍ਹਦਾ ਹੈ, ਰਾਤ ਨੂੰ ਸੂਰਜ ਦੀ ਰੋਸ਼ਨੀ ਚੰਦਰਮਾ ਤੇ ਪੈਂਦੀ ਹੈ। ਹੁਣ ਇਸ ਵੇਲੇ ਸੂਰਜ ਅਮਰੀਕਾ ਵਾਲੇ ਪਾਸੇ ਧਰਤੀ ਘੁੰਮ ਗਈ, ਅਮਰੀਕਾ ਕੈਨੇਡਾ 'ਚ ਦਿਨ ਚੜ੍ਹਿਆ ਤੇ ਸੂਰਜ ਦੀ ਰੋਸ਼ਨੀ ਪੈਂਦੀ ਹੈ ਚੰਦਰਮਾ ਤੇ ਚੰਦਰਮਾ ਦੀ ਲਸ਼ਕੋਰ ਫਿਰ ਆਪਣੇ ਤੇ ਵੱਜਦੀ ਹੈ। ਚੰਦਰਮਾ ਦੀ ਆਪਣੀ ਕੋਈ ਲਾਈਟ ਨਹੀਂ, ਚੰਦਰਮਾ ਦੀ ਲਸ਼ਕੋਰ ਵੱਜਦੀ ਹੈ, ਰਿਫਲੈਕਸ਼ਨ ਹੋ ਰਿਹਾ। ਜਦੋਂ ਸੂਰਜ ਦੀ ਰੋਸ਼ਨੀ ਚੰਦਰਮਾ ਤੇ ਪੈਂਦੀ ਹੈ, ਚੰਦਰਮਾ ਦੀ ਫਿਰ ਧਰਤੀ ਤੇ ਪੈਂਦੀ ਹੈ। ਪਹਿਲਾਂ ਸਾਡੀ ਕਣਕ ਤੇ ਸਿੱਧੀ ਅੱਜ ਧੁੱਪ ਪਈ ਤੇ ਰਾਤ ਵੇਲੇ ਚੰਦਰਮਾ ਦੀ ਰੋਸ਼ਨੀ ਪੈਂਦੀ ਹੈ, ਕਮਾਲ ਹੋ ਗਈ। ਧੁੱਪ ਨਾਲ ਪੱਕੂ ਤੇ ਜਿਹੜੀ ਰਾਤ ਨੂੰ ਰੋਸ਼ਨੀ ਪੈਣੀ ਪੈਣੀ ਇਹ ਵੀ ਸੂਰਜ ਦੀ ਹੋਈ ਹੈ, ਪਰ ਘੁੰਮ ਕੇ ਆਉਣੀ ਹੈ, ਘੱਟ ਪੈਣੀ ਹੈ, ਦਿਨੇ ਜ਼ਿਆਦਾ ਪੈਣੀ ਹੈ। ਆ ਜਿਹੜੀ ਰਾਤ ਨੂੰ ਪੈਂਦੀ ਹੈ ਇਹਦੇ ਨਾਲ ਫਸਲ ਵਿੱਚ ਰਸ ਭਰੂ, ਮਿਠਾਸ ਭਰੂ, ਕਮਾਲ ਦੀ ਗੱਲ ਨਹੀਂ। ਪਰਮਾਤਮਾ ਨੇ ਕਿੱਦਾਂ ਦੀ ਖੇਡ ਬਣਾਈ ਹੈ, ਦਿਨੇ ਸੂਰਜ ਸਿੱਧਾ ਤੇ ਰਾਤ ਨੂੰ ਘੁੰਮ ਕੇ ਆਉਂਦਾ ਹੈ, ਲਸ਼ਕੋਰ ਪੈਂਦੀ ਹੈ, ਐਂ ਸਮਝੀ ਜਾਂਦਾ ਰਸ ਆਈ ਜਾਂਦਾ ਹੈ। ਜਿਹੜਾ ਪਰਮਾਤਮਾ ਦੇ ਸਿਸਟਮ ਨਾਲ ਨਿਯਮਾਂ ਨੂੰ ਸਮਝੀ ਜਾਂਦਾ ਹੈ ਉਹਨੂੰ ਇੰਨਾ ਰਸ ਬਣਦਾ ਹੈ, ਵੇਖ ਵੇਖ ਕੇ ਅਚਰਜ ਕੌਤਕ ਰੱਬ ਦੇ ਹੈਰਾਨ ਹੋਈ ਜਾਂਦਾ ਹੈ, ਉਹਨੂੰ ਬਾਕੀ ਦੇ ਰਸ ਫਿੱਕੇ ਫਿੱਕੇ ਲੱਗਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਗੇ ਸੁਣਿਓ, ਅਗਲੀ ਪੰਕਤੀ ਸੁਣਿਓ। ਹਾਂਜੀ, ਜਾ ਕਾ ਕਹਿਆ ਦਰਗਾਹ ਚੱਲੇ ਸੋ ਕਿਸ ਕੋ ਨਦਰ ਲੈ ਆਵੇ ਤਲੇ। ਆ ਪੰਕਤੀ ਨੂੰ ਧਿਆਨ ਨਾਲ ਸਮਝਣਾ, ਇੱਥੇ ਰੁਕ ਕੇ ਸਮਝਦੇ ਹਾਂ, ਕੱਲ ਵਾਲੀ ਗੱਲ ਵੀ ਹੋਜੂ ਫਿਰ ਵਿੱਚ ਸੁਣਿਓ। ਜਿਹਦਾ ਕਿਹਾ ਦਰਗਾਹ ਚ ਚੱਲਦਾ ਕਹਿੰਦੇ, ਉਹ ਕਿਸੇ ਹੋਰ ਨੂੰ ਨਜ਼ਰ ਥੱਲੇ ਨਹੀਂ ਲਿਆਉਂਦਾ। ਹੁਣ ਕੌਣ ਹੈ ਜੀ ਜਿਹਦਾ ਦਰਗਾਹ ਚ ਚੱਲਦਾ, ਚੱਲਦੀ ਹੈ ਜਿਹਦੀ ਦਰਗਾਹ ਚ, ਕੌਣ ਹੈ? ਹਰੇਕ ਬੰਦਾ ਆਪੋ ਆਪਣੇ ਬਾਬਾ ਜੀ ਨੂੰ ਲਈ ਆਉਂਦਾ ਅੱਗੇ, ਸਾਡੇ ਬਾਬਾ ਜੀ ਦੀ ਦਰਗਾਹ ਚ ਚੱਲਦੀ। ਦੂਜਾ ਕਹਿੰਦਾ ਸਾਡੇ ਬ੍ਰਹਮ ਗਿਆਨੀ ਦੀ ਦਰਗਾਹ ਚ ਚੱਲਦੀ ਹੈ, ਤੀਜਾ ਕਹਿੰਦਾ ਸਾਡੇ ਦੀ ਦਰਗਾਹ ਚ ਚੱਲਦੀ ਹੈ। ਦਰਗਾਹ ਚ ਚੱਲਣਾ ਕੀ ਹੁੰਦਾ? ਪਹਿਲੀ ਗੱਲ ਤੇ ਆਪਾਂ ਅੱਗੇ ਵੀ ਸਮਝਦੇ ਹਾਂ ਵੀ ਦਰਗਾਹ ਜਿਹੜੀ ਹੈ ਕਿਸੇ ਇੱਕ ਥਾਂ ਤੇ ਹੈ ਕਿ ਸਾਰੇ ਪਾਸੇ ਹੈ? ਦੱਸੋ ਦੱਸੋ, ਇੱਕ ਗੱਲ ਦੱਸੋ ਬਈ, ਰੱਬ ਕਿਸੇ ਇੱਕ ਖਾਸ ਜਗ੍ਹਾ ਤੇ ਰਹਿੰਦਾ ਕਿ ਸਾਰੇ ਪਾਸੇ ਹੈ? ਗੱਜ ਕੇ ਬੋਲੋ। ਜੇ ਰੱਬ ਸਾਰੇ ਪਾਸੇ ਹੈ ਤੇ ਰੱਬ ਦੀ ਦਰਗਾਹ ਵੀ, ਐ ਤੇ ਨਹੀਂ ਹੋ ਸਕਦਾ ਜਿੱਥੇ ਰੱਬ ਰਹਿੰਦਾ ਉੱਥੇ ਹੀ ਰੱਬ ਦਾ ਘਰ, ਦਰਗਾਹ ਵੀ ਉੱਥੇ ਹੀ। ਜਿਹੜਾ ਆਪਾਂ ਕਹਿੰਦੇ ਹਾਂ ਵੀ ਦਰਗਾਹ ਕਿਸੇ ਖਾਸ ਥਾਂ ਤੇ ਬਣੀ ਹੈ, ਨਾ ਜੀ ਨਾ, ਦਰਗਾਹ ਹਰ ਜਗ੍ਹਾ ਹੀ ਹੈ, ਹਰ ਥਾਂ ਤੇ। ਪਹਿਲੀ ਗੱਲ ਤੇ ਇਹ ਸਮਝੋ। ਹੁਣ ਇਹ ਜਿਹੜੀ ਸਾਰੇ ਪਾਸੇ ਦਰਗਾਹ ਹੈ ਇਹਦੇ ਵਿੱਚ ਚੱਲੂ ਕਿਵੇਂ ਸਾਡੀ, ਇਸ ਦਰਗਾਹ 'ਚ ਸਾਡੀ ਕਿਵੇਂ ਚੱਲੂ? ਦਰਗਾਹ ਸਾਰੇ ਪਾਸੇ ਸਾਡੀ ਕਿਵੇਂ ਚੱਲੂ? ਚੱਲੂ ਚੱਲੂ ਭਾਈ ਕਿਵੇਂ ਚੱਲੂ? ਰੱਬ ਦੇ ਨਿਯਮ ਸਮਝ ਕੇ ਚੱਲੂ, ਨਿਯਮਾਂ ਨੂੰ ਸਮਝ ਕੇ ਜਦੋਂ ਸਿਸਟਮ ਚੇਂਜ ਕਰਾਂਗੇ ਫਿਰ ਚੱਲੂ। ਇਹ ਨਹੀਂ ਵੀ ਨਿਯਮ ਨਹੀਂ ਤੂੰ ਛੇੜ ਸਕਣੇ, ਨਿਯਮਾਂ ਦੇ ਵਿੱਚ ਰਹਿ ਕੇ, ਨਿਯਮਾਂ ਦੇ ਵਿੱਚ ਰਹਿ ਕੇ ਤੂੰ ਸਿਸਟਮ ਬਦਲ ਸਕਦਾ। ਜਿਵੇਂ ਹੁਣ ਆਪਾਂ ਗੱਲ ਕੱਲ ਕੀਤੀ ਸੀ ਕਿੰਨੀ ਜਿਉਣੀ ਹੈ, ਕਿੱਦਾਂ ਦੀ ਜਿਉਣੀ ਹੈ ਇਹ ਬੰਦੇ ਦੇ ਹੱਥ ਹੈ। ਸੁਣੋ, ਕਿੱਦਾਂ ਦੀ ਜਿਉਣੀ ਹੈ ਇਹ ਬੰਦੇ ਦੇ ਹੱਥ ਹੈ, ਤੇ ਕਿੰਨੀ ਜਿਉਣੀ ਹੈ, ਕਿੰਨੀ ਜਿਉਣੀ ਹੈ ਇਹ ਵੀ ਤੇਰੇ ਹੱਥ ਹੈ।
ਹੁਣ ਬੜਾ ਵੱਡਾ ਸਵਾਲ ਖੜਾ ਹੋ ਜਾਂਦਾ ਵੀ ਇਹ ਗੱਲ ਕਿੱਦਾਂ ਹੋ ਗਈ ਵੀ ਬੰਦੇ ਬੰਦਾ ਕਿਵੇਂ ਬੰਦੇ ਦੀ ਮਰਜ਼ੀ ਨਹੀਂ ਚੱਲ ਸਕਦੀ ਨਹੀਂ ਭਾਈ ਬੰਦੇ ਦੀ ਮਰਜ਼ੀ ਚੱਲ ਆਪਾਂ ਵੀ 100 ਸਾਲ ਦੀ ਉਮਰ ਭੋਗ ਸਕਦੇ ਹਾਂ ਲਿਮਟ ਹੈ ਨਾ 100 ਸਾਲ ਦੀ ਉਮਰ ਤੱਕ 100 ਸਾਲ ਤੱਕ ਬੰਦਾ ਜਾ ਸਕਦਾ ਹੈ ਆਪਾਂ ਵੀ ਜਾ ਸਕਦੇ ਹਾਂ ਜੇ ਅਸੀਂ ਉਹਦੇ ਸਿਸਟਮ ਨੂੰ ਸਮਝ ਕੇ ਉਹਦੇ ਨਿਯਮ ਵਿੱਚ ਰਹਿ ਕੇ ਸਾਰੀਆਂ ਚੀਜ਼ਾਂ ਖਾਣਾ ਸਭ ਕੁਝ ਕੰਟਰੋਲ ਕਰ ਲਈਏ ਸਭ ਕੁਝ ਕੰਟਰੋਲ ਕਰ ਲਈਏ ਮੈਂ ਤੁਹਾਨੂੰ ਅੱਗੇ ਵੀ ਕਈ ਵਾਰੀ ਦੱਸਿਆ ਇਹ ਪੰਕਤੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਬਚਨ ਆਪਾਂ ਜਦੋਂ ਪੜ੍ਹਦੇ ਹਾਂ ਨਾ ਕਿ ਵੱਡੀ ਆਰਜਾ ਫਿਰ ਜਨਮੈ ਹਰ ਸਿਓ ਸੰਗ ਨਾ ਇਹ ਪੂਰੀ ਪੰਕਤੀ ਪੜ੍ਹਦੀ ਹੈ ਵੀ ਜੋਗੀਆਂ ਵਾਲੇ 84 ਆਸਣ ਆ ਇੱਕ ਵਾਰੀ ਪੰਕਤੀ ਪੜ੍ਹ 84 ਆਸਣ ਜੋਗੀ ਕਰਦੇ ਐ ਸੁਣਿਓ ਜੋਗੀ 84 ਆਸਣ ਕਰਦੇ ਐ ਕਦੇ ਪੇਟ ਘਮਾਉਂਦੇ ਐ ਕਦੇ ਲੰਮੇ ਲੰਮੇ ਸਾਹ ਲੈਂਦੇ ਐ ਕਦੇ ਕੁਝ ਕਰਦੇ ਐ ਜੋਗੀਆਂ ਵਾਲੇ 84 ਆਸਣ ਕਰ ਕਰਕੇ ਵੇਖ ਲੈ ਲੋਕੀ ਕਰਦੇ ਐ ਤੇ ਉਮਰ ਲੰਮੀ ਕਰ ਲੈਂਦੇ ਐ ਵੱਡੀ ਆਰਜਾ ਉਮਰਾਂ ਜੋਗੀਆਂ ਨੇ ਵੱਡੀਆਂ ਕਰ ਲਈਆਂ ਕਿਉਂਕਿ ਖਾਣਾ ਛੱਡਤਾ ਪੱਤੇ ਖਾਈ ਗਏ ਜਿਹੜੀ ਜਿਹੜੀ ਚੀਜ਼ ਸਰੀਰ ਨੂੰ ਜ਼ਰੂਰੀ ਸੀ ਖਾਈ ਗਏ ਉਹਨਾਂ ਨੇ ਫੈਂਟ ਨਹੀਂ ਚੜਨ ਦਿੱਤੀ ਬਿਲਕੁਲ ਸਰੀਰ ਨੂੰ ਉਹੀ ਚੀਜ਼ਾਂ ਦਿੰਦੇ ਰਹੇ ਕਹਿੰਦੇ ਉਮਰਾਂ ਲੰਮੀਆਂ ਕਰ ਲਈਆਂ ਹੋ ਜਾਂਦੀਆਂ ਆ ਸ਼ਬਦ ਜਿੱਦਣ ਸਮਝਿਆ ਸੀ ਨਾ ਮੇਰੇ ਮਨ 'ਚ ਆਇਆ ਵੀ ਉਮਰ ਲੰਮੀ ਕਿੱਦਾਂ ਹੋ ਸਕਦੀ ਹੈ ਕੀ ਬੰਦਾ ਉਮਰ ਲੰਮੀ ਕਰ ਸਕਦਾ ਹੈ ਪਰਮਾਤਮਾ ਨੂੰ ਨਿਯਮਾਂ ਨਾਲ ਪਿਆਰ ਕਰਕੇ ਸਮਝ ਕੇ ਜਿੰਨੀ ਮਰਜ਼ੀ ਜ਼ਿੰਦਗੀ ਜਿਉ ਸਕਦਾ ਹੈ ਭਾਵੇਂ 100 ਸਾਲ ਤੇ ਲੈ ਜਾ ਤੇ ਭਾਵੇਂ ਅੱਜ ਖਾ ਖਾ ਕੇ ਪਕੌੜੇ ਨਾੜੀਆਂ ਕਰਕੇ ਬੰਦ 50 ਸਾਲ ਦੇ ਜਾਲਾ ਪਾ ਦੇ ਆਖੋ ਸਤਨਾਮ ਇਹ ਤੇਰੀ ਮਰਜ਼ੀ ਹੈ ਬੇੜਾ ਗਰਕ ਕਰ ਲੈ ਭਾਵੇਂ ਆਪਣਾ ਭਾਵੇਂ ਸਿਸਟਮ ਨੂੰ ਖਰਾਬ ਕਰ ਲਓ ਛੜਕਾਂ ਟੁੱਟੀਆਂ ਰਹਿਣ ਦਿਓ ਗਾਈਆਂ ਐਂ ਫਿਰਦੀਆਂ ਰਹਿਣ ਦਿਓ ਐਂ ਰੋਜ਼ ਚੜ੍ਹਦੇ ਰਹਿਣ ਐਂ ਗੱਡੀਆਂ ਦੇ ਐਕਸੀਡੈਂਟ ਹੁੰਦੇ ਰਹਿਣ ਪਰਿਵਾਰ ਦਾ ਪਰਿਵਾਰ ਮਰਦਾ ਰਵੇ ਇਹ ਅਸੀਂ ਕੀਤਾ ਹੈ ਪਰਮਾਤਮਾ ਦੇ ਤੇ ਸਿਸਟਮ ਹੈ ਬਣਿਆ ਹੋਇਆ ਇਹ ਸਾਡੇ ਮਾਰੇ ਹੋਏ ਹੈ ਬੰਦੇ ਜਿੰਨੇ ਐਕਸੀਡੈਂਟਾਂ 'ਚ ਮਰੇ ਆ ਉਹਦੇ ਦੋਸ਼ੀ ਅਸੀਂ ਹਾਂ ਤੇ ਜਿੱਦਣ ਇਹ ਸਾਰਾ ਸਿਸਟਮ ਠੀਕ ਹੋ ਜਾਏਗਾ ਉਦਨ ਮਰਨੋਂ ਹਟ ਜਾਣਗੇ ਉਦਨ ਆ ਸਿਸਟਮ ਜਿੱਦਣ ਸਿਸਟਮ ਠੀਕ ਕਰ ਲਿਆ ਉਸੇ ਦਿਨ ਹੀ ਠੀਕ ਹੋ ਸਕਦਾ ਸਾਰਾ ਆਪਾਂ ਪੜ੍ਹਦੇ ਹਾਂ ਨਾ ਲਓ ਆ ਪੰਕਤੀ ਪਹਿਲਾਂ ਸੁਣ ਲਓ ਫਿਰ ਅੱਗੇ ਗੱਲ ਆਰਾਮ ਨਾਲ ਕਰਦੇ ਆ ਮੇਰੇ ਵੀਰਾਂ ਨੂੰ ਬੇਨਤੀ ਹੈ ਭੈਣਾਂ ਨੂੰ ਵੀ ਹੈ ਵੀ ਕਿਰਪਾ ਕਰਕੇ ਆ ਗੱਲ ਜ਼ਰੂਰ ਜ਼ਰੂਰ ਸਮਝਿਓ ਲੱਤਾਂ ਤੇ ਭਾਰ ਪਵੇ ਸਾਡੀਆਂ ਤੇ ਥੋੜਾ ਜਿਹਾ ਸਾਨੂੰ ਐਂ ਲੱਗੇ ਓਏ ਸਾਨੂੰ ਕੁਝ ਕਰਨਾ ਪੈਣਾ ਰੱਬ ਦੋਸ਼ੀ ਨਹੀਂ ਰੱਬ ਦਾ ਤੇ ਬਣਾਤਾ ਜੋ ਕੁਛ ਪਾਇਆ ਸੋ ਉਹਨੇ ਤੇ ਇੱਕ ਵਾਰੀ ਪਾਤਾ ਬਸ ਅੱਗੇ ਵਾਲਾ ਸਾਰਾ ਕੰਮ ਸਾਡਾ ਹੈ ਅੱਗੇ ਸਾਰੀ ਡਿਊਟੀ ਸਾਡੀ ਹੈ ਇਹ ਤੇ ਪਤਾ ਨਹੀਂ ਕਿਹੜੇ ਬੰਦਿਆਂ ਨੇ ਇੱਥੋਂ ਐਂ ਗੱਲ ਬਣਾਤੀ ਵੀ ਜਿਹੜਾ ਕੰਮ ਹੁੰਦਾ ਨਹੀਂ ਪ੍ਰਮਾਤਮਾ ਨੇ ਕਰ ਦੇਣਾ ਹੈ ਪ੍ਰਮਾਤਮਾ ਉਹ ਭਾਈ ਪ੍ਰਮਾਤਮਾ ਨੇ ਤੇ ਸਿਸਟਮ ਬਣਾਇਆ ਹੈ ਗਾਂ ਅੱਗੇ ਵਾਲੀ ਡਿਊਟੀ ਤੈਨੂੰ ਵੀ ਕਰਨੀ ਪੈਣੀ ਹੈ ਹੱਥ ਤੇ ਹੱਥ ਨਾ ਧਰ ਵੀ ਐਂ ਸਰਜੂ ਜਿਹੜਾ ਕੰਮ ਤੈਨੂੰ ਕਰਨਾ ਪੈਣਾ ਤੈਨੂੰ ਹੀ ਕਰਨਾ ਪੈਣਾ ਆ ਪੰਕਤੀਆਂ ਧਿਆਨ ਨਾਲ ਇੱਕ ਵਾਰ ਸੁਣ ਲਓ ਫਿਰ ਗੱਲ ਅੱਗੇ ਕਰਦੇ ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹਿਆ ਵੱਡੀ ਆਰਜਾ ਫਿਰ ਫਿਰ ਜਨਮੈ ਹਰ ਸਿਓ ਸੰਗ ਨਾ ਗਹਿਆ ਨਿਯਮਾਂ ਨੂੰ ਜਿਹੜਾ ਬੰਦਾ ਸਮਝੇਗਾ ਉਹਦੀ ਦਰਗਾਹ 'ਚ ਚੱਲੂ ਕਿਵੇਂ ਆ ਸਮਝਿਓ ਕਹਿੰਦੇ ਜੋਗੀਆਂ ਵਾਲੇ 84 ਆਸਣ ਜੋਗੀਆਂ 'ਚ ਮੰਨੇ ਜਾਂਦੇ ਆ ਸਾਰੇ ਆਸਣ ਕਰਕੇ ਵੇਖ ਲੈ ਆਸਣ ਕਰ ਕਰਕੇ ਜੋਗੀਆਂ ਵਾਲੇ ਉਮਰ ਵੱਡੀ ਕਰ ਲਈ ਉਮਰ ਤੇ ਵੱਡੀ ਹੋ ਗਈ ਪਰ ਪਰਮਾਤਮਾ ਨਾਲ ਪਿਆਰ ਨਾ ਬਣਿਆ ਹੁਣ ਮੇਰੇ ਮੈਂ ਚੌਰ ਕਰਦਾ ਸੀ ਉਹਦੇ ਮੇਰੇ ਮਨ ਵਿੱਚ ਇਹ ਸਵਾਲ ਖੜਾ ਹੋਇਆ ਵੀ ਕੀ ਉਮਰ ਲੰਮੀ ਹੋ ਸਕਦੀ ਹੈ ਕੀ ਉਮਰ ਬੰਦੇ ਦੇ ਹੱਥ ਹੁੰਦੀ ਹੈ ਐਦਾਂ ਕਿਵੇਂ ਹੋ ਸਕਦਾ ਹੈ ਤੇ ਇੱਕ ਖਬਰ ਆਈ ਨੈੱਟ ਦੇ ਉੱਤੇ ਅਖਬਾਰ ਵਿੱਚ ਛਪੀ
ਵੀ ਇੱਕ ਕੰਟਰੀ ਹੈ ਆਇਰਲੈਂਡ ਹੈ ਇਦਾਂ ਦਾ ਛੋਟੀ ਜੀ ਕੰਟਰੀ ਹੈ ਸਮੁੰਦਰ ਦੇ ਵਿੱਚ ਤੇ ਚੀਨੇ ਜਿੱਦਾਂ ਦੇ ਲੋਕ ਹੈ ਉਸ ਟਾਈਪ ਦੇ ਲੋਕ ਉੱਥੇ ਰਹਿੰਦੇ ਦਾੜੀ ਨਹੀਂ ਆਉਂਦੀ ਜਿਨ੍ਹਾਂ ਦੇ ਉਹ ਖਬਰ ਲੱਗੀ ਹੋਈ ਸੀ ਵੀ ਇਹ ਇੱਕ ਕੰਟਰੀ ਇਦਾਂ ਦੀ ਹੈ ਜਿੱਥੇ ਹਰੇਕ ਬੰਦੇ ਦੀ ਉਮਰ 140-150 ਸਾਲ ਹੁੰਦੀ ਹੈ ਕਹਿੰਦੇ 80 ਸਾਲ ਤੱਕ ਬੰਦਾ ਜਵਾਨ ਰਹਿੰਦਾ ਹੈ ਮੈਂ ਉਹ ਖਬਰ ਵੀ ਪੜ੍ਹੀ ਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਇਹ ਜਵਾਨ ਤਾਂ ਰਹਿੰਦੇ ਐ ਕਹਿੰਦੇ ਉੱਥੇ ਸੀ ਫੂਡ ਵਗੈਰਾ ਖਾਂਦੇ ਐ ਖਾਣਾ ਇਹ ਸਾਰੇ ਲੋਕ ਕੰਟਰੋਲ 'ਚ ਰੱਖਦੇ ਐ ਹਵਾ ਸ਼ੁੱਧ ਐ ਕੋਈ ਚੀਜ਼ ਖਰਾਬ ਨਹੀਂ ਕੋਈ ਮਿਲਾਵਟ ਨਹੀਂ ਕੋਈ ਦਵਾਈਆਂ ਨਹੀਂ ਕੋਈ ਜ਼ਹਿਰ ਨਹੀਂ ਕਹਿੰਦੇ ਇਸ ਕਰਕੇ ਕੰਮ ਸਾਰੇ ਬੰਦੇ ਕਰਦੇ ਐ ਖਾਣਾ ਥੋੜਾ ਜਿਹਾ ਖਾਂਦੇ ਥੋੜਾ ਹੈ ਪਰ ਜਿਹਦੇ ਵਿੱਚੋਂ એનર્ਜੀ ਮਿਲ ਜਾਵੇ ਕੈਲਸ਼ੀਅਮ ਮਿਲ ਜਾਵੇ ਜਿਹਦੇ ਵਿੱਚੋਂ ਜਿੰਨੇ ਵਿਟਾਮਿਨ ਵਗੈਰਾ ਚਾਹੀਦੇ ਐ ਬਾਡੀ ਨੂੰ ਉਹ ਮਿਲ ਜਾਣ ਪਾਣੀ ਪੀਂਦੇ ਐ ਬਹੁਤ ਜ਼ਿਆਦਾ ਹਰ ਵੇਲੇ ਗਰਮ ਵੀ ਪਾਣੀ ਪੀਂਦੇ ਐ ਚੀਨੀਆਂ ਨੂੰ ਵੈਸੇ ਹੀ ਸੁਭਾਅ ਹੁੰਦਾ ਉਹ ਜਿੱਥੇ ਵੀ ਜਾਣਗੇ ਗਰਮ ਬੋਤਲ ਥਰਮਸ ਭਰ ਕੇ ਨਾਲ ਲੈ ਕੇ ਜਾਂਦੇ ਐ ਜਦੋਂ ਪੀਂਦੇ ਐ ਗਰਮ ਹੀ ਪਾਣੀ ਪੀਂਦੇ ਐ ਠੰਡਾ ਪਾਣੀ ਨਹੀਂ ਪੀਂਦੇ ਸਾਡੇ ਵਾਂਗੂ ਸਾਡੇ ਕੀ ਹੁੰਦਾ ਰੋਟੀ ਵੀ ਗਰਮ ਸਬਜ਼ੀ ਵੀ ਗਰਮ ਫੁਲਕੇ ਲੈਂਦੇ ਲੈਂਦੇ ਲਿਆ ਐਦਾਂ ਹੀ ਕਰਦੇ ਆ ਆਪਾਂ ਆ ਵੀ ਗਰਮ ਤੇ ਮੁੜ ਕੇ ਦੋ ਗਲਾਸ ਠੰਡੇ ਪਾਣੀ ਦੇ ਵਿੱਚ ਮਾਰਦੇ ਆ ਤੇ ਜਿਹੜਾ ਉਹ ਸਾਰਾ ਕੁਝ ਅੰਦਰ ਗਰਮ ਗਿਆ ਹੈ ਉਹ ਜਠਰਾ ਅਗਨੀ ਜਿਹੜੀ ਜਿਹੜਾ ਖਾਣਾ ਤੇਰਾ 20 ਮਿੰਟ ਵਿੱਚ ਪਚ ਜਾਣਾ ਸੀ ਉਹ ਖਾਣਾ ਪਚਣ ਤੇ ਫਿਰ 2 ਘੰਟੇ ਲੱਗ ਜਾਂਦੇ ਜਿਹੜਾ ਖਾਣਾ 20 ਮਿੰਟ ਤੇ ਪਚਣਾ ਚਾਹੀਦਾ ਸੀ 2 ਘੰਟੇ ਨਹੀਂ ਪਚਦਾ ਤੇ ਜਿਹੜੇ ਉਹ ਚੀਨੇ ਆ ਉਹ ਤੇ ਗਰਮ ਪਾਣੀ ਨੂੰ ਹੀ ਪੀਂਦੇ ਸਵੇਰੇ ਸ਼ਾਮ ਚਾਰ-ਚਾਰ ਵਾਰੀ ਜਦੋਂ ਪੀਣਾ ਗਰਮ ਹੀ ਪੀਣਾ ਉਹ ਜਦੋਂ ਇਹ ਖਬਰ ਪੜੀ ਵੀ ਸੱਚਮੁੱਚ 150-150 ਸਾਲ ਦੀ ਉਮਰ ਹੈ ਤੇ ਫਿਰ ਐ ਸੋਚਣ ਲੱਗ ਗਿਆ ਮਨ ਸਵਾਲ ਖੜੇ ਹੋ ਗਏ ਨਾ ਵੀ ਕੀ ਇਸ ਕੰਟਰੀ ਵਾਲਿਆਂ ਤੇ ਰੱਬ ਦੀ ਜ਼ਿਆਦਾ ਕਿਰਪਾ ਵੀ ਸਾਰਿਆਂ ਨੂੰ 150 ਸਾਲ ਦਾ ਆਸ਼ੀਰਵਾਦ ਦਿੱਤਾ ਹੋਇਆ ਤੇ ਬਾਕੀ ਸਾਡੇ ਤੇ ਵੈਰ ਕਾਹਦਾ ਰੱਬ ਦਾ ਵੀ ਸਾਡੇ ਵਾਲਿਆਂ ਦੀ ਉਮਰ ਤੇ 80 ਸਾਲ ਤੇ ਜਾ ਕੇ ਗੋਡੇ ਖੜ ਜਾਂਦੇ ਸਭ ਕੁਝ ਖਤਮ ਹੈ ਆ ਜਿਹੜੇ ਹੁਣ ਆਪਾਂ ਅੱਜ ਕੱਲ ਦੇ ਜਵਾਨ ਐ ਆ ਹੁਣ ਆ ਬੁੜੇ ਤੇ ਵਿਚਾਰੇ ਬਜ਼ੁਰਗ ਨੇ ਜਿਹੜੇ ਇਹ ਤੇ ਅੱਗੇ ਬਹਿੰਦੇ ਐ ਤੇ ਜਿੰਨੇ ਨੌਜਵਾਨ ਆ ਉਹ ਕਹਿੰਦੇ ਕਿਤੇ ਢਾਸ ਨਾ ਲਾਣ ਨੂੰ ਜਗ੍ਹਾ ਮਿਲੇ ਸਾਨੂੰ ਉਹ ਇਦਾਂ ਹੋਇਆ ਪਿਆ ਸਾਡਾ ਕੰਮ ਵੀ ਇਹਦੀ ਇਹ ਗੱਲ ਕੀ ਐ ਅਸਲ ਵਿੱਚ ਵੀ ਰੱਬ ਦੀ ਉਹਨਾਂ ਤੇ ਜ਼ਿਆਦਾ ਕਿਰਪਾ ਹੋ ਗਈ ਉਹਨਾਂ ਦੀ ਉਮਰ 150 ਸਾਲ ਸਾਡੀ ਘੱਟ ਕਿਉਂ ਫਿਰ ਦਿਮਾਗ ਵਿੱਚ ਗੱਲ ਸਮਝ ਆਉਣ ਲੱਗੀ ਐ ਵੀ ਅੱਜ ਤੋਂ 30-40 ਸਾਲ ਪਹਿਲਾਂ ਕਦੇ ਨਹੀਂ ਸੀ ਸੁਣਿਆ ਵੀ ਸੁੱਤਾ ਹੀ ਰਹਿ ਗਿਆ ਪਿਆ ਹੀ ਰਹਿ ਗਿਆ ਖੜਾ ਖੜਾ ਹੀ ਡਿੱਗ ਪਿਆ ਅਟੈਕ ਹੋ ਗਏ ਇੰਨੇ ਅਟੈਕ ਪਹਿਲਾਂ ਹੁੰਦੇ ਸੀ ਬੋਲੋ ਕਿੱਥੇ ਸੁਣਿਆ ਹੀ ਨਹੀਂ ਅਟੈਕ ਕੀ ਹੁੰਦਾ ਆ ਨਾੜੀਆਂ ਬਲੌਕ ਤੇ ਪਤਾ ਹੀ ਨਹੀਂ ਸੀ ਸ਼ੂਗਰ ਇੰਨੀ ਸੀ ਕਿਤੇ ਕੈਂਸਰ ਕਿੱਥੇ ਸੀ ਉਦੋਂ ਉਹ ਜਦੋਂ ਇਸ ਗੱਲ ਨੂੰ ਦਿਮਾਗ 'ਚ ਸਵਾਲ ਖੜੇ ਹੋਏ ਐ ਇਹ ਜਦੋਂ ਖੜੇ ਹੋਣਗੇ ਸਾਡੇ ਦਿਮਾਗ 'ਚ ਸਵਾਲ ਫਿਰ ਪਤਾ ਲੱਗਣਾ ਵੀ ਪੁਰਾਣੇ ਤੇ ਸਾਰੇ ਹੀ 100-100 ਸਾਲ ਦੀ ਉਮਰ ਭੋਗਦੇ ਸੀ 120-120 ਸਾਲ ਤੱਕ ਚਲੇ ਜਾਂਦੇ ਸੀ ਉਮਰਾਂ ਘਟ ਗਈਆਂ ਕਿਉਂ ਘਟ ਗਈਆਂ ਸਟ੍ਰੈਸ ਵੱਧ ਗਈ ਸਟ੍ਰੈਸ ਵੱਧ ਗਈ ਖਾਣੇ 'ਚ ਜ਼ਹਿਰ ਆ ਗਿਆ ਇਸੇ ਕਰਕੇ ਉਮਰ ਘਟਦੀ ਹੈ ਸਿਸਟਮ ਬਦਲਾਂਗੇ ਵੱਧ ਵੀ ਸਕਦੀ ਹੈ ਪਰਮਾਤਮਾ ਨੇ ਇੱਕ ਨਿਯਮ ਬਣਾਇਆ ਹੋਇਆ ਹੈ ਸਿਸਟਮ ਬਣਾਇਆ ਹੋਇਆ ਜਿਹੜਾ ਉਹ ਸਿਸਟਮ ਨੂੰ ਫੋਲੋ ਕਰੇ ਉਹ ਵੱਧ ਵੀ ਜਿਉ ਸਕਦਾ ਹੈ ਉਹ ਵੱਧ ਵੀ ਜਿਉ ਸਕਦਾ ਹੈ ਭਾਈ ਆ ਪਰਸੋਂ ਚੌਥੇ ਮੈਂ ਇੱਕ ਜਗ੍ਹਾ ਭੋਗ ਤੇ ਗਿਆ ਸੀ ਇੱਕ ਗੱਲ ਮੈਨੂੰ ਭੋਗ ਤੇ ਜਾ ਕੇ ਪਤਾ ਲੱਗੀ ਵੈਸੇ ਮੈਂ ਬਹੁਤ ਘੱਟ ਜਾਂਦਾ ਕਿਸੇ ਮਰਿਆਂ ਦੇ ਜਾਂ ਇਦਾਂ ਟਾਈਮ ਵੀ ਨਹੀਂ ਹੁੰਦਾ ਇੰਨਾ ਪਰ ਇੱਕ ਗੱਲ ਮੈਂ ਨੋਟ ਕੀਤੀ ਦੇਖ ਕੇ ਕਿ ਜਿਹੜਾ ਵੀ ਬੰਦਾ ਬੋਲਦਾ ਸੀ ਤਾਂ ਉੱਥੇ 4-5 ਬੰਦੇ ਬੋਲੇ ਸੀ ਮੈਨੂੰ ਵੀ ਉਹਨਾਂ ਨੇ ਕਿਹਾ ਚਲੋ ਵੀ ਤੁਸੀਂ ਵੀ ਬੋਲ ਪੋ ਮੈਂ ਵੀ ਥੋੜਾ ਜਿਹਾ ਕਿਹਾ ਮੈਂ ਕਿਹਾ ਟੈਸਟ ਕਰਾਇਆ ਕਰੋ ਭਾਈ 3 ਮਹੀਨਿਆਂ ਬਾਅਦ ਟੈਸਟ ਸਾਰੇ ਸਰੀਰ ਦੇ ਕਰਾ ਲਿਆ ਕਰੋ ਇਹ ਬਹੁਤ ਜ਼ਰੂਰੀ ਹੈ ਉਹ ਮਰਿਆ ਪਤਾ ਕਿਵੇਂ ਭਾਈ ਉਹਨੂੰ ਡਾਕਟਰ ਕਹਿੰਦੇ ਵੀ ਤੇਰੀਆਂ ਸਾਰੀਆਂ ਨਾੜੀਆਂ ਬਲੌਕ ਨੇ 90% ਤੇਰਾ ਹਾਰਟ ਹੈ ਜਿਹੜਾ ਬਲੌਕ ਹੈ ਲੈ ਐ ਕੀ ਹੁੰਦਾ ਘੋੜੇ ਵਰਗਾ ਮੈਂ ਐਵੇਂ ਮਾਰੀ ਜਾਂਦੇ ਨੇ ਡਾਕਟਰਾਂ ਦਾ ਕੀ ਹੈ ਘਰੇ ਆ ਗਿਆ ਦੂਜੇ ਦਿਨ ਸੁੱਤਾ ਪਿਆ ਕਹਿੰਦੇ ਸੁੱਤਾ ਪਿਆ ਹੀ ਰਹਿ ਗਿਆ ਉੱਠਿਆ ਹੀ ਜਾਣ ਪਛਾਣ ਦਾ ਸੀ ਮੈਂ ਵੀ ਜਾਣਦਾ ਸੀ ਗਿਆ ਡਾਕਟਰ ਨੇ ਕਿਹਾ ਵੀ ਤੇਰੀਆਂ ਤੇ ਸਾਰੀਆਂ ਨਾੜੀਆਂ ਬਲੌਕ ਹੈ ਨਹੀਂ ਗੌਰ ਕੀਤੀ ਹੁਣ ਟੱਬਰ ਐ ਕਹੀ ਜਾਂਦਾ ਹਾਏ ਹਾਏ ਜਾਨ ਨਿਕਲ ਗਈ ਰੱਬ ਨੇ ਵੇਖ ਲਓ ਜੀ ਕਿੱਡਾ ਕੀ ਕਰਤਾ ਇਹ ਲੈ ਦੱਸ ਪਰਮਾਤਮਾ ਦਾ ਸਿਸਟਮ ਹੈ ਜੇ ਚਾਹੁੰਦੇ ਦਵਾਈ ਲਈਏ ਠੀਕ ਰਹੀਏ ਤੰਦਰੁਸਤ ਰਹੀਏ ਆਪਰੇਸ਼ਨ ਕਰਾਉਣਾ ਆਪਰੇਸ਼ਨ ਕਰਾ ਲੈਂਦੇ ਫਿਰ
ਉਹਨੂੰ ਠੀਕ ਕਰਨਾ ਸਾਡਾ ਫਰਜ਼ ਸੀ। ਐ ਨੱਕ ਚਾੜੀ ਜਾਂਦੇ ਆ ਅਸੀਂ ਵੇਖ ਵੇਖ ਕੇ ਵੀ ਹਾਏ ਰੱਬਾ ਮਾਰਤਾ ਆ ਵੇਖੋ ਜੀ ਮਰ ਗਿਆ, ਐ ਨਹੀਂ ਸਿਸਟਮ ਸਮਝਣਾ ਚਾਹੀਦਾ ਸੀ। ਗੱਲ ਮੈਂ ਅੱਗੇ ਕਰਦਾ ਆ ਸਮਝਿਓ, ਤੁਸੀਂ ਕਹੋਗੇ ਵੀ ਐ ਕਹਿਣਾ ਨਹੀਂ ਚਾਹੀਦਾ ਵੀ ਬੰਦਾ ਰੱਬ ਲੈ ਗਿਆ ਵੇਖੋ ਜੀ ਬੰਦਾ ਮਰ ਗਿਆ, ਬਿਲਕੁਲ ਕਹਿਣਾ ਨਹੀਂ ਚਾਹੀਦਾ। ਸਾਨੂੰ ਇਹ ਕਹਿਣਾ ਚਾਹੀਦਾ ਹੈ ਵੀ ਸਾਡੀਆਂ ਅਣਗਹਿਲੀਆਂ ਕਰਕੇ ਮਰ ਰਹੇ ਹਾਂ ਅਸੀਂ, ਸਾਡੇ ਜ਼ਹਿਰਾਂ ਆ ਗਈਆਂ ਖਾਣੇ ਵਿੱਚ, ਸਾਡਾ ਖਾਣਾ ਸ਼ੁੱਧ ਨਹੀਂ ਰਿਹਾ, ਇਹ ਸਾਡੀ ਪ੍ਰੋਬਲਮ ਹੈ। ਇਹ ਬੰਦਾ 100 ਸਾਲ ਤੱਕ ਜੀ ਸਕਦਾ ਸੀ ਜੇ ਕਿਤੇ ਕੰਟਰੋਲ ਰੱਖਿਆ ਹੁੰਦਾ। ਸਾਨੂੰ ਸਮਝ ਨਹੀਂ, ਸਾਨੂੰ ਅਕਲ ਨਹੀਂ, ਜਿੱਦੇ ਅਕਲ ਆਈ ਜਿੱਦੇ ਅਸੀਂ ਪੋਲੀਓ ਵਾਂਗੂ ਦਿਮਾਗ ਕੰਮ ਕਰਨ ਲੱਗ ਪਿਆ ਸਾਡਾ। ਉਹ ਜਿਵੇਂ ਹੁਣ ਦੱਸੋ ਪਿਆਰਿਓ, ਇੱਕ ਗੱਲ ਦੱਸਿਓ, ਪੋਲੀਓ ਹੁਣ ਭਲਾ ਸਾਰੇ ਪੰਜਾਬ ਚੋਂ ਸਾਰੇ ਭਾਰਤ ਵਿੱਚੋਂ 95% ਖਤਮ ਹੋਇਆ ਕਿ ਨਹੀਂ ਹੋਇਆ ਦੱਸੋ? ਹੋਇਆ। ਜਿੱਦੇ ਨਾ ਭੈਣੋ ਧਿਆਨ ਨਾਲ ਵੇਖਿਓ, ਜਦੋਂ ਆਪਾਂ ਐ ਵੇਖਦੇ ਸੀ ਨਾ ਵੀ ਕਿਸੇ ਮਰੀਜ਼ ਦੀ ਲੱਤ ਖੜੀ ਨੇ, ਵਿਚਾਰਾ ਸਾਈਕਲੀ ਤੇ ਜਾਂਦਾ ਭਾਈ, ਲੱਤ ਐ ਲਮਕਦੀ ਜਾਂਦੀ ਹੈ ਲੱਤ। ਹਰੇਕ ਪਿੰਡ 'ਚ 5-7 ਬੰਦੇ ਹੈਗੇ ਪੋਲੀਓ ਵਾਲੇ, ਵਿਚਾਰੇ ਲੱਤ ਕੋਈ ਉਹ ਕੀ ਕਹਿੰਦੇ ਫੌੜੀਆਂ ਨਾਲ ਤੁਰਦਾ ਹੈ, ਕੋਈ ਵੀਲ ਚੇਅਰ ਤੇ ਜਾਂਦਾ ਹੈ, ਕਈ ਵਿਚਾਰੇ ਲੱਤਾਂ ਘੜੀਸ ਕੇ ਤੁਰਦੇ ਐ ਐ ਐ ਤੁਰਦੇ ਐ। ਤੇ ਸਾਡੇ ਵਾਲੇ ਆਪਾਂ ਕੀ ਕਹਿੰਦੇ ਸੀ ਵੇਖਿਓ ਪਿਆਰਿਓ, ਐ ਕਹਿੰਦੇ ਸੀ ਜਿਵੇਂ ਅੱਜ ਮਰ ਜਾਂਦਾ ਹਾਏ ਰੱਬ ਨੇ ਕੀ ਕਰਤਾ, ਐ ਕਹਿੰਦੇ ਨਾ, ਐਂ ਕਹਿੰਦੇ ਸੀ ਆਪਾਂ, ਰੱਬਾ ਆਹ ਕੀ ਕਰਤਾ ਵਿਚਾਰੇ ਨੂੰ ਬੱਜ ਪਾਤਾ, ਇਹਨੇ ਪਿਛਲੇ ਜਨਮਾਂ 'ਚ ਕਿਹੜੇ ਪਾਪ ਕਰੇ ਸੀ, ਲੰਗੜਾ ਪੈਦਾ ਹੋ ਗਿਆ, ਇਹਨੂੰ ਸਾਕ ਕਿਹੜਾ ਕਰੂ, ਇਹਨੂੰ ਰਿਸ਼ਤਾ ਕਿਹੜਾ ਕਰੂ, ਇਹਨੂੰ ਨੌਕਰੀ ਕਿੱਥੇ ਮਿਲੂ, ਆਪਾਂ ਐਂ ਕਹਿੰਦੇ ਸੀ ਸਾਰੇ ਰੱਬ ਨੇ ਕੀ ਕਰਤਾ। ਪਰ ਕਿਸੇ ਬੰਦੇ ਨੇ ਸਮਝਿਆ ਓਏ ਨਿਯਮ ਤੋੜੇ ਦਾ ਬੰਦਾ, ਕੋਈ ਖੁਰਾਕ ਬੇਬੇ ਗਲਤ ਖਾਂਦੀ ਹੈ, ਇਹਦੇ ਅੰਦਰ ਕੁਝ ਗਲਤ ਪੈਦਾ ਹੋ ਜਾਂਦਾ ਹੈ ਜਿਹਦੇ ਕਰਕੇ ਪੋਲੀਓ ਹੁੰਦਾ ਹੈ, ਇਹ ਬਿਮਾਰੀਆਂ ਕਿਉਂ ਲੱਗਦੀਆਂ ਹੈ, ਇਹ ਬੱਚੇ ਦੇ ਸਰੀਰ ਨੂੰ ਬਚਪਨ ਵੇਲੇ ਚੈੱਕ ਨਹੀਂ ਕੀਤਾ, ਅੱਜ ਕੱਲ ਵਾਂਗੂ ਟੀਕੇ ਨਹੀਂ ਸੀ ਲੱਗਦੇ, ਅੱਜ ਕੱਲ ਵਾਂਗੂ ਬੱਚਾ ਚੈੱਕ ਨਹੀਂ ਸੀ ਹੁੰਦਾ, ਉਹ ਹੋਇਆ ਕਿ ਉਹਨਾਂ ਬੰਦਿਆਂ ਨੇ ਦਿਮਾਗ ਐਂ ਵਰਤਿਆ, ਸੋਚ ਸੋਚ ਕੇ ਡਾਕਟਰਾਂ ਨੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਆਹ ਦਵਾਈ ਬਣਾਈ, ਸਿਸਟਮ ਨੂੰ ਸਮਝਿਆ ਦਵਾਈ ਬਣਾਈ, ਆਹ ਖਰਾਬੀ ਆਈ ਹੈ ਉਹ ਖਰਾਬੀ ਕੱਢਤੀ, ਪੋਲੀਓ ਖਤਮ ਹੋ ਗਿਆ। ਹੁਣ ਦੱਸੋ ਜਿਹੜੇ ਐਂ ਕਹਿੰਦੇ ਸੀ ਰੱਬ ਨੇ ਬੱਜ ਪਾਤਾ, ਹੁਣ ਨਿਕਲ ਗਿਆ, ਹੁਣ ਖਤਮ ਹੋ ਗਿਆ, ਹੁਣ ਇਲਾਜ ਕਰਤਾ ਠੀਕ ਕਰਤਾ, ਪਰ ਕੀਤਾ ਕਿਹਨੇ? ਪਰਮਾਤਮਾ ਦੇ ਦਿੱਤੇ ਹੋਏ ਦਿਮਾਗ ਨੂੰ ਬੰਦਿਆਂ ਡਾਕਟਰਾਂ ਨੇ ਵਰਤਿਆ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਵਰਤਿਆ ਨਾ ਡਾਕਟਰਾਂ ਨੇ। ਹੁਣ ਡਾਕਟਰ ਐਂ ਕ੍ਰੈਡਿਟ ਖਾਣ, ਜੇ ਇਸ ਚੀਜ਼ ਦਾ ਕ੍ਰੈਡਿਟ ਲੈਣ, ਡਾਕਟਰ ਕਹਿਣ ਅਸੀਂ ਕਰਤੇ ਜੀ ਸਾਰਾ ਪੋਲੀਓ ਖਤਮ ਕਰਤਾ, ਸਾਨੂੰ ਕ੍ਰੈਡਿਟ ਦਿਓ, ਇਹ ਸਾਡਾ ਕ੍ਰੈਡਿਟ ਸਾਨੂੰ ਦਿਓ, ਫਿਰ ਆਪਾਂ ਕਹਾਂਗੇ ਜ਼ਿੰਮੇਵਾਰੀ ਚੱਕੋ, ਆ ਜਿੰਨੇ ਪਹਿਲਾਂ ਲੰਗੜੇ ਤੁਰੇ ਫਿਰਦੇ ਐ ਇਹ ਤੁਸੀਂ ਇਲਾਜ ਪਹਿਲਾਂ ਲੱਭ ਨਹੀਂ ਸਕੇ, ਭਾਵ ਕਿ ਜੇ ਇਨਸਾਨ ਨੇ ਪੋਲੀਓ ਖਤਮ ਕਰਨ ਦਾ ਕ੍ਰੈਡਿਟ ਲੈਣਾ ਹੈ ਤੇ ਜਿੰਨੇ ਪੋਲੀਓ ਵਾਲੇ ਤੁਰੇ ਫਿਰਦੇ ਐ ਇਹਦੀ ਜ਼ਿੰਮੇਵਾਰੀ ਵੀ ਬੰਦੇ ਨੂੰ ਚੱਕਣੀ ਪਊ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੱਲ ਆਈ ਪਕੜ ਚ, ਗੱਲ ਪਕੜ ਜਾਈ, ਜ਼ਿੰਮੇਵਾਰੀਆਂ ਵੀ ਚੱਕੋ ਨਾ ਵੀ ਪੋਲੀਓ ਠੀਕ ਖਤਮ ਹੋ ਸਕਦਾ ਸੀ ਜੇ ਪਹਿਲਾਂ ਇਲਾਜ ਲੱਭਦੇ, ਕੈਂਸਰ ਦਾ ਇਲਾਜ ਜੇ ਡਾਕਟਰਾਂ ਨੇ, ਹੁਣ ਡਾਕਟਰ ਕਹਿੰਦੇ ਆ 2 ਸਾਲਾਂ ਤੱਕ ਕੈਂਸਰ ਦਾ ਇਲਾਜ ਆ ਜਾਣਾ, ਅਮਰੀਕਾ ਵਾਲੇ ਕਹਿੰਦੇ ਆ ਵੀ ਆ ਜਾਣਾ ਖਤਮ ਕਰਤਾ, ਹੁਣ ਵੀ ਕੈਂਸਰ ਦਾ ਇਲਾਜ ਕਾਫੀ ਆ ਹੀ ਗਿਆ, ਥੋੜਾ ਬਹੁਤ ਰਹਿ ਗਿਆ, ਲਾਸਟ ਸਟੇਜ ਤੇ ਚੱਲਿਆ ਜਾਵੇ ਤੇ ਕੀ ਕਹਿਣਾ, ਨਹੀਂ ਤੇ ਇਲਾਜ ਆ ਗਿਆ। 2 ਸਾਲ ਤੱਕ ਜੇ ਡਾਕਟਰ ਕਹਿਣ ਸਾਨੂੰ ਕ੍ਰੈਡਿਟ ਦਿਓ, ਬੰਦੇ ਨੂੰ ਇਹ ਕ੍ਰੈਡਿਟ ਦਿਓ ਵੀ ਅਸੀਂ ਕੈਂਸਰ ਦਾ ਇਲਾਜ ਲੱਭ ਲਿਆ, ਅਸੀਂ ਬੰਦੇ ਬਚਾ ਲਏ, ਅਸੀਂ ਸਾਰੀ ਦੁਨੀਆ ਦਾ ਕੈਂਸਰ ਖਤਮ ਕਰਕੇ ਕੈਂਸਰ ਕੱਢਤਾ, ਸਾਰੇ ਬੰਦੇ ਬਚਾ ਲਏ, ਇਹ ਕ੍ਰੈਡਿਟ ਦਿਓ ਤੇ ਆਪਾਂ ਕਹਾਂਗੇ ਵੀ ਇਸ ਦੀ ਜ਼ਿੰਮੇਵਾਰੀ ਵੀ ਚੱਕੋ, ਵੀ ਜਿੰਨੇ ਮਰੇ ਐ ਉਹ ਵੀ ਜ਼ਿੰਮੇਵਾਰੀ ਚੱਕੋ, ਵੀ ਅਸੀਂ ਲੱਭ ਨਹੀਂ ਸਕੇ, ਇਹ ਕਸੂਰ ਸਾਡਾ ਹੈ, ਰੱਬ ਦਾ ਨਹੀਂ, ਰੱਬ ਨੇ ਨਹੀਂ ਮਾਰੇ, ਇਹ ਸਾਡਾ ਕਸੂਰ ਹੈ, ਆਖੋ ਸਤਨਾਮ, ਇਹ ਸਾਡਾ ਕਸੂਰ ਹੈ। ਜਿਵੇਂ ਸਾਡੇ ਵਰਗੇ ਬੰਦੇ ਨੱਕ ਜਿਹਾ ਚੜਾਉਂਦੇ ਹੁੰਦੇ ਆ ਨਾ ਵੀ ਰੱਬ ਇਹਦਾ ਵਿਚਾਰੇ ਦਾ ਕੀ ਦੋਸ਼ ਹੈ, ਪੋਲੀਓ ਲੱਤ ਖੜੀ ਹੈ, ਉਹ ਭਾਈ ਇਸੇ ਤਰ੍ਹਾਂ ਕਸੂਰ ਹੈ, ਜਿਹੜੇ ਆ ਬੰਦੇ ਇਦਾਂ ਮਰਦੇ ਆ ਸਾਡਾ ਕਸੂਰ ਹੈ। ਤੇ ਮੈਂ ਤੁਹਾਨੂੰ ਦੱਸਦਾ ਸੀ ਭੋਗ ਤੇ ਗਿਆ, ਉੱਥੇ ਕਹਿਣ ਵੀ ਲਓ ਜੀ ਵੇਖੋ ਜੀ
ਆ ਗਈ ਜੀ। ਫਿਰ ਹੁਣ ਜਦੋਂ ਸਮਾਂ ਆ ਗਿਆ ਜੀ, ਸਥਾਨ ਜਗ੍ਹਾ ਜਿਹੜੀ ਚੀਜ਼ ਨਾਲ ਮੌਤ ਹੋਣੀ ਹੁੰਦੀ ਹੈ ਬਹਾਨਾ, ਇਹ ਫਿਰ ਮੌਤ ਹੋ ਇਦਾਂ ਗੱਲਾਂ ਕਰਦੇ ਸੀ। ਉੱਥੇ ਬੈਠੇ ਸੋਚਦਾ ਸੀ ਮੈਂ, ਅੱਛਾ ਇੱਕ ਗੱਲ ਜਿਹੜੀ ਮੈਂ ਉੱਥੇ ਨੋਟ ਕੀਤੀ ਉਹ ਇਹ ਵੀ ਪਖੰਡ ਕਰਨਾ, ਸਾਡੇ ਅੰਦਰ ਜਿਹੜੀ ਝੂਠ ਭਰਨਾ, ਇਹ ਅਸੀਂ ਇਹੋ ਜਿਹੀਆਂ ਥਾਵਾਂ ਤੇ ਜਾ ਕੇ ਸਿੱਖਦੇ ਹਾਂ। ਭੋਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਿਹੜਾ ਵੀ ਬੰਦਾ ਬੋਲਦਾ ਸੀ ਉਹ ਬਸ ਐਂ ਕਰੇ, ਇਹਨਾਂ ਦਾ ਤੇ ਸਾਡੇ ਸਿਰ ਦੇ ਉੱਤੇ ਬਹੁਤ ਵੱਡਾ ਹੱਥ ਸੀ। ਐਸਾ ਬੰਦਾ ਨਹੀਂ ਜ਼ਿੰਦਗੀ 'ਚ ਵੇਖਣਾ, ਇਦਾਂ ਹੀ ਕੀਤਾ। ਜਿਹੜਾ ਵੀ ਬੰਦਾ ਸਟੇਜ ਤੇ ਬੋਲਿਆ, ਅਲੱਗ ਅਲੱਗ ਪਾਰਟੀਆਂ ਦੇ ਅਲੱਗ ਅਲੱਗ ਬੰਦੇ ਆਏ, ਇੱਕ ਕਵੇ ਇਹ ਤੇ ਸਾਡੇ ਨਾਲ ਹੀ ਰਿਹਾ ਸ਼ੁਰੂ ਤੋਂ ਲੈ ਕੇ, ਇਹ ਬੰਦਾ ਪੱਕਾ ਅਕਾਲੀ, ਤੇ ਦੂਜਾ ਆ ਕੇ ਕਹਿੰਦਾ ਇਹਨੇ ਸਾਡੀ ਗੱਡੀ ਤੇ ਬਹਿਣਾ ਜਦੋਂ ਇਲੈਕਸ਼ਨ ਆਉਣੀ, ਇਹਨੇ ਕਹਿਣਾ ਜੀ ਮੈਨੂੰ ਜ਼ਰੂਰ ਲੈ ਕੇ, ਉਹ ਕਾਂਗਰਸੀ ਉਹ ਕਹਿੰਦਾ ਸਾਡੇ ਨਾਲ ਬਵੇ। ਹੁਣ ਵੇਖੋ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਐਡੀਆਂ ਐਡੀਆਂ ਵੱਡੀਆਂ ਗੱਲਾਂ, ਤੇ ਮੈਂ ਸੋਚਦਾ ਸੀ ਮੈਂ ਕਿਹਾ ਜਿਹੜੇ ਆਮ ਬੰਦੇ ਬੱਚੇ ਸਾਡੇ ਬੈਠੇ ਐ ਆਹ ਕੁਝ ਸਿੱਖਦੇ ਆ ਇੱਥੇ ਆ ਕੇ, ਵੀ ਐ ਝੂਠ ਬੋਲੀਦਾ, ਐ ਬਾਹਰ ਜਾ ਕੇ ਹੱਸਦੇ ਐ, ਪਰ ਮੂੰਹ ਦੇ ਉੱਤੇ ਵੇਖੋ ਬੰਦੇ ਕੀ ਸਿਫਤਾਂ, ਕਿੱਦਾਂ ਵੱਡੇ ਵੱਡੇ ਪੁੱਲ ਬੰਨਦੇ ਐ। ਇਹ ਚੀਜ਼ਾਂ ਅਸੀਂ ਧਾਰਮਿਕ ਸਥਾਨਾਂ ਤੋਂ ਸਿੱਖਦੇ ਆ, ਆਹ ਕੁਝ ਅਸੀਂ ਇੱਥੇ ਸਿੱਖਦੇ ਆ। ਹੁਣ ਬੰਦਾ ਮਰਿਆ ਸੁੱਤਾ ਪਿਆ ਰਹਿ ਗਿਆ, ਡਾਕਟਰਾਂ ਨੇ ਕਿਹਾ ਸੀ ਇਲਾਜ ਕਰਾ ਲਾ, ਕਰਾਇਆ ਨਹੀਂ, ਗੌਰ ਨਹੀਂ ਕੀਤੀ, ਜਾਨ ਨਿਕਲ ਗਈ। ਤਾਂ ਕਰਕੇ ਭਾਈ ਮੈਨੂੰ ਵੀ ਬੋਲਣ ਦੀ ਮੌਕਾ ਮਿਲਿਆ, ਮੈਂ ਵੀ ਉੱਥੇ ਹੀ ਕਹਿੰਦਾ ਸੀ, ਮੈਂ ਕਿਹਾ ਚੈੱਕ ਕਰਾ ਲਿਆ ਕਰੋ, 6 ਮਹੀਨਿਆਂ ਬਾਅਦ ਟੈਸਟ ਕਰਾਉਂਦੇ ਰਿਹਾ ਕਰੋ ਭਾਈ। ਅੱਜ ਕੱਲ੍ਹ ਖਾਣੇ ਜ਼ਹਿਰ ਬਹੁਤ ਬਣ ਗਿਆ ਸਾਰੇ ਪਾਸੇ, ਖਾਣਾ ਸਹੀ ਨਹੀਂ, ਫੁੱਲ ਬਾਡੀ ਟੈਸਟ 6 ਮਹੀਨਿਆਂ ਬਾਅਦ ਕਰਾਉਂਦੇ ਰਹੋ, ਪਾਸਾ ਖੜ ਗਿਆ ਏ ਤੇਰੀ ਬੇਧਿਆਨੀ ਕਰਕੇ ਖੜਿਆ। ਅੱਜ ਦਿਮਾਗ ਦੀ ਕੋਈ ਕਲੌਟ ਬਣ ਗਿਆ ਨਾ, ਇਹ ਸਾਡੀ ਬੇਧਿਆਨੀ ਕਰਕੇ ਬਣਿਆ ਹੈ। ਅੱਜ ਆ ਜਗ੍ਹਾ ਜਗ੍ਹਾ ਤੇ ਐਕਸੀਡੈਂਟ ਹੋ ਰਹੇ ਆ, ਇਹ ਸਾਡੀਆਂ ਬੇਧਿਆਨੀਆਂ ਕਰਕੇ ਹੋ ਰਹੇ ਆ। ਜਿੱਦਾਂ ਦਾ ਕਰਾਂਗੇ, ਹੁਣ ਅਮਰੀਕਾ ਕੈਨੇਡਾ ਵਾਲੇ ਕਹਿੰਦੇ ਆ ਅਸੀਂ ਪਰਮਾਤਮਾ ਦੇ ਨਿਯਮਾਂ ਨੂੰ ਸਮਝ ਲਿਆ, ਅਸੀਂ ਰੂਲ ਬਣਾਤੇ, ਸੜਕਾਂ ਸਿੱਧੀਆਂ ਨੇ, ਕੋਈ ਟੁੱਟੀਆਂ ਨਹੀਂ, ਇੰਨੀ ਸਪੀਡ ਤੇ ਜਾਣਾ ਇੰਨੀ ਸਪੀਡ ਤੇ ਜਾਣਾ, ਕਾਨੂੰਨ ਬਣਾ ਲਿਆ, ਜੋ ਮੈਂ ਕੀਆ ਸੋ ਮੈਂ ਪਾਇਆ। ਲੋ ਅਸੀਂ ਵਧੀਆ ਸਾਰਾ ਕੁਝ ਪ੍ਰਾਪਤ ਕਰ ਲਿਆ, ਦਰਖਤ ਹੀ ਦਰਖਤ ਲਾਤੇ, ਆਕਸੀਜਨ ਵਾਧੂ ਹੈ, ਜੋ ਮੈਂ ਕੀਆ ਸੋ ਮੈਂ ਪਾਇਆ। ਆਪਾਂ ਕਹਿੰਦੇ ਹਾਂ ਅਸੀਂ ਦਰਖਤ ਸਾਰੇ ਪੱਟਤੇ, ਫੈਕਟਰੀਆਂ ਲਾਤੀਆਂ ਵੱਡੇ ਵੱਡੇ, ਇੱਥੇ ਭੱਠੇ ਲੱਗ ਗਏ, ਚਿਮਣੀਆਂ ਚੋਂ ਧੂੰਆਂ ਨਿਕਲ ਰਿਹਾ ਹੈ, ਗੱਡੀਆਂ ਚੋਂ ਪ੍ਰਦੂਸ਼ਣ ਚੈੱਕ ਨਹੀਂ ਕਰਦੇ ਕਦੇ, ਜ਼ਹਿਰ ਬਣ ਗਈ, ਆਕਸੀਜਨ ਮਿਲਦੀ ਨਹੀਂ, ਜੋ ਮੈਂ ਕੀਆ ਬੋਲੋ ਸੋ ਮੈਂ ਪਾਇਆ। ਖਾਣਾ ਸਾਡਾ ਸ਼ੁੱਧ ਨਹੀਂ, ਸਪਰੇਆਂ ਕਰਦੇ ਹਾਂ, ਝਾੜ ਜ਼ਿਆਦਾ ਵਧੇ, ਝਾੜ ਵਧਾਉਣ ਦੇ ਮਾਰੇ ਅਸੀਂ ਸਪਰੇਆਂ ਕਰ ਕਰਕੇ ਖਾਣਾ ਜ਼ਹਿਰਾ ਖਾ ਰਹੇ ਹਾਂ ਤੇ ਸਰੀਰ ਰੋਗੀ ਹੋ ਗਿਆ, ਜੋ ਮੈਂ ਕੀਆ ਸੋ ਮੈਂ ਪਾਇਆ। ਸੜਕਾਂ ਦਾ ਸਿਸਟਮ ਖਰਾਬ ਹੈ, ਜਗ੍ਹਾ ਜਗ੍ਹਾ ਐਕਸੀਡੈਂਟ ਹੋ ਰਹੇ ਹੈ, ਭਾਰਤ ਦੇ ਲੋਕ ਕਹਿਣ ਜੋ ਮੈਂ ਕੀਆ ਸੋ ਮੈਂ ਪਾਇਆ। ਅਸੀਂ ਕਾਨੂੰਨ ਨਹੀਂ ਬਣਾਏ, ਅਸੀਂ ਸਿਸਟਮ ਨਹੀਂ ਬਦਲ ਸਕੇ, ਇਹਦਾ ਫਲ ਪ੍ਰਾਪਤ ਕਰ ਰਹੇ ਹਾਂ, ਤੇ ਵਿਦੇਸ਼ਾਂ ਵਾਲੇ ਮਾਣ ਕਰਕੇ ਕਹਿ ਸਕਦੇ ਹੈ ਦਰਖਤ ਲਾਏ ਹੈ, ਖਾਣ ਵਿੱਚ ਜ਼ਹਿਰ ਨਹੀਂ, ਹਰੇਕ ਚੀਜ਼ ਸਾਫ਼ ਸੁਥਰੀ ਮਿਲਦੀ ਹੈ, ਸੜਕਾਂ ਤੇ ਕੋਈ ਬੰਦੇ ਨਹੀਂ ਮਰਦੇ ਸਾਡੇ, ਕਿਤੇ ਹੋਇਆ ਐਕਸੀਡੈਂਟ ਹੁੰਦਾ ਹੈ ਤੁਹਾਡੇ ਵਾਲਾ ਹਾਲ ਨਹੀਂ ਸਾਡਾ, ਅਸੀਂ ਸਿਸਟਮ ਬਣਾ ਲਿਆ, ਤਾਂ ਕਰਕੇ ਜੋ ਮੈਂ ਕੀਆ ਸੋ ਮੈਂ ਪਾਇਆ। ਅਸੀਂ ਬਣਾਇਆ ਨਹੀਂ, ਅਸੀਂ ਨਹੀਂ ਪਾਇਆ, ਬਣਾਉਣਾ ਪੈਣਾ। ਅਸੀਂ ਕਿੱਕਰ ਬੀਜੇ ਸੀ, ਸਾਨੂੰ ਸੂਲਾਂ ਮਿਲ ਗਈਆਂ, ਜਿਨ੍ਹਾਂ ਨੇ ਦਾਖਾਂ ਬੀਜੀਆਂ ਸੀ ਉਹਨਾਂ ਨੂੰ ਦਾਖਾਂ ਮਿਲ ਗਈਆਂ, ਰੱਬ ਕਿੱਥੇ ਕਸੂਰਵਾਰ ਹੋਇਆ। ਨਿਯਮਾਂ ਨੂੰ ਸਮਝ ਕੇ ਪੋਲੀਓ ਖਤਮ ਕਰਤਾ, ਜਾ ਕਾ ਕਹਿਆ ਦਰਗਹਿ ਚਲਾ। ਸਿਸਟਮ ਨੂੰ ਸਮਝ ਕੇ ਜਿਹੜੇ ਬੰਦੇ ਉਸ ਸਿਸਟਮ ਦੇ ਮੁਤਾਬਕ ਬਦਲਦੇ ਐ, ਸਾਰਾ ਕੁਝ ਹੀ ਚੇਂਜ ਕਰ ਸਕਦੇ ਐ। ਜੇ ਬੰਦੇ ਸਿਸਟਮਾਂ ਦੇ ਮੁਤਾਬਕ ਚੱਲਣਗੇ, ਪਰਮਾਤਮਾ ਦੇ ਬਣਾਏ ਨਿਯਮਾਂ ਨੂੰ ਸਮਝਣਗੇ, ਤਾਂ ਕਰਕੇ ਜੈਸਾ ਬੀਜੇਗਾ ਵੱਡੇਗਾ ਮਨਾਵੇ ਰਿਓ, ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਵੱਢਣਾ ਪੈਣਾ ਹੈ।
ਫਲ ਤੇਰੇ ਕਰਮਾਂ ਦਾ ਬੀਜੇਗਾ ਬੱਜੇਗਾ ਮਨਾ ਮੇਰੇ ਫਲ ਤੇਰੇ ਕਰਮਾਂ ਬੀਜੇਗਾ ਬੱਜੇਗਾ ਮਨਾ ਮੇਰੇ ਫਲ ਤੇਰੇ ਕਰਮਾਂ ਜੈਸਾ ਬੀਜੇਗਾ ਬੱਜੇਗਾ ਮਨਾ ਮੇਰੇ ਉਹ ਫਲ ਤੇਰੇ ਕਰਮਾਂ ਮਨਾ ਮੇਰਿਆ ਫਲ ਤੇਰੇ ਕਰਮਾਂ ਜੈਸਾ ਬੀਜੇਗਾ ਬੱਜੇਗਾ ਮਨਾ ਮੇਰਿਆ ਫਲ ਤੇਰੇ ਕਰਮਾਂ ਦਾ ਬੀਜੇਗਾ ਬੱਜੇਗਾ ਮਨਾ ਮੇਰਿਆ ਬੱਜੇਗਾ ਮਨਾ ਮੇਰਿਆ ਫਲ ਤੇਰੇ ਕਰਮਾਂ ਜੈਸਾ ਬੀਜੇਗਾ ਬੱਜੇਗਾ ਮਨਾ ਜਿਹੋ ਜਿਹਾ ਜਿਹਨੇ ਬੀਜਣਾ ਹੈ ਉਹੋ ਜਿਹਾ ਉਹਨੇ ਵੱਢ ਲੈਣਾ ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਵੱਢਣਾ ਪੈਣਾ ਭਾਈ ਤਾਂ ਕਰਕੇ ਬੀਜਣ ਲੱਗਿਆਂ ਸੋਚਣਾ ਪੈਗਾ ਤੇ ਜਾ ਕਾ ਕਹਿਆ ਲੋ ਫੇਰ ਪੰਗਤੀ ਸੁਣੋ ਇੱਕ ਵਾਰ ਜਾ ਕਾ ਕਹਿਆ ਦਰਗਹਿ ਚੱਲੇ ਸੋ ਕਿਸ ਕੋ ਨਦਰ ਲੈ ਆਵੇ ਤਲੇ ਕਹਿੰਦੇ ਉਹ ਕਿਸੇ ਨੂੰ ਕੀ ਨਦਰ ਥੱਲੇ ਲਿਆਊ ਅੱਖ ਥੱਲੇ ਲਿਆਊ ਜਿਹੜਾ ਜਿਹਦੀ ਦਰਗਾਹ 'ਚ ਚੱਲਦੀ ਹੈ ਜਿਹੜੀ ਦਰਗਾਹ 'ਚ ਚੱਲਣੀ ਹੈ ਉਹ ਰੱਬ ਦੇ ਸਿਸਟਮ ਨੂੰ ਸਮਝਣਾ ਹੈ ਤੇ ਸਮਝ ਕੇ ਬੰਦਾ ਚਲਾ ਲੈਂਦਾ ਆਪਣੀ ਵੀ ਜਦ ਜੇ ਖੂਨ ਬਣਾਉਣਾ ਹੈ ਤੇ ਆ ਆ ਖਾਣਾ ਪੈਣਾ ਐਂ ਕਰਕੇ ਐਂ ਬਣ ਜੂ ਚੱਲ ਗਈ ਬੱਚਾ ਪੈਦਾ ਕਰਨਾ ਹੈ ਆਹ ਕੁਝ ਚਾਹੀਦਾ ਏਦਾਂ ਏਦਾਂ ਹੋਊ ਹੋ ਗਿਆ ਉਹ ਫਿਰ ਕਿਸੇ ਨੂੰ ਕੀ ਨਦਰ ਥੱਲੇ ਲਿਆਊ ਜਦੋਂ ਸਮਝ ਆ ਗਈ ਗੱਲ ਰੱਬ ਦਾ ਸਿਸਟਮ ਸਮਝ ਆ ਗਿਆ ਵੀ ਐਂ ਹੋਣਾ ਉਵੇਂ ਉਵੇਂ ਕਰਨ ਲੱਗ ਪਿਆ ਉਹ ਫਿਰ ਕੀ ਕਬਰਾਂ ਬਣੀਆਂ ਤੇ ਜਾ ਜਾ ਕੇ ਮੱਥੇ ਟੇਕਦਾ ਫਿਰ ਜਗ੍ਹਾ ਜਗ੍ਹਾ ਤੇ ਦੀਵੇ ਜਗਾਉਂਦਾ ਫਿਰੇਗਾ ਸਿਸਟਮ ਹੈ ਰੱਬ ਦਾ ਸਮਝ ਆ ਗਿਆ ਉਹਦੀ ਚੱਲਦੀ ਹੈ ਹੁਣ ਚਲਾਉਣੀ ਆਉਂਦੀ ਹੈ ਵੀ ਪਰਮਾਤਮਾ ਦੇ ਘਰ ਵਿੱਚ ਪਰਮਾਤਮਾ ਦੇ ਸਿਸਟਮ ਵਿੱਚ ਪਰਮਾਤਮਾ ਦੀ ਮਰਿਆਦਾ ਵਿੱਚ ਐ ਚੱਲਣੀ ਚਲਾਉਣੀ ਆ ਗਈ ਇਹ ਨਹੀਂ ਵੀ ਹਰੇਕ ਦੀ ਨਹੀਂ ਚੱਲਦੀ ਹਰੇਕ ਦੀ ਚੱਲਦੀ ਚੱਲਦੀ ਹਰੇਕ ਦੀ ਹੈ ਚੱਲੂ ਜ਼ਰੂਰ ਪਰ ਜੇ ਕਿਤੇ ਸਮਝ ਆ ਜਾਏ ਹੁਣ ਵੇਖੋ ਨਾ ਪਿਆਰਿਓ ਸਿੱਧੀ ਜੀ ਗੱਲ ਹੈ ਨਾ ਮੈਂ ਜਿਵੇਂ ਕੱਲ ਬੇਨਤੀ ਕੀਤੀ ਸੀ ਵੀ ਪੇਟ ਆ ਗਿਆ ਬਾਹਰ
ਅਗਲਾ ਕਹਿੰਦਾ ਸਿਕਸ ਪੈਕ ਬਣਾਉਣੇ ਆ ਚੱਲਦੀ ਹੈ ਮੰਨ ਲਓ ਵੀ ਇਹ ਇਹਨੂੰ ਅੰਦਰ ਕਰਨਾ ਹੈ ਉਹਦੇ ਲਈ ਕੀ ਕਰਨਾ ਪਊ ਨਿਯਮ ਸਮਝੋ ਭੱਜੋ ਮਿਹਨਤ ਕਰੋ ਤਿੰਨ ਤਿੰਨ ਘੰਟੇ ਜਿਮ ਚ ਲਾਓ ਸਿਕਸ ਪੈਕ ਬਣ ਜਾਣਗੇ ਲੈ ਆ ਗਈ ਚਲਾਉਣੀ ਆਖੋ ਸਤਨਾਮ ਵਾਹ ਇਹ ਹੈ ਚੱਲਣੀ ਐ ਚੱਲਦੀ ਹੈ ਸਮਝ ਆ ਗਈ ਸਿਸਟਮ ਨੂੰ ਸਮਝ ਕੇ ਚਲਾਓ ਐ ਇਹਨੂੰ ਕਹਿੰਦੇ ਚੱਲਣੀ ਤੇ ਜੇ ਹੁਣ ਐ ਅੱਖਾਂ ਬੰਦ ਕਰਕੇ ਬੈਠਾ ਰਵੇ ਵੀ ਦਰਗਾਹ 'ਚ ਚੱਲੂ ਵੀ ਮੈਂ ਕਿੰਨੇ ਸੌ ਪਾਠ ਕਰਾਂ ਕਿੰਨੇ ਹਜ਼ਾਰ ਪਾਠ ਕਰਾਂ ਕਿਹੜੀ ਸਾਰੀ ਸਾਰੀ ਰਾਤ ਬੈਠਾ ਰਵਾਂ ਫਿਰ ਫਿਰ ਪਤਾ ਕੀ ਕਰਾਂ ਵੀ ਰੱਬਾ ਰੱਬ ਮੇਰੇ ਸਾਹਮਣੇ ਆਵੇ ਹਾਂਜੀ ਦੱਸੋ ਮੇਰੇ ਜੀ ਸਿਕਸ ਪੈਕ ਬਣਾ ਦਿਓ ਰੱਬ ਕਵੇ ਤਥਾਸਤੂ ਨਾ ਜਿਮ ਜਾਣਾ ਪਵੇ ਨਾ ਐਨ ਤੇ ਬਸ ਜਦੋਂ ਰੱਬ ਨੇ ਐ ਹੱਥ ਕੀਤਾ ਤੇ ਢਿੱਡ ਸਾਰਾ ਅੰਦਰ ਤੇ ਸਿਕਸ ਪੈਕ ਬਾਹਰ ਐ ਨਹੀਂ ਬਣਨਾ ਐ ਨਹੀਂ ਬਣਨਾ ਇਹ ਨਹੀਂ ਹੋ ਸਕਦਾ ਜਦੋਂ ਚੱਲ ਚੱਲ ਚਲਾਉਣੀ ਆ ਗਈ ਵੀ ਐ ਚੱਲੂ ਐ ਕਰਨਾ ਪਊ ਜੇ ਤੰਦਰੁਸਤ ਰਹਿਣਾ ਐ ਕਰਨਾ ਪਊ ਪਰਮਾਤਮਾ ਦਾ ਤੰਦਰੁਸਤ ਰਹਿਣ ਲਈ ਆਹ ਨਿਯਮ ਹੈ ਪਰਮਾਤਮਾ ਦਾ ਲੰਮੀ ਉਮਰ ਕਰਨ ਲਈ ਆਹ ਨਿਯਮ ਹੈ ਬਈ ਲੰਮੀ ਉਮਰ ਦਾ ਰਾਜ ਕੀ ਹੈ ਬਈ ਕਹਿੰਦੇ ਜੀ ਆਹ ਨਹੀਂ ਖਾਧਾ ਨਸ਼ੇ ਦੇ ਨੇੜੇ ਤੇੜੇ ਨਹੀਂ ਗਏ ਸਟ੍ਰੈਸ ਕੋਈ ਲਈ ਨਹੀਂ ਕੰਮ ਬਹੁਤ ਵਧੀਆ ਕੀਤਾ ਜੇਬ ਭਰੀ ਰਹਿੰਦੀ ਸੀ ਜ਼ਿੰਮੇਵਾਰ ਬੰਦੇ ਨੂੰ ਸਟ੍ਰੈਸ ਕਾਹਦੀ ਜ਼ਿੰਮੇਵਾਰੀ ਨਿਭਾਈ ਹੈ ਆਪਣੀ ਕੰਮ ਪੂਰਾ ਕਰੀਦਾ ਸੀ ਮਾਲਕ ਖੁਸ਼ ਰਿਹਾ ਸਮੇਂ ਸਿਰ ਤਨਖਾਹ ਮਿਲਦੀ ਸੀ ਬੱਚੇ ਵਧੀਆ ਪੜ੍ਹਾਏ ਐ ਬੋਝ ਕੋਈ ਜ਼ਿੰਦਗੀ 'ਚ ਪਿਆ ਹੀ ਨਹੀਂ ਤੇ ਸੌ ਸੌ ਸਾਲ ਤੱਕ ਉਮਰ ਭੋਗ ਲਈ ਚਲਾ ਲਈ ਅਗਲਿਆਂ ਨੇ ਚਲਾ ਲਈ ਤੇਰੀ ਵੀ ਚੱਲ ਸਕਦੀ ਸੀ ਪਰ ਤੈਂ ਚਲਾਈ ਹੋਈ ਨਹੀਂ ਤੈਂ ਗੌਰ ਨਹੀਂ ਕੀਤੀ ਤੇਰੀ ਹਿੰਮਤ ਨਹੀਂ ਹੋਈ ਤਾਂ ਕਰਕੇ ਭਾਈ ਇਸ ਗੱਲ ਨੂੰ ਜ਼ਰੂਰ ਦਿਮਾਗ 'ਚ ਰੱਖੋ ਜਾ ਕਾ ਕਹਿਆ ਦਰਗਹਿ ਚੱਲੇ ਜਿਹਦੀ ਦਰਗਾਹ 'ਚ ਚੱਲਦੀ ਹੈ ਉਹ ਕਿਸੇ ਹੋਰ ਨੂੰ ਨਜ਼ਰ ਥੱਲੇ ਕੀ ਲਿਆਊ ਰੱਬ ਦਾ ਸਿਸਟਮ ਸਮਝ ਆ ਗਿਆ ਜਿਹਨੂੰ ਉਹ ਕਬਰਾਂ ਬੜੀਆਂ ਤੇ ਜਾ ਕੇ ਦੀਵੇ ਜਗਾਉਂਦਾ ਫਿਰੂ ਉਹ ਜਗ੍ਹਾ ਜਗ੍ਹਾ ਨੱਕ ਰਗੜਦਾ ਫਿਰੂ ਉਹ ਕਹਿੰਦੇ ਰੱਬ ਨੇ ਪੈਦਾ ਕੀਤਾ ਹੈ ਇੱਕੋ ਰੱਬ ਦਾ ਇੱਥੇ ਕਾਨੂੰਨ ਚੱਲਦਾ ਹੈ ਉਹ ਸਾਡੇ ਸਮਝ 'ਚ ਆ ਗਿਆ ਲੋ ਫਿਰ ਦੁਬਾਰਾ ਬੋਲਦੇ ਸੀ ਜਾ ਕਾ ਕਹਿਆ ਦਰਗਹਿ ਚੱਲੇ ਸੋ ਕਿਸ ਕੋ ਨਦਰ ਲੈ ਆਵੇ ਤਲੇ ਰੱਬ ਨੂੰ ਜਿਹੜਾ ਵਿਚਾਲੇ ਖਿਲਾਰਨ ਲੱਗ ਪਿਆ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵੰਗਾ ਹੋਆ ਜਿਹੜਾ ਨਿਯਮਾਂ ਦੀ ਸ਼ਰਨ ਵਿੱਚ ਚੱਲਿਆ ਗਿਆ ਉਹਨੂੰ ਤੱਤੀ ਵਾਹ ਨਹੀਂ ਲੱਗਣੀ ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ ਅੱਗੇ ਸੁਣੋ ਜਾ ਕਾ ਸਭ ਕਿਛ ਤਾਂ ਕਾ ਹੋਏ ਨਾਨਕ ਤਾਂ ਕੋ ਸਦਾ ਸੁਖ ਹੋਏ ਜਿਹਨੇ ਇਹ ਸਾਰਾ ਕੁਝ ਬਣਾਇਆ ਹੋਇਆ ਉਹਦਾ ਬਣ ਕੇ ਰਹਿ ਜਿਹਦਾ ਇਹ ਸਾਰਾ ਕੁਛ ਹੈ ਸਾਰਾ ਕੁਛ ਹੈ ਜਿਹਦਾ ਜਿਹਦੇ ਨਿਯਮ 'ਚ ਚੱਲਦਾ ਉਹਦਾ ਬਣ ਕੇ ਰਹਿ ਇੱਕਮਿਕ ਰਹਿ ਉਹਦੇ ਨਾਲ ਤੇ ਸਦਾ ਸੁਖੀ ਰਹਿ ਫਿਰ ਨਹੀਂ ਕਦੇ ਦੁੱਖ ਹੋਣਾ ਫਿਰ ਐਂ ਪਤਾ ਲੱਗ ਜੂ ਵੀ ਬੁੱਢੇ ਪਾ ਰਿਹਾ ਹੈ ਆਉਣਾ ਹੀ ਸੀ ਭਾਈ ਇਹ ਵੀ ਨਿਯਮ ਚ ਆਉਂਦਾ ਹੈ ਵੀ ਹੁਣ ਬੁੱਢਾ ਹੋ ਰਿਹਾ ਹੋਣਾ ਹੀ ਸੀ ਮਰ ਰਿਹਾ ਇਹ ਤੇ ਮਰਨਾ ਹੀ ਹੈ ਹੁਣ ਹੁਣ ਐਂਡ ਹੋ ਗਿਆ ਸੌ ਸਾਲ ਤੱਕ ਲਿਜਾ ਸਕਦੇ ਸੀ ਲੈ ਗਏ ਹੁਣ ਇੱਥੇ ਹੱਦ ਹੈ 110 ਸਾਲ ਤੱਕ ਵੀ ਲੈ ਗਿਆ ਪਰ ਇੱਥੇ ਹੁਣ ਨਿਯਮ ਨੇ ਇਦੂ ਗਾਹ ਨੇ ਇੱਥੇ ਕਿ ਤੱਕ ਜਾਵਾਂਗੇ 120 ਸਾਲ ਤੱਕ ਵੀ ਤੁਰ ਫਿਰ ਸਕਦੇ ਹਾਂ ਭਾਵ ਕਿ ਉਹ ਚੀਜ਼ ਨੂੰ ਸਮਝ ਜਾਈਏ ਉਹ ਤੇ ਫਿਰ ਸਭ ਨੇ ਜਾਣਾ ਹੁੰਦਾ ਉਸ ਸਮਝ ਆ ਗਈ ਸਾਰੀ ਦਾੜੀ ਚਿੱਟੀ ਹੋ ਰਹੀ ਹੈ ਜੀ ਹੁਣ ਹੋਣੀ ਹੈ ਇਹ ਨਿਯਮ ਹੈ ਖੁਸ਼ ਉੱਥੇ ਫਿਰ ਬੰਦਾ ਆਨੰਦ 'ਚ ਰਹਿੰਦਾ ਅਕਲ ਆ ਗਈ ਸਮਝ ਆ ਗਈ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਪਰਮਾਤਮਾ ਦੇ ਸਿਸਟਮ ਨਾਲ ਚਿੱਤ ਲੱਗ ਗਿਆ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਧੰਨ ਹੈ ਉਹ ਬਣਾਉਣ ਵਾਲਾ ਇਹ ਸਿਸਟਮ ਤੇ ਜਿਹੜਾ ਉਹਦੇ ਸਿਸਟਮ ਨੂੰ ਸਮਝ ਕੇ ਚੱਲਦਾ ਫਿਰ ਔਖੀ ਘੜੀ ਨਾ ਦੇਖਣ ਦੇਈ ਔਖੀ ਘੜੀ ਨਹੀਂ ਵੇਖਣ ਦਿੰਦਾ ਫਿਰ ਆਪਣਾ ਬਿਰਧ ਸੰਭਾਲੇ ਕੱਲ ਹੁਕਮਨਾਮਾ ਆਇਆ ਸੀ ਲੋ ਪੜੋ ਔਖੀ ਘੜੀ ਨਾ ਦੇਖਣ ਦੇਈ
ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲ ਹੱਥ ਦੇ ਰੱਖ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ। ਇੱਕ ਤੇ ਹੁੰਦਾ ਵੀ ਰੱਬਾ ਔਖੀ ਘੜੀ ਵੇਖਣ ਨਾ ਦੇਈ, ਦੇਈ ਨਹੀਂ ਇੱਥੇ, ਇੱਥੇ ਲਿਖਿਆ ਔਖੀ ਘੜੀ ਨਾ ਵੇਖਣ ਦੇਈ। ਆਪਣੇ ਸੇਵਕ ਨੂੰ ਔਖੀ ਘੜੀ ਨਹੀਂ ਵੇਖਣ ਦਿੰਦਾ, ਆਪਣਾ ਬਿਰਧ ਸੰਭਾਲੇ, ਇਹ ਉਹਦਾ ਬਿਰਧ ਹੈ, ਉਹਦੀ ਡਿਊਟੀ ਹੈ, ਉਹਦੇ ਫਰਜ਼ ਨੇ। ਹੱਥ ਦੇ ਰੱਖ ਹੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ, ਆਪਣੇ ਸੇਵਕ ਨੂੰ ਰੱਖਦਾ ਹੈ ਜਿਹੜਾ ਉਹਦੇ ਉਹਦੇ ਨਾਲ ਪਿਆਰ ਕਰਦਾ ਹੈ, ਉਹ ਫਿਰ ਆਪਣੇ ਸੇਵਕ ਨੂੰ ਰੱਖਦਾ ਹੈ। ਆਪਾਂ ਕਹਾਂਗੇ ਇਹ ਕਿਵੇਂ ਹੋ ਸਕਦਾ ਹੈ, ਔਖੀ ਘੜੀ ਵੇਖਣ ਨਾ ਦਿੰਦਾ ਨਹੀਂ, ਇਹ ਕਿਵੇਂ ਹੋ ਸਕਦਾ ਹੈ ਭਾਈ ਹੁੰਦਾ ਹੈ। ਦੱਸੋ ਪਿਆਰਿਓ, ਜਰਾ ਦੱਸਿਓ, ਗੁਰੂ ਗੋਬਿੰਦ ਸਿੰਘ ਜਦੋਂ ਮਾਛੀਵਾੜ ਦੇ ਜੰਗਲ ਵਿੱਚ ਆਏ ਹੈ, ਉਹਨਾਂ ਦੇ ਚਰਨਾਂ 'ਚ ਕੰਡੇ ਵੱਜੇ ਸੀ ਕਿ ਨਹੀਂ ਸੀ ਵੱਜੇ, ਇਹ ਔਖ ਹੈ ਕਿ ਨਹੀਂ ਹੈ? ਹੈ। ਸਾਰੇ ਬਸਤਰ ਪਾਟ ਗਏ ਸੀ ਨਾ, ਬਿਲਕੁਲ, ਚਰਨਾਂ 'ਚੋਂ ਖੂਨ ਸਿੰਮਦਾ ਸੀ ਨਾ, ਟਿੰਡ ਦਾ ਸਰਾਣਾ ਲਾਇਆ ਸੀ, ਕੰਡਿਆਂ ਦੀ ਸੇਜ ਵਿਛਾਈ ਸੀ, ਇਹ ਔਖ ਹੈ ਕਿ ਨਹੀਂ ਹੈ? ਬੋਲੋ, ਹੈ। ਪਰ ਗੁਰੂ ਗੋਬਿੰਦ ਸਿੰਘ ਔਖੇ ਸੀ? ਔਖ ਤੇ ਇਹ ਹੈ, ਪਰ ਇਹ ਔਖੀਆਂ ਘੜੀਆਂ ਸੁਰਤ ਦੇ ਨੇੜੇ ਨਹੀਂ ਆ ਸਕਦੀਆਂ। ਕਿਉਂ? ਪਤਾ ਕਿਉਂ? ਇਸ ਕਰਕੇ ਨਹੀਂ ਆਈਆਂ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹ ਆਪ ਫੈਸਲਾ ਕੀਤਾ ਹੈ ਵੀ ਜਿਹੜੇ ਰਾਹ ਤੇ ਤੁਰਿਆ ਮਨਾ ਫਿਰ ਤੇ ਇਹ ਮੁਸੀਬਤਾਂ ਆਉਣਗੀਆਂ ਹੀ। ਆਖੋ ਸਤਨਾਮ, ਇਹ ਆਉਣਗੀਆਂ ਹੀ। ਚਿੱਤ ਜਦੋਂ ਰੱਬ ਨਾਲ ਲੱਗ ਜਾਂਦਾ ਹੈ, ਪਰਮਾਤਮਾ ਦੇ ਸਿਸਟਮ ਨਾਲ, ਨਿਯਮਾਂ ਨਾਲ ਜਿਹਦਾ ਚਿੱਤ ਲੱਗਦਾ ਹੈ, ਪ੍ਰਭ ਸਿਓ ਲਾਗ ਰਹਿਓ ਮੇਰਾ ਚੀਤ, ਆਦ ਅੰਤ ਸ਼ੁਰੂ ਤੋਂ ਲੈ ਕੇ ਅਖੀਰ ਤੱਕ, ਆਦ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਮੀਤ। ਉਹ ਮਿੱਤਰ ਧੰਨ ਹੈ ਸਾਡਾ ਜਿਹੜਾ ਸਦਾ ਸਹਾਈ ਹੈ, ਸਹਾਇਕ ਬਣਦਾ ਹੈ ਆਪਣੇ ਪਿਆਰਿਆਂ ਦਾ। ਧੰਨ ਹੈ ਸਾਡਾ ਪਿਆਰਾ ਜਿਹੜਾ ਸਾਡੀ ਸਹਾਇਤਾ ਕਰਦਾ ਹੈ, ਧੰਨ ਹਮਾਰਾ ਮੀਤ। ਤੇ ਕਹਿੰਦੇ ਇਹ ਅਸਚਰਜ ਖੇਡ ਵੇਖ ਵੇਖ ਕੇ ਹੈਰਾਨੀ ਹੁੰਦੀ ਹੈ, ਅਸਚਰਜ ਖੇਡ ਵੇਖ ਕੇ ਵੀ ਇੰਨੀਆਂ ਤਕਲੀਫਾਂ ਹੈ ਪਰ ਅੰਦਰ ਤੱਕ ਤਕਲੀਫ ਨਹੀਂ ਪਹੁੰਚਦੀ। ਗੁਰੂ ਗੋਬਿੰਦ ਸਿੰਘ ਦੇ ਆਲੇ ਦੁਆਲੇ ਕਿੰਨੀਆਂ ਮੁਸ਼ਕਲਾਂ ਆਈਆਂ ਹੋਈਆਂ ਪਰ ਸੁਰਤ ਤੱਕ ਨਹੀਂ ਪਹੁੰਚਦਾ ਦੁੱਖ। ਵਿਚਾਲੇ ਖੜ ਜਾਂਦਾ, ਕਹਿੰਦੇ ਮੇਰਿਆ ਰੱਬਾ, ਮੇਰੇ ਪਰਮਾਤਮਾ, ਤੂੰ ਵਿਚਾਲੇ ਖੜਦਾ ਹੈ, ਉਹ ਦੁੱਖ ਨੇੜੇ ਨਹੀਂ ਆਉਣ ਦਿੰਦਾ। ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਦੁੱਖ ਜਾਣਿਆ ਜਾਣਦਾ ਨਹੀਂ ਫਿਰ ਬੰਦਾ, ਵਿਚਾਲੇ ਖੜ ਜਾਂਦਾ ਆ ਕੇ। ਇਹੀ ਅਸਚਰਜ ਕੌਤਕ ਵੇਖ ਵੇਖ ਕੇ ਤੇ ਹੈਰਾਨੀ ਹੁੰਦੀ ਹੈ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਮੀਤ। ਹੈਰਾਨੀ ਹੁੰਦੀ ਹੈ, ਮਨ ਬਿਲਾਸ ਭਏ ਸਾਹਿਬ ਕੇ, ਪੜੋ, ਮਨ ਬਿਲਾਸ ਭਏ ਸਾਹਿਬ ਕੇ, ਅਚਰਜ ਦੇਖ ਬੜਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਤੂੰ ਵੀ ਉਹਨੂੰ ਸਿਮਰ, ਤੂੰ ਵੀ ਉਹਦੇ ਸਿਸਟਮ ਨੂੰ ਸਮਝ, ਸਿਮਰ ਸਿਮਰ ਕੇ, ਸਮਝ ਸਮਝ ਕੇ ਆਨੰਦ ਲੈ। ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਉਹ ਸਦਾ ਉਹਦਾ ਸਿਸਟਮ ਹੈ ਜਿਹੜਾ ਉਹਨੂੰ ਸਮਝ। ਫਿਰ ਜਿਵੇਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੰਡਿਆਂ ਦੀ ਸੇਜ ਤੇ ਬਹਿ ਕੇ ਵੀ ਚੜ੍ਹਦੀ ਕਲਾ ਵਿੱਚ ਆਪਾਂ ਪੜ੍ਹਦੇ ਹਾਂ ਨਾ, ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਾਛੀਵਾੜ ਦੇ ਜੰਗਲ ਵਿੱਚ ਆਏ ਹੈ ਤੇ ਸੱਚੇ ਪਾਤਸ਼ਾਹ ਨੂੰ ਦਇਆ ਸਿੰਘ ਹੋਣਾ ਨੇ ਕਿਹਾ, ਸੱਚੇ ਪਾਤਸ਼ਾਹ ਹੈਰਾਨ ਹੋਇਆ ਵੇਖ ਕੇ
ਕਹਿੰਦੇ ਗਰੀਬ ਨਵਾਜ਼ ਆ ਇੰਨੇ ਦੁੱਖ ਜਿਵੇਂ ਕਲਗੀਆਂ ਵਾਲਿਆ ਚੰਨ ਮਾਈਆ ਜਿਵੇਂ ਕਲਗੀਆਂ ਵਾਲਿਆ ਚੰਨ ਮਾਈਆ ਕੁਝ ਯਾਦ ਹੈ ਬੀਬੀ ਬਤਾਈ ਤੈਨੂੰ ਹੀਰੇ ਜੜੇ ਰੰਗੀਲੇ ਭੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ ਮਤਾਂ ਪਿੰਡੇ ਤੇ ਕੋਈ ਮਤਾਂ ਪਿੰਡੇ ਤੇ ਕੋਈ ਝਰੀਟ ਆ ਜਾਏ ਖਰਵੀ ਉਂਗਲ ਨਾ ਕਿਸੇ ਸੁਹਾਈ ਤੈਨੂੰ ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤੱਤੀ ਵਾਹ ਨਾ ਚਾਨਣਾ ਲਾਈ ਤੈਨੂੰ ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਗੁਜਰੀ ਦੇ ਸੋਹਲ ਫੁੱਲਾਂ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਕੰਨਿਆਂ ਦੀ ਸੇਜ ਵਿਛਾ ਕੇ ਕਿਵੇਂ ਪੈ ਗਏ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਸੀ ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ ਸੂਲਾਂ ਇੱਕ ਨਾ ਸੂਲ ਚ ਭਾਈ ਮੈਨੂੰ ਦਇਆ ਸਿੰਘ ਜੇ ਸੱਚ ਤੋਂ ਪੁੱਛਣਾ ਏ ਐਸੀ ਨੀਂਦ ਨਾ ਕਦੇ ਵੀ ਆਈ ਐਸੀ ਨੀਂਦ ਨਹੀਂ ਕਦੇ ਆਈ ਕੰਡਿਆਂ ਦੀ ਸੇਜ ਤੇ ਪੈ ਕੇ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਨੇ ਇਹ ਸੋਚੋ ਵੀ ਇਹ ਚੜ੍ਹਦੀ ਕਲਾ ਕਿੱਥੋਂ ਆਉਂਦੀ ਹੈ ਇੰਨੀਆਂ ਤਕਲੀਫਾਂ ਵਿੱਚ ਕਾਇਮ ਕਿਵੇਂ ਰਿਹਾ ਜਾ ਸਕਦਾ ਇਹ ਸਵਾਲ ਹੈ ਚਰਨ ਕਮਲ ਸਾਹਿਬ ਮੱਥਾ ਟੇਕਣ ਜਾਓ ਕੱਲ ਮੈਂ ਵੀ ਦਰਸ਼ਨ ਕਰਕੇ ਆਇਆ ਸੀ ਚਰਨ ਕਮਲ ਸਾਹਿਬ ਜਾਓਗੇ ਇਹ ਦਿਮਾਗ 'ਚ ਸਵਾਲ ਖੜਾ ਕਰਿਆ ਕਰੋ ਵੀ ਇਦਾਂ ਕਿਵੇਂ ਹੋ ਸਕਦਾ ਹੈ ਮੇਰਾ ਘਰ ਚਰਨ ਕਮਲ ਸਾਹਿਬ ਦੇ ਜਮਾਂ ਹੀ ਨਾਲ ਹੈ ਤੇ ਮੈਂ ਤੇ ਬੈੱਡ ਤੇ ਪਿਆ ਹੋਇਆ ਪਾਸੇ ਮਾਰੀ ਜਾਂਦਾ ਮੈਨੂੰ ਚੰਗੇ ਭਲੇ ਬਿਸਤਰੇ ਤੇ ਏਸੀ ਚੱਲਦੇ ਚ ਨੀਂਦ ਨਹੀਂ ਆਉਂਦੀ ਗੁਰੂ ਗੋਬਿੰਦ ਸਿੰਘ ਕੰਡਿਆਂ ਤੇ ਖੁਸ਼ ਕਿਵੇਂ ਪੈ ਗਏ ਇਹ ਸਵਾਲ ਖੜਾ ਕਰੋ ਦਿਮਾਗ ਵਿੱਚ ਇਹਦਾ ਹੱਲ ਲੱਭੀਏ ਇਹਦਾ ਇਲਾਜ ਲੱਭੀਏ ਇਹ ਕੀ ਕਿਵੇਂ ਹੋ ਸਕਦਾ ਵੀ ਇਦਾਂ ਕਿਵੇਂ ਹੋ ਸਕਦਾ ਪਰ ਇਹ ਹੋਇਆ ਇਹ ਹੁੰਦਾ ਹੈ ਸੱਚਮੁੱਚ ਜਿਹੜੇ ਉਹਦੇ ਸਿਸਟਮ ਨਾਲ ਪਿਆਰ ਕਰਦੇ ਆ ਜਿਹੜੇ ਟੀਚਾ ਲੈ ਕੇ ਚੱਲਦੇ ਆ ਟੀਚਾ ਬੜੀ ਵੱਡੀ ਚੀਜ਼ ਹੁੰਦਾ ਏਮ ਜਿਨ੍ਹਾਂ ਦਾ ਏਮ ਹੁੰਦਾ ਨਾ ਕਿਤੇ ਪਹੁੰਚਣ ਦਾ ਫਿਰ ਨਹੀਂ ਦੁੱਖ ਤਕਲੀਫਾਂ ਜਿਹੜੇ ਬੱਚੇ ਅਮਰੀਕਾ ਜਾਂਦੇ ਅੱਜ ਕੱਲ੍ਹ ਵੇਖੋ ਵੀ ਜਿਹੜੇ ਬੱਚੇ ਦੋ ਨੰਬਰ 'ਚ ਅਮਰੀਕਾ ਜਾਂਦੇ ਆ 40 ਲੱਖ ਰੁਪਈਆ ਲਾਉਂਦੇ ਆ ਤੇ ਜਦੋਂ ਉਹਨਾਂ ਨੂੰ ਐਂ ਬਿਠਾ ਕੇ ਕਹੀਦਾ ਨਾ ਹੁਣ ਮੈਨੂੰ ਵੀ ਪਤਾ ਮੈਨੂੰ ਕਈ ਵਾਰੀ ਮਾਂ ਪਿਓ ਕਹਿਣਗੇ ਇਹਨੂੰ ਸਮਝਾ ਦਿਓ ਮਾੜਾ ਜਿਹਾ ਤੁਸੀਂ ਸਾਡੀ ਤੇ ਮੰਨਦਾ ਨਹੀਂ ਕਹਿੰਦਾ 40 ਲੱਖ ਲਾ ਕੇ ਅਮਰੀਕਾ ਜਾਣਾ ਗੱਲ ਕਰਿਓ ਇਹਦੇ ਨਾਲ ਤੇ ਮੈਂ ਸੁਣਿਓ ਕਈ ਵਾਰੀ ਨਾ ਐਂ ਬਹਿ ਕੇ ਉਹਨਾਂ ਨੂੰ ਬੱਚਿਆਂ ਨੂੰ ਐਂ ਗੱਲ ਕਰੀਦੀ ਹੈ ਬਈ ਮੈਂ ਵੇਖਿਆ ਹੈ ਮੈਨੂੰ ਮਿਲਦੇ ਐ ਅਮਰੀਕਾ ਬੱਚੇ ਨੌਜਵਾਨ ਆਪਣੇ ਵੀਰ ਉਹ ਕਹਿੰਦੇ ਐ ਬਈ ਮਸਾਂ ਪਹੁੰਚੇ ਉਹਦੇ ਵਿੱਚ ਜਦੋਂ ਪਾਣੀ ਦੇ ਵਿੱਚ ਵਾੜ ਲਿਆ ਸਮੁੰਦਰ ਦੇ ਵਿੱਚ 12 ਘੰਟੇ ਕਿਸ਼ਤੀ ਚਲਾਈ ਗਏ ਛੋਟੀ ਜੀ ਕਿਸ਼ਤੀ 'ਚ 12 ਬੰਦੇ ਵਾੜ ਲਏ ਵਿੱਚ ਡੁੱਬ ਵੀ ਜਾਂਦੇ ਆ ਕਈ ਪਰ ਉਹ ਸਾਹਮਣੇ ਬੈਠਾ ਨਾ ਐ ਐ ਠੀਕ ਹੈ ਜੀ ਪਰ ਜਾਣਾ ਤਾਂ ਅਮਰੀਕਾ ਹੀ ਹੈ ਠੀਕ ਹੈ ਜੀ ਜੋ ਮਰਜ਼ੀ ਕਹੀ ਜੋ ਸਾਡਾ ਟੀਚਾ ਬੜਾ ਮੌਤ ਦੀ ਵੀ ਉਹ ਬੰਦਾ ਪਰਵਾਹ ਟੀਚਾ ਜਿਹੜਾ ਹੈ ਨਾ ਇਹ ਬੇਪਰਵਾਹ ਕਰਦਾ ਹੈ ਗੁਰੂ ਗੋਬਿੰਦ ਸਿੰਘ ਇਸ ਕਰਕੇ ਰੰਗ 'ਚ ਨੇ ਕਿਉਂਕਿ ਟੀਚਾ ਬਣਾ ਸਿਰੇ ਪਹੁੰਚਣਾ ਇਹ ਟੀਚਾ ਹੈ ਵੀ ਇੱਥੇ ਜਾਣਾ ਗੁਲਾਮੀ ਕੱਟਣੀ ਹੈ ਅਣਖ ਨਾਲ ਜਿਉਣਾ ਸਿਖਾਉਣਾ ਹੈ ਹਿੰਮਤ ਕੀ ਹੁੰਦੀ ਹੈ ਦੱਸਣਾ ਜੁਰਤ ਕੀ ਹੁੰਦੀ ਹੈ ਦੱਸਣਾ ਬੇਬਾਕੀ ਕੀ ਹੁੰਦੀ ਹੈ ਇਹ ਦੱਸਣਾ ਪਰਮਾਤਮਾ ਦਾ ਬਣਾਇਆ ਹੋਇਆ ਬੰਦਾ ਕਿੱਦਾਂ ਦਾ ਚਾਹੀਦਾ ਹੈ ਇਹ ਦੱਸਣਾ ਖੁਦ ਮੁਖਤਿਆਰੀ ਕੀ ਹੁੰਦੀ ਹੈ ਇਹ ਦੱਸਣਾ ਇੱਕ ਆਮ ਸਰੀਰ ਮੇਰੇ ਵਰਗਾ ਬੰਦਾ ਦੇਹ ਹੈ ਜਿਹੜੀ ਸਰੀਰ ਹੈ ਗੁਰੂ ਗੋਬਿੰਦ ਸਿੰਘ ਕਹਿੰਦੇ ਹੈ ਗੁਰੂ ਗੋਬਿੰਦ ਸਿੰਘ ਕਹਿੰਦੇ ਮੇਰੇ ਵਰਗਾ ਬੰਦਾ ਦੇਹ ਕਿਵੇਂ ਔਰੰਗਜ਼ੇਬ ਦੀ ਅੱਖ ਚੱਕ ਪਾ ਕੇ ਗੱਲ ਕਰ ਸਕਦਾ ਇਹ ਦੱਸਣਾ ਹੈ ਇਹਨਾਂ ਨੂੰ ਇਹ ਟੀਚਾ ਹੈ ਇਹਨਾਂ 'ਚ ਹਿੰਮਤ ਭਰਨੀ ਹੈ ਪੈਸ਼ਨ ਭਰਨਾ ਹੈ ਇੱਥੇ ਨਾ ਕਿਸੇ ਦੀ ਜਵਾਨ ਬੱਚੀ ਜਵਾਨ ਬੱਚੀ ਬੱਸ ਦੇ ਵਿੱਚੋਂ ਡਿੱਗ ਪਈ ਘੜੀਸ ਕੇ ਲੈ ਗਈ ਮੌਤ ਹੋ ਗਈ ਸਾਰੇ ਲੋਕਾਂ 'ਚ ਹਾਹਾਕਾਰ ਮੱਚ ਗਈ ਬੱਚੀ ਮਰ ਗਈ ਬੱਚੀ ਮਰ ਗਈ ਤੇ ਜਿੱਦੇ ਅਗਲੇ ਮਾਲਕ ਜਾਂਦੇ ਐ ਲੈ ਦੇ ਕੇ ਚੁੱਪ ਕਰ ਜਾਓ ਇਦਾਂ ਹੀ ਹੁੰਦਾ ਨਾ ਵੀ ਲੈ ਦੇ ਕੇ ਕਹਿੰਦੇ ਇੱਕ ਸਰਕਾਰੀ ਨੌਕਰੀ ਦੇ ਦਿਓ ਤੇ 20 ਲੱਖ ਰੁਪਈਆ ਨਗਦ ਦੇ ਦਿਓ ਚੁੱਪ ਕਰ ਜਾਂਦੇ ਆ
ਹੋ ਗਏ ਨਾ ਚੁੱਪ ਹੁੰਦੇ ਨੇ ਨਾ ਇਦਾਂ ਹੀ ਹੁੰਦੇ ਨੇ ਆ ਜਿਹੜੀ ਚੀਜ਼ ਹੈ ਇਹਨਾਂ ਚ ਕਿਵੇਂ ਭਰੀਏ ਵੀ ਬੇਟੀ ਬੇਟੀ ਹੁੰਦੀ ਹੈ ਮੁੱਲ ਨਹੀਂ ਪਾਈਦਾ ਧੀਆਂ ਦਾ ਤੇਰਾ ਪੁੱਤ ਮਰਿਆ ਮੁੱਲ ਵੱਟ ਲਿਆ ਤਾਂ ਉਹਦਾ ਲੋਕਾਂ ਦੇ ਹੋਰ ਮਰਨਗੇ ਇੱਕ ਕਾਇਮ ਹੋ ਜੇ ਰੂਟ ਕੈਂਸਲ ਹੋ ਜਾਣ ਇੱਕ ਕਾਇਮ ਹੋ ਜੇ ਰੂਟ ਕੈਂਸਲ ਹੋ ਜਾਣ ਬਾਕੀ ਲੋਕਾਂ ਦੇ ਪੁੱਤ ਮਰਨੋਂ ਹਟ ਜਾਣਗੇ ਮੁੜ ਕੇ ਕਿਸੇ ਦੀ ਧੀ ਨਹੀਂ ਮਰੂ ਅਗਲਾ ਡਰਾਈਵਰ 100 ਵਾਰੀ ਸੋਚੂ ਪਤਾ ਵੀ ਲੈ ਦੇ ਕੇ 20 ਲੱਖ ਰੁਪਈਆ ਦੇਾਂਗਾ ਗੱਲ ਚੁੱਪ ਕਰ ਜੂ ਐਦਾਂ ਮੁੱਲ ਵੱਟ ਇਹ ਬੜੀਆਂ ਜ਼ਮੀਰਾਂ ਐ ਇਹਨੂੰ ਮਰੀ ਜ਼ਮੀਰ ਕਹਿੰਦੇ ਐ ਗੁਰੂ ਗੋਬਿੰਦ ਸਿੰਘ ਦਾ ਟੀਚਾ ਐ ਤਾਂ ਹੀ ਉਹ ਮਹਾਨ ਬਣਦੇ ਐ ਉਹਨਾਂ ਦਾ ਏਮ ਆਫ ਲਾਈਫ ਉਹਨਾਂ ਦਾ ਏਮ ਕੀ ਐ ਉਹਨਾਂ ਦਾ ਟੀਚਾ ਕੀ ਐ ਉਹਨਾਂ ਨੇ ਪਹੁੰਚਣਾ ਕਿੱਥੇ ਐ ਤੇ ਜਦੋਂ ਬੰਦੇ ਨੇ ਕਿਤੇ ਪਹੁੰਚਣਾ ਹੁੰਦਾ ਫਿਰ ਸਬਰ ਬਹੁਤ ਵੱਡਾ ਆ ਜਾਂਦਾ ਵੇਖਿਓ ਨਾ ਅਮਰੀਕਾ ਜਾਣ ਵਾਲਾ ਬੱਚਾ ਜਿਹੜਾ ਅੱਜ ਕਹਿੰਦਾ ਹੈ ਉਹਨੂੰ ਕਹਿੰਦਾ 4 ਮਹੀਨੇ ਵੀ ਲੱਗ ਸਕਦੇ ਐ ਕਹਿੰਦਾ ਸਬਰ ਕਰ ਲਾਂਗੇ ਓਏ ਸਾਲ ਵੀ ਤੈਨੂੰ ਲੱਗ ਸਕਦਾ ਹੈ ਕਹਿੰਦੇ ਸਬਰ ਕਰ ਲਾਂਗੇ ਉੱਥੇ ਤੈਨੂੰ ਫੜ ਲੈਣਗੇ ਕੈਂਪ 'ਚ ਫੜਨਗੇ ਹੋ ਸਕਦਾ 6 ਮਹੀਨੇ ਬਾਹਰ ਰਵੇਂ ਸਬਰ ਕਰ ਲਾਂਗੇ ਓਏ ਹੋ ਸਕਦਾ ਤੈਨੂੰ ਡਿਪੋਰਟ ਕਰ ਦੇਣ ਇੰਡੀਆ ਵਾਪਸ ਭੇਜ ਦੇਣ 40 ਲੱਖ ਵੀ ਜਾਵੇ ਕਹਿੰਦਾ ਕੋਈ ਨਹੀਂ ਜੀ ਸਬਰ ਕਰ ਲਾਂਗੇ ਟੀਚਾ ਹੈ ਨਾ ਹੁਣ ਸਮਝ ਆ ਗਈ ਨਾ ਵੀ ਨਹੀਂ ਕਰਨਾ ਹੀ ਕਰਨਾ ਇਹ ਚੀਜ਼ਾਂ ਤੁਹਾਡਾ ਦੁੱਖ ਹੁਣ ਵੇਖੋ ਨਾ ਸੱਸ ਕਹਿੰਦੀ ਐ ਮੇਰੀ ਨੂੰਹ ਸੇਵਾ ਕਰੇ ਰੋਟੀ ਬਣਾਵੇ ਸਬਜ਼ੀ ਬਣਾਵੇ ਘਰ ਦਾ ਕੰਮਕਾਰ ਕਰੇ ਉੱਚਾ ਨਾ ਬੋਲੇ ਕਿੰਨੇ ਸਵਾਲ ਨੇ ਨਾ ਸੇਵਾ ਕਰਨ ਲਈ ਨੂੰਹ ਲਿਆਂਦੀ ਐ ਪਰ ਜੇ ਟੀਚਾ ਹੋਵੇ ਵੀ ਮੇਰੇ ਪੁੱਤ ਨੂੰ ਕੈਨੇਡਾ ਲੈ ਕੇ ਜਾਊ ਬੈਂਡ ਵਾਲੀ ਐ ਬੈਂਡ ਲੈ ਕੇ ਆਈ ਐ ਨੂੰਹ ਇਹ ਜਾਊ ਕੈਨੇਡਾ ਤੇ ਸਾਡੇ ਮੁੰਡੇ ਨੂੰ ਵੀ ਲੈ ਜੂ ਧਿਆਨ ਨਾਲ ਸੁਣਿਓ ਸੁਣਿਓ ਜੇ ਨੂੰ ਐ ਪਤਾ ਲੱਗ ਜੇ ਵੀ ਪੜ੍ਹੀ ਲਿਖੀ ਆਈ ਐ ਨਾਲੇ ਕੈਨੇਡਾ ਜਾਊ ਨਾਲੇ ਪੁੱਤ ਮੇਰੇ ਨੂੰ ਲੈ ਕੇ ਜਾਊ ਜੇ ਮੇਰਾ ਪੁੱਤ ਕੈਨੇਡਾ ਜਾਊ ਤੇ ਕਦੇ ਨਾ ਕਦੇ ਅਸੀਂ ਵੀ ਕੈਨੇਡਾ ਵੇਖਾਂਗੇ ਐ ਆ ਜੇ ਦਿਮਾਗ 'ਚ ਟੀਚਾ ਕੀ ਐ ਜੀ ਕਿੱਥੇ ਜਾਣ ਦਾ ਬੋਲੋ ਕੈਨੇਡਾ ਜਾਣ ਦਾ ਟੀਚਾ ਕੈਨੇਡਾ ਜਾਣ ਦਾ ਫਿਰ ਨੂੰ ਕੀ ਕਹਿੰਦੀ ਐ ਸੱਸ ਕਹਿੰਦੀ ਐ ਜਦੋਂ ਨੂੰ ਕਹਿੰਦੀ ਮੈਂ ਤੇ 8 ਵਜੇ ਉੱਠੂ ਪੁੱਤ ਤੂੰ 9 ਵਜੇ ਉੱਠ ਪਿਆ ਕਰ ਤਾਂ ਵੀ ਕੋਈ ਨੂੰ ਕਹਿੰਦੀ ਐ ਮੇਰੇ ਤੋਂ ਸਬਜ਼ੀ ਨਹੀਂ ਬਣਦੀ ਲੈ ਪੁੱਤ ਮੈਂ ਕਾਹਦੇ ਲਈ ਆ ਜੇ ਮੇਰੇ ਹੱਥ ਪੈਰ ਠੀਕ ਨੇ ਮੈਂ ਆਪੇ ਕਰ ਲੂੰ ਤੂੰ ਰਹਿਣ ਦੇ ਫਿਰ ਐ ਫਿਰ ਨੂੰ ਕਹਿੰਦੀ ਐ ਕੱਪੜੇ ਮੈਂ ਨਹੀਂ ਧੋ ਸਕਦੀ ਬੇਬੇ ਮੈਨੂੰ ਮੈਂ ਕਰ ਲੂੰ ਆਪੇ ਪੁੱਤ ਤੂੰ ਪੜ੍ਹਾਈ ਕਰਿਆ ਕਰ ਬਸ ਤੂੰ ਤੇ ਕੈਨੇਡਾ ਕੰਨੀ ਵੇਖ ਤੂੰ ਬਸ ਤੂੰ ਚੁੱਪ ਰਹਿ ਹੁਣ ਟੀਚਾ ਕੀ ਐ ਜੀ ਕਿੱਥੇ ਜਾਣ ਦਾ ਕੈਨੇਡਾ ਸਭ ਕੁਝ ਠੀਕ ਹੋ ਗਿਆ ਕਿ ਨਹੀਂ ਆ ਗਿਆ ਸਬਰ ਹੁਣ ਨੂੰ ਨਹੀਂ ਸੇਵਾ ਕਰਦੀ ਪਹਿਲਾਂ ਵਾਲੀ ਜਿਹੜੀ ਅਨਪੜ੍ਹ ਆਈ ਉਹਨੂੰ ਕਹਿੰਦੀ ਰੋਟੀ ਬਣਾ ਇੱਥੇ ਸਾਰੇ ਹੀ ਸਬਰ ਨੇ ਵੀ ਨਹੀਂ ਬਣਾਉਂਦੀ ਤਾਂ ਵੀ ਕੋਈ ਨਹੀਂ ਹੁਣ ਨਹੀਂ ਵੀ ਸੇਵਾ ਕਰਦੀ ਤਾਂ ਵੀ ਕੋਈ ਨਹੀਂ ਕਿਉਂਕਿ ਟੀਚਾ ਕੈਨੇਡਾ ਜਾਂਦਾ ਹੈ ਇਹ ਚੇਤਾ ਰੱਖਿਓ ਕਿਉਂ ਨਹੀਂ ਦੁੱਖ ਲੱਗਦੇ ਹੁੰਦੇ ਬੰਦੇ ਨੂੰ ਕਿਉਂਕਿ ਟੀਚਾ ਨਹੀਂ ਨਾ ਸਾਡਾ ਜਿੱਦੇ ਟੀਚਾ ਕਲੀਅਰ ਹੋ ਗਿਆ ਵੀ ਇੱਥੇ ਜਾਣਾ ਫਿਰ ਇੱਕ ਗੱਲ ਹੋਰ ਇੱਕ ਗੱਲ ਕਹਿ ਦਿਆਂ ਟੀਚੇ ਨਾਲ ਜੁੜਨ ਕਰਕੇ ਗੰਗੂ ਗੰਗੂ ਹੈ ਤੇ ਕੁੰਮਾ ਮਾਸ਼ਕੀ ਕੁੰਮਾ ਮਾਸ਼ਕੀ ਐ ਕਹਿ ਲੋ ਗੰਗੂ ਗੰਗੂ ਹੈ ਤੇ ਗਨੀ ਖਾਂ ਤੇ ਨਬੀ ਖਾਂ ਇੱਥੇ ਹੀ ਨੇ ਇੱਥੇ ਹੀ ਦਫਨਾਏ ਗਏ ਹਨ ਮਾਛੀਵਾੜਾ ਸਾਹਿਬ ਗਨੀ ਖਾਂ ਤੇ ਨਬੀ ਖਾਂ ਗਨੀ ਖਾਂ ਨਬੀ ਖਾਂ ਤਾਂ ਨੇ ਕਿਉਂਕਿ ਟੀਚੇ ਨਾਲ ਜੁੜੇ ਐ ਦੱਸੋ ਪਿਆਰਿਓ ਇੱਕ ਗੱਲ ਸਮਝਿਓ ਕਿ ਆਮ ਬੰਦਿਆਂ ਦੀ ਜ਼ਿੰਦਗੀ ਦੇ ਵਿੱਚ ਗੰਗੂ ਵਰਗੇ ਬੰਦੇ ਨਹੀਂ ਆਉਂਦੇ ਆਮ ਜਿਹੜੇ ਬੰਦੇ ਆਪਾਂ ਸਾਰੇ ਆਮ ਬੰਦੇ ਆ ਜੀ ਕਿ ਕਈ 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 ਬੰਦੇ ਇਹੋ ਜਿਹੇ ਆ ਆਪਣੇ 'ਚ ਬੈਠੇ ਆ ਇੱਥੇ ਆ ਹੁਣ ਧਿਆਨ ਨਾਲ ਸੁਣਿਓ ਵੀ ਜਰਾ ਇੱਕ ਗੱਲ ਧਿਆਨ ਨਾਲ ਸੁਣਨ ਵਾਲੀ ਹੈ ਧਿਆਨ ਨਾਲ ਸੁਣਿਓ ਸਾਡੇ ਵਿੱਚ ਜਿਹੜੇ ਆਪਾਂ ਬੰਦੇ ਆ ਕੀ ਸਾਡੇ ਬੰਦਿਆਂ ਦੇ ਵਿੱਚ ਅੱਜ ਦੇ ਸਮੇਂ ਵਿੱਚ ਕਈ ਇਹੋ ਜਿਹੇ ਬੰਦੇ ਨਹੀਂ ਮਿਲਦੇ ਜਿਹੜੇ ਸਾਰਾ ਕੁਝ ਲੁੱਟ ਕੇ ਲੈ ਜਾਂਦੇ ਕਈ ਬੰਦਿਆਂ ਦਾ ਇਹੋ ਜਿਹਾ ਠੱਗੀ ਮਾਰਦੇ ਐ ਵੀ ਬੰਦਾ ਜ਼ਮੀਨ ਵੀ ਵੇਚਤੀ ਘਰ ਬਾਰ ਵੀ ਲੁੱਟ ਕੇ ਲੈ ਗਿਆ ਕਿਰਾਏ ਤੇ ਰਹਿਣ ਲਾ ਦਿੱਤਾ ਕੀ ਇਹ ਜੇ ਠੱਗ ਅੱਜ ਨਹੀਂ ਟੱਕਰਦੇ ਬੋਲੋ ਟੱਕਰਦੇ ਐ ਕੀ ਗੰਗੂ ਅੱਜ ਨਹੀਂ ਆਉਂਦਾ ਬੰਦੇ ਦੀ ਜ਼ਿੰਦਗੀ 'ਚ ਆਉਂਦਾ ਹੈ ਪਰ ਉਹਨਾਂ ਗੰਗੂਆਂ ਨੂੰ ਕੋਈ ਨਹੀਂ ਪੁੱਛਦਾ ਗੰਗੂ ਗੰਗੂ ਵਰਗੇ ਬੰਦੇ ਬਰਬਾਦ ਕਰਨ ਵਾਲੇ ਅੱਜ ਵੀ ਆਉਂਦੇ ਐ ਜੀ ਗੰਗੂ ਨੂੰ ਫੜਾਇਆ ਸੀ ਜਿਹੜੇ ਹੁਣ ਇੱਥੇ ਨਿਆਣਿਆਂ ਨੂੰ ਕਈਆਂ ਨੂੰ ਵਰਗਲਾ ਕੇ ਲੈ ਜਾਂਦੇ ਆ ਨਿਆਣਿਆਂ ਨੂੰ ਬੰਦਾ ਲੈ ਗਿਆ
ਬਰਗਲਾ ਕੇ ਲਿਜਾ ਕੇ ਗੱਡੀ ਚਾੜਤਾ ਟ੍ਰੇਨ ਉੱਥੇ ਜਾ ਕੇ ਅਗਲਿਆਂ ਨੇ ਹੱਥ ਵੱਢਤੇ ਅੰਨਾ ਕਰਤਾ ਨਸ਼ੇ 'ਚ ਰੱਖਿਆ 2 ਮਹੀਨਿਆਂ ਬਾਅਦ ਮੰਗਣ ਲਾ ਲਿਆ ਰੇਲਵੇ ਸਟੇਸ਼ਨ ਤੇ ਹੱਥ ਪੈਰ ਬੰਨ੍ਹ ਕੇ ਸਾਰੀ ਜ਼ਿੰਦਗੀ ਲਈ ਬੱਚਾ ਗੁਲਾਮ ਕਰ ਲਿਆ ਗੰਗੂ ਨੇ ਵੀ ਐਂ ਕਰਿਆ ਮਿੱਠਾ ਜਿਹਾ ਹੋ ਕੇ ਚਲਿਆ ਗਿਆ ਆਓ ਮਾਤਾ ਜੀ ਮੇਰੇ ਘਰੇ ਚੱਲੋ ਜੀ ਤੇ ਅੱਜ ਕਈ ਬੰਦੇ ਮਿੱਠੇ ਬਣ ਕੇ ਬੱਚੇ ਦੇ ਹੱਥ ਵੀ ਵੱਢਤੇ ਲੱਤਾਂ ਵੀ ਵੱਢਤੀਆਂ ਟੁੰਡਾ ਬਣਾ ਕੇ ਮੰਗਣ ਲਾ ਲਿਆ ਅੰਨਾ ਬਣਾ ਕੇ ਮੰਗਣ ਲਾ ਲਿਆ ਇਹ ਗੰਗੂ ਤੋਂ ਘੱਟ ਹੈ ਬੋਲੋ ਬਈ ਪਰ ਇਸ ਗੰਗੂ ਦਾ ਕਿਤੇ ਜ਼ਿਕਰ ਨਹੀਂ ਹੋਣਾ ਕਿਉਂਕਿ ਜਿਹਦੇ ਹੱਥ ਪੈਰ ਵੱਢੇ ਐ ਨਾ ਇਹ ਗੰਗੂ ਜਿਹਦੀ ਜ਼ਿੰਦਗੀ 'ਚ ਆਇਆ ਉਹਦਾ ਟੀਚਾ ਕੋਈ ਨਹੀਂ ਉਹਦਾ ਟੀਚਾ ਹੀ ਕੋਈ ਨਹੀਂ ਉਹਦਾ ਮਕਸਦ ਹੀ ਕੋਈ ਨਹੀਂ ਉਹ ਆਮ ਬੰਦਾ ਹੈ ਉਹਦਾ ਟੀਚਾ ਨਹੀਂ ਟੀਚਾ ਤੁਹਾਨੂੰ ਖਾਸ ਬਣਾ ਦਿੰਦਾ ਹੈ ਸਾਰੇ ਆਮ ਬੰਦੇ ਐ ਪਰ ਟੀਚਾ ਵਧੀਆ ਹੋਵੇ ਤੇ ਬੰਦਾ ਖਾਸ ਬਣ ਜਾਂਦਾ ਫੇਰ ਸੁਣਿਓ ਗਨੀ ਖਾਨ ਨਬੀ ਖਾਨ ਵਰਗੇ ਮਦਦ ਕਰਨ ਵਾਲੇ ਬੰਦੇ ਅੱਜ ਨਹੀਂ ਆਉਂਦੇ ਜ਼ਿੰਦਗੀ 'ਚ ਤੁਹਾਡੀ ਜ਼ਿੰਦਗੀ 'ਚ ਆਉਂਦੇ ਨਹੀਂ ਕਈ ਵਾਰੀ ਬੰਦਾ ਜਮਾਂ ਹੀ ਮਰਨ ਕਿਨਾਰੇ ਹੁੰਦਾ ਹੈ ਮਗਰ ਪਿਆ ਹੋਇਆ ਜੀ ਮੈਨੂੰ ਫੜਦੇ ਫਿਰਦੇ ਐ ਜੀ ਮੈਨੂੰ ਬਚਾ ਲਓ ਜੀ ਐ ਹੱਥ ਜੋੜਦਾ ਤੇ ਬੜੇ ਬੰਦੇ ਜਾਨ ਬਚਾਉਂਦੇ ਐ ਜੀ ਉਸ ਵੇਲੇ ਐ ਖੜ ਜਾਂਦੇ ਅੱਗੇ ਹੋ ਕੇ ਐ ਗਨੀ ਖਾਨ ਤੇ ਨਬੀ ਖਾਨ ਨੇ ਗੁਰੂ ਗੋਬਿੰਦ ਸਿੰਘ ਨੂੰ ਮੋਢਾ ਲਾ ਕੇ ਕੱਢਿਆ ਉਹ ਤਾਂ ਗਨੀ ਖਾਨ ਨਬੀ ਖਾਨ ਬਣੇ ਇਦਾਂ ਦੇ ਗਨੀ ਖਾਨ ਨਬੀ ਖਾਨ ਹਰੇਕ ਬੰਦੇ ਦੀ ਜ਼ਿੰਦਗੀ ਵਿੱਚ ਮਦਦ ਕਰਨ ਵਾਲੇ ਜਾਨ ਵਾਰਨ ਵਾਲੇ ਵੀ ਆ ਜਾਂਦੇ ਆ ਕਈ ਵਾਰੀ ਇਹੋ ਜਿਹੇ ਵੀ ਸਾਡੇ ਦੋਸਤ ਸਾਡੇ ਮਿੱਤਰ ਸਾਡੇ ਨਾਲ ਖੜ ਜਾਂਦੇ ਆ ਅਗਲਾ ਕਹਿੰਦਾ ਘਰ ਬਾਰ ਵੇਚ ਤੂੰ ਤੇਰੇ ਲਈ ਆਪਣਾ ਤੇ ਤੂੰ ਮੇਰਾ ਯਾਰ ਹੈ ਮੈਂ ਤੇਰੇ ਲਈ ਸਭ ਕੁਝ ਕੁਰਬਾਨ ਕਰ ਦੂੰ ਮੈਂ ਜ਼ਮੀਨ ਵੇਚ ਕੇ ਦੇ ਦੂੰ ਯਾਰ ਤੈਨੂੰ ਉੱਜੜਨ ਨਹੀਂ ਦਿੰਦਾ ਮੈਂ ਘਰ ਵੇਚ ਤੂੰ ਤੇਰੇ ਪਿੱਛੇ ਤੇਰੇ ਨਾਲ ਯਾਰੀ ਨਿਭਾਉਂ ਮੈਂ ਗਨੀ ਖਾਨ ਨਬੀ ਖਾਨ ਹੋਣੀ ਪਿਆਰ ਨਿਭਾ ਗਏ ਪਰ ਇਤਿਹਾਸ ਦੇ ਪਾਤਰ ਉਹ ਤਾਂ ਬਣੇ ਕਿਉਂਕਿ ਟੀਚੇ ਵਾਲੇ ਪਾਤਸ਼ਾਹ ਲਈ ਜਿਹਦਾ ਕੋਈ ਟੀਚਾ ਸੀ ਉਹਦੀ ਸੇਵਾ ਕੀਤੀ ਇਹੋ ਜੀ ਸੇਵਾ ਤੁਸੀਂ ਵੀ ਕਰ ਲਓ ਕੋਈ ਨਹੀਂ ਪੁੱਛਦਾ ਪਰ ਜੇ ਕਿਸੇ ਦਾ ਟੀਚਾ ਮਿਥਿਆ ਹੋਇਆ ਹੋਵੇ ਉਹਦੀ ਜ਼ਿੰਦਗੀ ਵਿੱਚ ਆਏ ਹੋਏ ਗਨੀ ਖਾਨ ਨਬੀ ਖਾਨ ਦਾ ਵੀ ਜ਼ਿਕਰ ਹੋਊ ਕਿਉਂਕਿ ਉਹਨਾਂ ਨੇ ਨਾਲ ਹੈਲਪ ਕੀਤੀ ਹੈ ਤੇ ਟੀਚੇ ਵਾਲੇ ਬੰਦੇ ਦੇ ਵਿਰੋਧ ਵਿੱਚ ਖੜੇ ਲੁੱਟਣ ਵਾਲੇ ਗੰਗੂ ਵਰਗਿਆਂ ਦਾ ਵੀ ਸਾਰੀ ਜ਼ਿੰਦਗੀ ਜ਼ਿਕਰ ਹੋਊ ਆਖੋ ਸਤਨਾਮ ਇਹ ਤਾਂ ਹੈ ਅਸਲ 'ਚ ਤੁਹਾਡਾ ਟੀਚਾ ਵੱਡਾ ਹੋਣਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਕੰਡਿਆਂ ਤੇ ਪੈ ਕੇ ਵੀ ਦੁੱਖ ਨਹੀਂ ਮੰਨਦੇ ਨੌਜਵਾਨ ਅਮਰੀਕਾ ਜਾ ਰਿਹਾ ਹੈ ਕੱਪੜੇ ਪਾਟੇ ਪਏ ਐ ਮੈਨੂੰ ਦੱਸਦੇ ਐ ਕਹਿੰਦੇ ਇੱਕ ਐਡਾ ਕੁ ਬ੍ਰੈਡ ਦਿੰਦੇ ਐ ਜੀ ਸਾਰੇ ਦਿਨ 'ਚ ਖਾਣ ਲਈ ਮਹੀਨਾ ਇੱਕ ਬ੍ਰੈਡ ਮਿਲਿਆ ਇੱਕ ਬ੍ਰੈਡ ਐਂ ਬ੍ਰੈਡ ਜਿਹਾ ਖਾ ਲੈਂਦੇ ਸੀ ਸੁੱਕ ਕੇ ਤੀਲੇ ਹੋ ਗਏ ਪੈਰਾਂ ਦੇ ਵਿੱਚ ਕੰਡੇ ਵੱਜਦੇ ਸੀ ਜੁੱਤੀ ਟੁੱਟ ਗਈ ਜੰਗਲਾਂ ਦੇ ਰਾਹ ਤੁਰੇ ਜਾਣਾ ਕਈ ਕਹਿੰਦੇ ਰਾਹ 'ਚ ਹੀ ਮਰ ਗਏ ਉਹ ਕਹਿੰਦੇ ਪਿਛਲਿਆਂ ਨੂੰ ਨਹੀਂ ਚੱਕਣਾ ਜਿਹੜਾ ਮਰ ਗਿਆ ਇੱਥੇ ਹੀ ਸਿੱਟ ਜੋ ਲਾਸ਼ ਵੀ ਉੱਥੇ ਹੀ ਸਿੱਟ ਜਾਂਦੇ ਸੀ ਕਹਿੰਦੇ ਫਿਰ ਵੀ ਤੁਰੇ ਜਾਣਾ ਆ ਸਾਡੇ ਅੱਜ ਪੰਜਾਬ ਦੇ ਬੱਚਿਆਂ ਵਿੱਚ ਇੰਨੀ ਹਿੰਮਤ ਆ ਸਕਦੀ ਹੈ ਕਿਉਂ ਆਉਂਦੀ ਹੈ ਭਲਾ ਕਿਉਂਕਿ ਪਹੁੰਚਣਾ ਕਿੱਥੇ ਚਾਹੁੰਦੇ ਹੈ ਜੀ ਅਮਰੀਕਾ ਤੇ ਗੁਰੂ ਗੋਬਿੰਦ ਸਿੰਘ ਕੰਡਿਆਂ ਤੇ ਪਏ ਹੈ ਮਹਾਰਾਜ ਕਿਵੇਂ ਪੈ ਗਏ ਕਹਿੰਦੇ ਖੁਸ਼ ਹੈ ਉਹ ਕਿੱਥੇ ਪਹੁੰਚਣਾ ਚਾਹੁੰਦੇ ਹੈ ਉਹ ਪਹੁੰਚਣਾ ਚਾਹੁੰਦੇ ਹੈ ਉਹਨਾਂ ਦਾ ਏਮ ਹੈ ਕੋਈ ਉਹਨਾਂ ਦਾ ਮਕਸਦ ਹੈ ਮਕਸਦ ਕੀ ਹੈ ਤੁਸੀਂ ਦਲੇਰ ਬਣ ਸਕੋ ਜ਼ਮੀਰ ਜਾਗ ਸਕੇ ਅਣਖ ਆਵੇ ਹਿੰਮਤ ਆਵੇ ਸੱਚੇ ਬਣੋ ਸਮਝੌਤੇ ਨਾ ਕਰੋ ਇਹ ਨਾ ਕਹਿ ਦਿਆ ਕਰ ਵੀ 20 ਲੱਖ ਦੇ ਦੇ ਕੋਈ ਨਹੀਂ ਪੁੱਤ ਮਰ ਗਿਆ ਪੁੱਤ ਨੇ ਕਿਹੜਾ ਮੋੜ ਆਉਣਾ 20 ਲੱਖ ਤੇ ਲੈ ਲਈਏ ਅਗਲਾ ਕਹਿੰਦਾ ਮੇਰਾ ਪੁੱਤ ਜਿਵੇਂ ਮਾਰਿਆ ਨਾ ਹਿਸਾਬ ਲੈ ਕੇ ਛੱਡੂ ਐ ਨਹੀਂ ਕਿਸੇ ਹੋਰ ਦਾ ਮਾਰੇਗਾ ਇਹ ਟੀਚਾ ਹੈ ਮਰੀਆਂ ਜ਼ਮੀਰਾਂ ਜਗਾਉਣਾ ਇਹ ਟੀਚਾ ਹੈ ਖੁਦ ਮੁਖਤਿਆਰ ਹੋ ਕੇ ਰਹਿਣਾ ਸਿਖਾਉਣਾ ਇਹ ਟੀਚਾ ਹੈ ਗੁਰੂ ਗੋਬਿੰਦ ਸਿੰਘ ਦਾ ਤਾਂ ਕੰਡਿਆਂ ਤੇ ਪੈ ਗਏ ਖੁਸ਼ ਹੋ ਕੇ ਕਹਿੰਦੇ ਕੰਡਿਆਂ ਵੱਲ ਤੇ ਮੈਂ ਵੇਖਦਾ ਹੀ ਨਹੀਂ ਮੈਨੂੰ ਮੇਰਾ ਟੀਚਾ ਦਿਸਦਾ ਹੈ ਮਹਾਰਾਜ ਬੱਚੇ ਸ਼ਹੀਦ ਹੋ ਗਏ ਕਹਿੰਦੇ ਬੱਚਿਆਂ ਕਹਿੰਦੇ ਮੈਂ ਵੇਖਦਾ ਹੀ ਨਹੀਂ ਜੇ ਮੇਰੇ ਆਹ ਕੁਝ ਕਰਨ ਨਾਲ ਲੋਕਾਂ 'ਚ ਅਣਖ ਆਉਂਦੀ ਹੈ ਤੇ ਮੈਂ ਕੰਡਿਆਂ ਤੇ ਪੈਣ ਨੂੰ ਤਿਆਰ ਹਾਂ ਬੱਚੇ ਸ਼ਹੀਦ ਕਰਾਉਣ ਨੂੰ ਤਿਆਰ ਹਾਂ ਸਭ ਕੁਝ ਕਰਨ ਨੂੰ ਤਿਆਰ ਹਾਂ ਜੇ ਲੋਕੀ ਅਣਖੀ ਬਣ ਜਾਣਗੇ ਤੇ ਮੈਂ ਤਿਆਰ ਹਾਂ ਦੱਸੋ ਪਿਆਰਿਓ ਬਣ ਗਏ ਲੋਕ ਅਣਖੀ ਅੱਜ ਆਪਾਂ ਬਣ ਗਏ ਭੁੱਲ ਗਏ ਫੇਰ
ਭਲਾਤਾ ਜਿਸ ਕਰਕੇ ਤੇਰੇ ਜੱਗ ਛੱਡ ਤੈਨੂੰ ਕਿਸੇ ਆਪਣਾ ਬਣਾਇਆ ਸੀ ਉਹ ਤੇਰੇ ਪਿੱਛੇ ਘਰ ਕਿਸੇ ਆਪਣਾ ਲੁਟਾਇਆ ਸੀ ਦੱਸ ਉਹਦੇ ਪਿਆਰ ਦਾ ਤੂੰ ਕੀ ਮੁੱਲ ਪਾਇਆ ਸੀ ਉਹ ਚਾਹੁੰਦੇ ਸੀ ਇਹ ਮਰੇ ਮਰੇ ਜੇ ਬੰਦੇ ਐ ਹਿੰਮਤ ਹੀ ਨਹੀਂ ਹੈ ਇਹਨਾਂ ਵਿੱਚ ਅਣਖਾਂ ਜਾਗਣ ਰਾਜਿਆਂ ਵਾਂਗੂ ਜਿਉਣ ਟੀਚਾ ਤੇ ਹੋਵੇ ਜ਼ਿੰਦਗੀ ਜਿਉਣ ਸੌ ਵਰਸ ਕਾ ਜੀਣਾ ਵੀ ਬੇਕਾਰ ਕਾ ਜੀਣਾ ਹੈ ਇੱਕ ਵਰਸ ਜੀਆ ਹੋਤਾ ਕੁਛ ਕਰਕੇ ਜੀਆ ਹੋਤਾ ਇੱਕ ਸਾਲ ਹੀ ਜਿਉਂਦਾ ਕੁਝ ਕਰਦਾ ਤੇ ਸਹੀ ਸੌ ਸਾਲ ਕੀ ਫਾਇਦਾ ਜੇ ਕੁਝ ਕੀਤਾ ਨਾ ਜ਼ਿੰਦਗੀ ਵਿੱਚ ਤਾਂ ਕਰਕੇ ਭਾਈ ਕੁਝ ਕਰੋ ਸਮਝੋ ਇਹ ਇਹ ਗੁਰੂ ਸਾਹਿਬ ਸਿਖਾਉਂਦੇ ਸਾਡਾ ਟੀਚਾ ਵੀ ਇਹ ਹੋਣਾ ਚਾਹੀਦਾ ਅਣਖ ਤਾਂ ਹੀ ਇਹ ਇਹ ਮਕਸਦ ਹੈ ਤੇ ਸੁਣੋ ਇੱਕ ਟੀਮ ਬਣ ਗਈ ਗੁਰੂ ਗੋਬਿੰਦ ਸਿੰਘ ਉਸ ਆਗੂ ਹੈ ਤੇ ਸਾਹਿਬਜ਼ਾਦੇ ਉਸ ਟੀਮ ਦੇ ਵਿੱਚ ਨੇ ਉਸ ਇਸੇ ਟੀਮ ਦੇ ਵਿੱਚ ਹੋਣ ਕਰਕੇ ਉਹ ਵੀ ਅਣਖੀ ਅਣਖਾਂ ਵਿਖਾਉਂਦੇ ਐ ਅੱਜ ਲੱਭਦੀਆਂ ਅਣਖਾਂ ਤੁਹਾਨੂੰ ਕਮਾਲ ਦੀ ਗੱਲ ਇਹ ਹੈ ਸਾਰੇ ਪੰਜਾਬ 'ਚ ਫਿਰ ਲਓ ਪਿੰਡਾਂ 'ਚ ਫਿਰ ਲਓ ਅਣਖਾਂ ਨਹੀਂ ਲੱਭਦੀਆਂ ਅੱਜ ਵੀ ਲੱਭਣੀਆਂ ਹੋਣ ਸਰਹੰਦ ਲੱਭਦੀਆਂ ਜਾ ਕੇ ਲੱਭਦੇ ਆਪਾਂ ਕਰਦੇ ਨਾ ਗੱਲ ਮੈਂ ਅਣਖ ਲੱਭਣ ਲੱਭਣੋ ਗਾਇਓ ਜਰਾ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ 'ਚੋਂ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ 'ਚੋਂ ਇੱਕ ਦਿਨ ਜਾ ਪਹੁੰਚਿਆ ਸਰੰਦ ਮੈਨੂੰ ਮਿਲ ਗਈ ਅਣਖ ਦੀਵਾਰਾਂ 'ਚ ਆ ਅਣਖ ਇਹ ਹੈ ਟੀਚਾ ਇਹ ਹੈ ਕੁਛ ਕਰਨਾ ਹੈ ਇਹ ਗੁਰੂ ਗੋਬਿੰਦ ਸਿੰਘ ਦੇ ਟੀਚੇ ਨਾਲ ਮਿਲਦੀ ਜੁਲਦੀ ਗੱਲ ਹੈ ਇਹ ਇੱਕ ਇੱਕ ਟੀਮ ਦੇ ਮੈਂਬਰ ਹੈ ਸਾਰੇ ਇੱਕ ਟੀਮ ਹੈ ਉਸ ਟੀਮ ਦੇ ਮੈਂਬਰ ਹੈ ਸਾਰੇ ਧਿਆਨ ਨਾਲ ਸੁਣਿਓ ਪਿਆਰਿਓ 5-7 ਮਿੰਟ ਟਿਕਾ ਬਣਾ ਕੇ ਰੱਖਿਓ ਹਿਲ ਜੁਲ ਨਾ ਹੋਵੇ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ ਇੱਕ ਦਿਨ ਪਹੁੰਚ ਗਿਆ ਸਰਹੰਦ ਉੱਥੇ ਮਿਲ ਗਈ ਅਣਖ ਦੀਵਾਰਾਂ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ ਚੋਂ ਉਸ ਧਰਤੀ ਤੇ ਖੜ ਕੇ ਜਦ ਮੈਂ ਨਜ਼ਰ ਜਗਤ ਵਿੱਚ ਮਾਰੀ ਉੱਥੇ ਕਿੱਡਾ ਸਾਕਾ ਹੋਇਆ ਜਾਣੇ ਦੁਨੀਆ ਸਾਰੀ ਸੂਰਜ ਵਾਂਗੂ ਚਮਕੀ ਸਿੱਖੀ ਸੂਬੇ ਦੇ ਦਰਬਾਰਾਂ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ ਚੋਂ ਮਾਂ ਗੁਜਰੀ ਤੇ ਸਾਹਿਬ ਜਾਦੇ ਗੰਗੂ ਖੇੜੀ ਜਾ ਮੁਰਿੰਡੇ ਚੁਗਲੀ ਕੀਤੀ ਕਿੱਡਾ ਪਾਪ ਕਮਾਇਆ ਅੱਜ ਵੀ ਗੰਗੂ ਗਿਣਿਆ ਜਾਂਦਾ ਲੂਣ ਹਰਾਮ ਗਦਾਰਾਂ ਚੋਂ
ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ ਚੋਂ ਠੰਡਾ ਬੁਰਜ ਤੇ ਅੱਤ ਦੀ ਸਰਦੀ ਕੈਦ ਸੀ ਤਿੰਨੋਂ ਪੀਤੇ ਪੋ ਦੇ ਦਿਨ ਸੀ ਥੱਕਾ ਚੱਲਦਾ ਕੀ ਕਹਿਰ ਲਾਲਾਂ ਤੇ ਬੀਤੇ ਮੋਤੀ ਰਾਮ ਜੀ ਦੁੱਧ ਪਿਆਵਣ ਆਇਆ ਲੰਘਦਾ ਹੋਇਆ ਮਾਰਾਂ ਚੋਂ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ ਚੋਂ ਛੋਟੇ ਛੋਟੇ ਨਾਂਦਾਗ ਧਰਮ ਨੂੰ ਲਾਇਆ ਜਿਉਂਦੇ ਨੀਹਾਂ ਵਿੱਚ ਚਿਣਦੇ ਹੋ ਪਾਪੀ ਨੇ ਫਤਵਾ ਲਾਇਆ ਜਿਉਂਦੇ ਨੀਹਾਂ ਵਿੱਚ ਚਿਣਦੇ ਹੋ ਪਾਪੀ ਨੇ ਫਤਵਾ ਲਾਇਆ ਦੁਸ਼ਮਣ ਸਮਝੇ ਸਿੱਖੀ ਕਰਤੀ ਕਰਤੀ ਖਤਮ ਸਰਦਾਰਾਂ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ ਚੋਂ ਉਹ ਅਣਖ ਉਹ ਜੁਰਤ ਉਹ ਹਿੰਮਤ ਜਿਹੜੀ ਗੁਰੂ ਗੋਬਿੰਦ ਸਿੰਘ ਭਰਨਾ ਚਾਹੁੰਦੇ ਸੀ ਨਾ ਉਹਨਾਂ ਦਾ ਜਿਹੜਾ ਟੀਚਾ ਸੀ ਉਹ ਭਰੀ ਗਈ ਸਾਹਿਬਜ਼ਾਦਿਆਂ ਉਹ ਭਰੀ ਗਈ ਬਾਬਾ ਬੰਦਾ ਸਿੰਘ ਬਹਾਦਰ ਵਿੱਚ ਉਹ ਭਰਿਆ ਗਿਆ ਉਹ ਸਪਿਰਿਟ ਭਾਈ ਤਾਰੂ ਸਿੰਘ ਵਰਗਿਆਂ ਚ ਸ਼ਬੇਗ ਸਿੰਘ ਸ਼ਹਿਬਾਜ਼ ਸਿੰਘ ਵਰਗਿਆਂ ਵਿੱਚ ਜੋ ਉਹਨਾਂ ਦਾ ਟੀਚਾ ਸੀ ਉਹ ਕਰਨਾ ਚਾਹੁੰਦੇ ਸੀ ਇਹ ਖਾਸੀਅਤ ਹੈ ਜੀ ਸਰੀਰ ਸਾਡੇ ਵਰਗਾ ਹੈ ਸਰੀਰ ਆਮ ਹੈ ਪਰ ਟੀਚਾ ਬੜਾ ਖਾਸ ਹੈ ਇਹ ਖਾਸ ਬਣਾਉਂਦਾ ਹੈ ਕੰਡੇ ਵੱਜੇ ਐ ਖੂਨ ਚੱਲਦਾ ਜਿਵੇਂ ਸਾਡੇ ਪੈਰਾਂ 'ਚੋਂ ਖੂਨ ਚੱਲਦਾ ਦਰਦ ਵੀ ਹੁੰਦਾ ਹੋਊ ਜਿਵੇਂ ਸਾਨੂੰ ਹੁੰਦਾ ਹੈ ਪਰ ਐਡਾ ਵੱਡਾ ਟੀਚਾ ਹੋਣ ਕਰਕੇ ਆਮ ਬੰਦਿਆਂ ਵਿੱਚ ਸਪਿਰਿਟ ਭਰਿਆ ਗਿਆ ਵੀ ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਡੇ ਵਰਗੇ ਦਿਸਦੇ ਐ ਜੇ ਇਹ ਇੰਨਾ ਕੁਝ ਕਰ ਸਕਦੇ ਐ ਅਸੀਂ ਕਿਉਂ ਨਹੀਂ ਕਰ ਸਕਦੇ ਜੇ ਗੁਰੂ ਗੋਬਿੰਦ ਸਿੰਘ ਆਪਣੇ ਚਾਰ ਪੁੱਤ ਵਾਰ ਸਕਦੇ ਐ ਤੇ ਅਸੀਂ ਕਿਉਂ ਨਹੀਂ ਹਿੰਮਤ ਕਰ ਸਕਦੇ ਜੇ ਉਹ ਆਪਣਾ ਘਰ ਬਾਹਰ ਲੁਟਾ ਸਕਦੇ ਐ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਤਾਂ ਕਰਕੇ ਆਪਣੀ ਜ਼ਿੰਦਗੀ ਦਾ ਕੋਈ ਮਕਸਦ ਬਣਾਓ ਏਮ ਬਣਾਓ ਕੋਈ ਟੀਚਾ ਬਣਾਓ ਟੀਚੇ ਨੂੰ ਵੇਖਣਾ ਪੈਣਾ ਫਿਰ ਦੁੱਖ ਤਕਲੀਫਾਂ ਆਪਣੇ ਆਪ ਹੀ ਛੋਟੀਆਂ ਹੋ ਜਾਂਦੀਆਂ ਜੇ ਟੀਚਾ ਬਹੁਤ ਵੱਡਾ ਹੋਵੇ ਤੇ ਵੱਡੇ ਤੋਂ ਵੱਡਾ ਦੁੱਖ ਵੀ ਛੋਟਾ ਹੋ ਜਾਂਦਾ ਤੇ ਜੇ ਟੀਚਾ ਬਹੁਤਾ ਹੀ ਵੱਡਾ ਹੋਵੇ ਨਾ ਗੁਰੂ ਨਾਨਕ ਦਾ ਟੀਚਾ ਕਿੱਡਾ ਵੱਡਾ ਹੋਣਾ ਹੈ ਉਹਨਾਂ ਨੂੰ ਪਤਾ ਸੀ ਵੀ ਖਾਲਸੇ ਤੱਕ ਜਾਂਦਿਆਂ ਜਾਂਦਿਆਂ 10 ਸਰੀਰ ਲੱਗਣਗੇ 10 ਉਮਰਾਂ ਲੱਗਣਗੀਆਂ ਮੇਰਾ ਟੀਚਾ ਇੱਥੇ ਤੱਕ ਪਹੁੰਚਣਾ ਹੈ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦਾ ਟੀਚਾ ਕਿੱਡਾ ਵੱਡਾ 250 ਸਾਲ ਦਾ ਪਲਾਨ ਬਣਾਉਣਾ 250 ਸਾਲ ਆਪਾਂ ਜਿਵੇਂ ਹੁਣ ਅੱਜ ਕੱਲ੍ਹ ਵੇਖਦੇ ਹਾਂ ਨਾ ਵੀ ਇਹ ਤੇ ਨਹੀਂ ਬਦਲ ਸਕਦੀ ਦੁਨੀਆ ਇਹ ਨਹੀਂ ਹੋ ਸਕਦਾ ਆਪਾਂ ਇਹੋ ਜਿਹੇ ਆ ਸਹਿਜ ਨਹੀਂ ਸਾਡੇ ਆਪਾਂ ਕਹਿੰਦੇ ਦੁਨੀਆ ਨਹੀਂ ਬਦਲ ਸਕਦੀ ਪਰ ਉਹਨਾਂ ਦਾ ਏਮ ਕਿੱਡਾ ਵੱਡਾ
ਤਾਂ ਕਰਕੇ ਆਪਣੀ ਜ਼ਿੰਦਗੀ 'ਚ ਏਮ ਬਣਾਈਏ, ਮਕਸਦ ਹੋਵੇ ਸਾਡੇ ਜਿਉਣ ਦਾ ਕੋਈ। ਸੋ ਗੁਰੂ ਸਾਹਿਬ ਨੇ ਕਿਰਪਾ ਕੀਤੀ, ਸਾਨੂੰ ਸਾਰਿਆਂ ਨੂੰ ਰਲ ਮਿਲ ਦਾ ਬਹਿਣ ਦਾ ਸਮਾਂ ਦਿੱਤਾ ਹੈ। ਭਾਈ ਜ਼ਿੰਦਗੀ ਸੋਹਣੀ ਜਿਉਣ ਦੀ ਜਾਚ ਸਿੱਖੀਏ, ਸਤਿਗੁਰੂ ਤੋਂ ਸਿੱਖੀਏ, ਨਿਯਮਾਂ ਨੂੰ ਸਮਝ ਕੇ ਪਰਮਾਤਮਾ ਦੇ ਨਿਯਮਾਂ ਨਾਲ ਪਿਆਰ ਕਰੀਏ। ਰੱਬ ਦੇ ਬਣਾਏ ਸਿਸਟਮ ਨੂੰ ਤੋੜਨ ਵਾਲਾ ਕੋਈ ਵੀ ਹੈ ਨਾ ਜਿਹੜਾ, ਉਹ ਨਹੀਂ ਠੀਕ ਬੰਦਾ। ਉਹ ਰੱਬ ਦਾ ਵੈਰੀ ਹੈ, ਉਹ ਸਾਡਾ ਵੀ ਵੈਰੀ ਹੋਈ ਹੈ। ਰੱਬ ਦੇ ਬਣਾਏ ਸਿਸਟਮ ਨੂੰ ਸੋਹਣਾ ਬਣਾਓ, ਰੱਬ ਦੇ ਨਿਯਮਾਂ ਨੂੰ ਫੋਲੋ ਕਰੋ। ਰੱਬ ਦੇ ਬਣਾਏ ਬੰਦਿਆਂ ਨੂੰ ਪਸ਼ੂ ਨਾ ਸਮਝੋ, ਰੱਬ ਦੇ ਬਣਾਏ ਬੰਦਿਆਂ ਨੂੰ ਖੁੱਲਣ ਦਿਓ। ਹਰ ਬੰਦਾ ਯੂਨੀਕ ਹੈ, ਉਹਨੂੰ ਖੁੱਲਣ ਦੇਣਾ ਚਾਹੀਦਾ, ਉੱਡਣ ਦਿਓ। ਆਜ਼ਾਦ ਹਸਤੀ ਹੈ, ਰੱਬ ਨੇ ਆਜ਼ਾਦ ਬਣਾ ਕੇ ਭੇਜਿਆ, ਗੁਲਾਮ ਨਾ ਬਣਾਈਏ ਆਪਣਾ, ਪਿੰਜਰਿਆਂ ਵਿੱਚ ਨਾ ਪਾਈਏ। ਸੋ ਜਿਹੜਾ ਸ਼ਬਦ ਚੱਲਦਾ ਸੀ ਜਾਂ ਕਾ ਕਹਿਆ ਦਰਗਹਿ ਚੱਲੇ, ਇਹ ਸ਼ਬਦ ਆਪਾਂ ਪੜ੍ਹਿਆ ਪੂਰਾ, ਲਓ ਇੱਕ ਵਾਰ ਫਿਰ ਪੰਕਤੀਆਂ ਦੁਹਰਾ ਲਈਏ। ਹਾਂਜੀ, ਜਾਂ ਕਾ ਕਹਿਆ ਦਰਗਹਿ ਚੱਲੇ ਸੋ ਕਿਸ ਕੋ ਨਦਰ ਲੈ ਆਵੇ ਤਲੇ, ਜਾ ਕਾ ਸਭ ਕਿਛ ਤਾਂ ਕਾ ਹੋਏ, ਨਾਨਕ ਤਾਂ ਕੋ ਸਦਾ ਸੁਖ ਹੋਏ। ਜਿਹਦਾ ਇਹ ਸਾਰਾ ਕੁਝ ਬਣਾਇਆ ਹੋਇਆ ਉਹਦੇ ਬਣ ਜਾਈਏ, ਪਰਮਾਤਮਾ ਦਾ ਇਹ ਅਸਚਰਜ ਕੌਤਕ ਵੇਖੀਏ। ਉਹਦੇ ਨਾਲ ਜੁੜੇ ਹੋਏ ਬੰਦੇ ਸਦਾ ਆਨੰਦ ਚ ਰਹਿੰਦੇ ਆ। ਮਨ ਬਿਲਾਸ ਭਏ ਸਾਹਿਬ ਕੇ, ਅਚਰਜ ਦੇਖ ਵਡਾਈ, ਹਰ ਸਿਮਰ ਸਿਮਰ ਆਨੰਦ ਕਰ, ਨਾਨਕ ਜਿਨ ਪੂਰਨ। ਗਾ ਕੇ ਪੜ ਮਨ ਬਿਲਾਸ ਭਏ ਸਾਹਿਬ ਕੇ, ਅਚਰਜ ਦੇਖ ਬਡਾਈ, ਹਰ ਸਿਮਰ ਸਿਮਰ ਆਨੰਦ ਕਰ, ਨਾਨਕ ਪ੍ਰਭ ਪੂਰਨ ਪੈਜ ਰਖਾਈ। ਸੋ ਕੱਲ੍ਹ ਨੂੰ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਜੀ, ਖੰਡੇ ਦੀ ਪੌਲ ਪ੍ਰਾਪਤ ਕਰਨੀ ਹੈ, ਗੁਰਦੁਆਰਾ ਗਨੀ ਖਾਂ ਨਬੀ ਖਾਂ, ਕੱਲ੍ਹ ਸ਼ਾਮ 4 ਵਜੇ ਅੰਮ੍ਰਿਤ ਛਕਾਇਆ ਜਾਣਾ। ਜਿਨ੍ਹਾਂ ਨੇ ਸਹਿਜ ਪਾਠ ਕਰਨੇ ਆ ਉਹ ਵੀ ਬਾਹਰ ਨਾਮ ਨੋਟ ਕਰਾਉਣ, ਪੋਥੀਆਂ ਪ੍ਰਾਪਤ ਹੋ ਜਾਣਗੀਆਂ ਜੀ। ਸਹਿਜ ਪਾਠ ਜਿਨ੍ਹਾਂ ਜਿਨ੍ਹਾਂ ਨੇ ਕਰਨੇ ਆ, ਇੱਕ ਦਿਨ ਰੱਖਿਆ ਜਾਏਗਾ, ਪੋਥੀਆਂ ਵੀ ਮਿਲ ਜਾਣਗੀਆਂ। ਸਹਿਜ ਪਾਠ ਸ਼ੁਰੂ ਕਰੋ, ਜਿਨ੍ਹਾਂ ਜਿਨ੍ਹਾਂ ਨੇ ਸਹਿਜ ਪਾਠ ਆਰੰਭ ਕਰਨੇ ਆ ਉਹ ਬਾਹਰ ਆਪਣੇ ਨਾਮ ਲਿਖਾ ਕੇ ਆਉਣ ਕੱਲ੍ਹ ਨੂੰ। ਅਤੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਗੁਰਦੁਆਰਾ ਗਨੀ ਖਾਂ ਨਬੀ ਖਾਂ ਵਿਖੇ, ਸ਼ਾਮ 5:30 ਵਜੇ ਤੱਕ ਵੀ ਆ ਜਾਓ ਤਾਂ ਵੀ ਕੋਈ ਨਹੀਂ। ਸ਼ਾਮ 5:30 ਵਜੇ ਤੱਕ ਸਾਫ਼ ਬਸਤਰ ਪਾ ਕੇ, ਧੋਤੇ ਬਸਤਰ ਪਾ ਕੇ, ਚਾਰ ਕਕਾਰ ਬਾਹਰਲੇ ਲੈ ਕੇ ਤੇ ਆਪਾਂ ਸਾਰੇ ਪਹੁੰਚੀਏ। ਕਈ ਵਾਰੀ ਬੜਾ ਵੱਡਾ ਸਵਾਲ ਮਨ 'ਚ ਖੜਾ ਹੋ ਜਾਂਦਾ ਵੀ ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ, ਘੱਲੇ ਆਵੇ ਨਾਨਕਾ ਸੱਦੇ, ਵੀ ਰੱਬ ਸੱਦਦਾ ਤੇ ਬੰਦਾ ਆ ਜਾਂਦਾ ਹੈ। ਤੁਸੀਂ ਕਹਿੰਦੇ ਹੋ ਵੀ ਬੰਦਾ ਆ ਬੰਦਾ, ਉਹ ਕਾਰਨ ਇਹ ਹੈ ਭਾਈ, ਰੱਬ ਕੀ ਹੈ, ਰੱਬ ਦਾ ਨਿਯਮ। ਜੇ ਕਿਸੇ ਨੂੰ ਤੁਸੀਂ ਕੰਮ ਭੇਜਿਆ ਸਹੀ ਕਰਦਾ ਆਪਾਂ ਕਹਿੰਦੇ ਕਰ ਲੈ, ਤੇ ਜੇ ਕੰਮ ਗਲਤ ਕਰਦਾ ਆਪਾਂ ਕਹਿੰਦੇ ਖਰਾਬ ਕਰਦਾ ਆਪਾਂ ਕਹਿੰਦੇ ਉਹਨੂੰ ਵਾਪਸ ਸੱਦੋ। ਰੱਬ ਸੱਦਦਾ ਹੈ ਪਰ ਸਾਡੀ ਕਾਰਗੁਜ਼ਾਰੀ ਵੇਖ ਕੇ ਸੱਦਦਾ ਹੈ। ਜੇ ਬੰਦੇ ਨੇ ਸਰੀਰ ਗਾਲ ਲਿਆ ਤੇ ਉਹਦੇ ਨਿਯਮ ਇਦਾਂ ਦੇ ਨੇ, ਫਿਰ ਵਾਪਸ ਜਾਣਾ ਹੀ ਪੈਣਾ। ਤੇ ਜੇ ਸਰੀਰ ਠੀਕ ਰੱਖ ਲਿਆ ਉਹਨੇ ਕਹਿਣਾ ਹੋਰ ਰਹਿ ਲੈ ਆਖੋ ਸਤਨਾਮ, ਘੱਲੇਗਾ ਤੇ ਆਏ ਆ, ਜਦੋਂ ਸੱਦਾ ਆ ਗਿਆ ਨਿਯਮ ਤੋੜਾਂਗੇ ਫਿਰ ਜਾਣਾ ਹੀ ਪੈਣਾ। ਸੋ ਇਸ ਕਰਕੇ ਪਰਮਾਤਮਾ ਦਾ ਇੱਕ ਸਿਸਟਮ ਬਣਾਇਆ ਹੋਇਆ ਹੈ, ਜਿਹੜਾ ਬੰਦਾ ਕਾਰਗੁਜ਼ਾਰੀ ਜਿਹਦੀ ਸਹੀ ਹੈ ਉਹ ਜ਼ਿਆਦਾ ਸਮਾਂ ਰਹਿ ਸਕਦਾ ਹੈ। ਤੇ ਜੇ ਸੱਦਦਾ ਜ਼ਰੂਰ ਹੈ ਪਰ ਕਾਰਗੁਜ਼ਾਰੀ ਸਾਡੀ ਵੇਖ ਕੇ, ਵੇਖੋ ਬੰਦਾ ਵੀ ਲਿਖਦਾ ਹੈ, ਇਗਜ਼ਾਮ ਬੱਚੇ ਵੀ ਲਿਖਦੇ ਹੈ ਪਰ ਟੀਚਰ ਵੀ ਲਿਖਦੇ ਹੈ, ਬੱਚਿਆਂ ਦੇ ਲਿਖੇ ਨੂੰ ਵੇਖ ਕੇ ਟੀਚਰ ਲਿਖਦੇ ਹੈ। ਸਾਡੀ ਕਾਰਗੁਜ਼ਾਰੀ ਨੂੰ ਵੇਖ ਕੇ ਹੀ ਰੱਬ ਨੇ ਸਾਨੂੰ ਸੱਦਿਆ। ਜੇ ਕੰਮ ਸਹੀ ਕਰਦੇ ਹਾਂ, ਸਿਹਤ ਠੀਕ ਰੱਖੀ ਹੈ ਭਾਵੇਂ 100 ਸਾਲ ਰਹਿ ਲੈ, ਤੇ ਜੇ ਸਿਸਟਮ ਠੀਕ ਨਹੀਂ ਹੈ ਤੇ ਜਲਦੀ ਸੱਦਾ ਆ ਜਾਣਾ। ਜੇ ਡਿਊਟੀ ਸਹੀ ਨਹੀਂ ਨਿਭਾਈ, ਫਰਜ਼ ਸਹੀ ਨਹੀਂ ਨਿਭਾਏ ਤੇ ਆ ਜਾ ਵਾਪਸ,
ਤੇ ਜੇ ਭਾਈ ਵਧੀਆ ਕਾਰਗੁਜ਼ਾਰੀ ਰਹੂ ਫਿਰ ਲੰਮਾ ਸਮਾਂ ਵੀ ਬੰਦਾ ਰਹਿ ਸਕਦਾ ਤਾਂ ਕਰਕੇ ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਰੱਬ ਦਾ ਜਿਹੜਾ ਨਿਯਮ ਹੈ ਇਦਾਂ ਹੀ ਕੰਮ ਕਰਦਾ ਆਓ ਗੱਜ ਕੇ ਆਨੰਦ ਸਾਹਿਬ ਚ ਬੋਲੋ ਅਰਦਾਸ ਚ ਜੁੜਦੇ ਆ ਹੁਕਮਨਾਮੇ ਸੁਣ ਕੇ ਗੁਰੂ ਜੀ ਜਾਣਗੇ ਫਿਰ ਚੱਲ ਪਾਵਾਂਗੇ ਕਾਲ ਨਹੀਂ ਕਰਨੀ ਜੀ ਕਿਸੇ ਨੇ ਸਤਿਗੁਰੂ ਜੀ ਅੱਗੇ ਅੱਗੇ ਜਾਣਗੇ 5 ਕੁ ਮਿੰਟ ਹੋਰ ਬੈਠੋ ਜਿੱਥੇ ਤੁਸੀਂ 2.5-3 ਘੰਟੇ ਹੋ ਚੱਲੇ ਆ ਟਕਾ ਨਾਲ ਬੈਠੇ ਹੋ ਹੁਣ 2 ਕੁ ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ ਆਨੰਦ ਸਾਹਿਬ ਚ ਬੋਲੋ ਕੱਲ ਦਾ ਲਾਸਟ ਦੀਵਾਨ ਰਹਿ ਗਿਆ ਵੱਧ ਚੜ ਕੇ ਪਹੁੰਚ ਕੇ ਆਪਾਂ ਲਾਹਾ ਲਈਏ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਜੀ ਜ਼ਰੂਰ 5 ਵਜੇ ਆ ਜਾਓ ਛੱਕ ਕੇ ਕੋਈ ਭੁੱਲ ਗਲਤੀ ਕਰ ਬੈਠਾ ਦੁਬਾਰਾ ਸੁਧਾਈ ਕਰਾਓ 5 ਪਿਆਰਿਆਂ ਸਾਹਮਣੇ ਪੇਸ਼ ਹੋਈਏ ਦੁਬਾਰਾ ਦਾਖਲਾ ਲੈ ਕੇ ਸਤਿਗੁਰੂ ਜੀ ਦੇ ਦਰ ਘਰ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾਈਏ ਕੋਈ ਰਸਨਾ ਵਾਂਝੀ ਨਾ ਰਵੇ ਜੀ ਸਾਰੇ ਆਨੰਦ ਸਾਹਿਬ ਚ ਬੋਲੋ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਟੇਕ ਲਓ ਗਹਿਣਿਆਂ ਦਾ ਮੋਬਾਈਲਾਂ ਦਾ ਪਰਸਾਂ ਦਾ ਖਿਆਲ ਰੱਖਿਓ ਜੀ ਮੋਬਾਈਲ ਵਿੱਚ ਬੰਦੇ ਇਦਾਂ ਦੇ ਆ ਜਾਂਦੇ ਬੱਚਿਆਂ ਦਾ ਖਿਆਲ ਰੱਖਿਓ ਛੋਟਿਆਂ ਦਾ ਜਿਵੇਂ ਸੰਗਤ ਨੂੰ ਲੈ ਕੇ ਆਇਓ ਆਰਾਮ ਨਾਲ ਲੈ ਕੇ ਜਾਇਓ ਗੁਰੂ ਸਾਹਿਬ ਜਾਣਗੇ ਫਿਰ ਚੱਲ ਲਾ ਪਾਉਂਦੇ ਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ ਪਾਇਆ ਮੇਰੀ ਮਾਇਆ ਸਤਿਗੁਰੂ ਮੈਂ ਪਾਇਆ ਸਤਿਗੁਰ ਕਾ ਪਾਇਆ ਸਹਿਤ ਸਿੱਧੀ ਮਨ ਵਧੀਆਂ ਵਧਾਈਆਂ ਰਾਗ ਰਤਨ ਕਰਵਾਨ ਕਰੀਆਂ ਸ਼ਬਦ ਗਾਵਣ ਮਾਈਆਂ ਹੋ ਮਾਤਾ ਗੋ ਹਰੀ ਕੇਰਾ ਮਨ ਜਿਨੀ ਵਸਾਇਆ ਹੈ ਨਾਮ ਬਨੰਦ ਹੋਆ ਸਤਿਗੁਰੂ ਮੈਂ ਪਾਇਆ ਜੀ ਮਨ ਤੇਰਿਆ ਸਦਾ ਰਹੋ ਹਰ ਨਾਮੇ ਸੁਆਮੀ ਹੋ ਕਿਉਂ ਮਨੋ ਵਸਾਰੇ ਮੈਂ ਕਾਨੂੰ ਕਾਨੂੰ ਤੇਰੇ ਸਦਾ ਰਹੋ ਮਰਦਾਰੇ ਸਾਡੇ ਸਾਹਿਬਾ ਕਿਆ ਨਹੀਂ ਕਰਦੇ ਜੁੜ ਕੇ ਵਾਹਿਗੁਰੂ 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 ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ सो कहो तल गुरु सेविए एहनिस सहज सोभाए दर्शन परसे गुरु के जन्म मरण दुख जाए वाहिगुरु जी ਸੁਰਠ ਮਹਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਦਿੱਤਾ ਪੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੱਬ ਰਹਿਆ ਸਭਨੀ ਜਾਈ ਰਹਾ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚੂ ਬਖਾਨਾ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚੂ ਬਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।